ਖੈਰ ਹੋਵੇ ਮਿੱਤਰਾਂ ਪਿਆਰਿਆਂ ਦੀ ਖੈਰ ਹੋਵੇ ਖੈਰ ਹੋਵੇ ਚੰਨ ਤੇ ਸਤਾਰਿਆਂ ਦੀ ਖੈਰ ਹੋਵੇ ਖੈਰ ਹੋਵੇ ਜਸ ਪੰਜਾਬੀ ਦੇਖਣ ਵਾਲੇ ਤੁਹਾਡੇ ਸਾਰਿਆਂ ਦੀ ਖੈਰ ਹੋਵੇ ਜੀ ਹਾਂ ਤੁਹਾਡੀ ਸਭ ਦੀ ਖੈਰ ਮੰਗਦਾ ਹੋਇਆ ਮੈਂ ਹਾਜ਼ਰ ਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹਾਇ ਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅਯਦਾ ਸ਼ੋਅ ਰਿਕਾਰਡਡ ਸਾਡੇ ਦਰਸ਼ਕਾਂ ਰੂਬਰੂ ਜਾ ਰਿਹਾ ਪਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਦੋਂ ਸ਼ੋਅ ਰਿਕਾਰਡਡ ਵੀ ਹੋਵੇ ਤਾਂ ਉਹਦੇ ਵਿੱਚ ਇਨਾਂ ਕੋ ਰੰਗ ਭਰਿਆ ਜਾਵੇ ਇਨਾਂ ਕੋ ਗੱਲਬਾਤ ਜਾਂ ਜਾਣਕਾਰੀ ਹੋਵੇ ਕਿ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ ਕਾਲ ਕਰਨ ਦੀ ਘਾਟ ਮਹਿਸੂਸ ਨਾ ਹੋਵੇ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਰੂਬਰੂ ਲਾਈਵ ਪ੍ਰੋਗਰਾਮ ਕਰ ਰਹੇ ਆ ਜੀ ਲਗਭਗ 8-9 ਸਾਲ ਹੋ ਗਏ ਆ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਰਿਕਾਰਡਡ ਸ਼ੋਅ ਜਿਹੜਾ ਹੋਏਗਾ ਇਹਦੇ ਵਿੱਚ ਖਾਸ ਮਹਿਮਾਨ ਸਾਡੇ ਨਾਲ ਜੁੜਨਗੇ ਜਿਹੜੇ ਇੱਕ ਨਹੀਂ ਦੋ ਨਹੀਂ ਕਈ ਚੀਜ਼ਾਂ ਵਿੱਚ ਮੁਹਾਰਤ ਰੱਖਦੇ ਨੇ ਚਾਹੇ ਅਸੀਂ ਗੱਲ ਕਰੀਏ ਐਂਟਰਟੇਨਮੈਂਟ ਦੀ ਤਾਂ ਫਿਲਮਾਂ ਦੇ ਵਿੱਚ ਬੜਾ ਵੱਡਾ ਯੋਗਦਾਨ ਉਹਨਾਂ ਦਾ ਰਿਹਾ ਸ਼ੁਰੂ ਤੋਂ ਅੱਜ ਵੀ ਫਿਲਮਾਂ ਦੇ ਵਿੱਚ ਸਰਗਰਮ ਨੇ ਜੇ ਅਸੀਂ ਗੱਲ ਕਰੀਏ ਲੋਕਾਂ ਨੂੰ ਅਵੇਅਰ ਕਰਨ ਦੀ ਜਾਂ ਸਾਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਦੀ ਉਹਦੇ ਵਿੱਚ ਵੀ ਉਹਨਾਂ ਨੂੰ ਪੂਰੀ ਮੁਹਾਰਤ ਹਾਸਲ ਹੈ ਔਰ ਇੱਥੋਂ ਤੱਕ ਹੈਗਾ ਕਿ ਪੂਰੀ ਦੁਨੀਆ ਦੇ ਵਿੱਚ ਖਾਸ ਤੌਰ ਤੇ ਇੰਡੀਆ ਤੇ ਅਮਰੀਕਾ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਲੋਕਾਂ ਦੇ ਜਾਂ ਈਓ ਕਲ ਵੀ ਕੰਮ ਸਿੱਧੇ ਕੀਤੇ ਆ ਜਿਵੇਂ ਆਮ ਤੌਰ ਤੇ ਕੰਮ ਸਾਡੇ ਸਹੀ ਹੁੰਦੇ ਬਾਬਿਆਂ ਕੋ ਜਾਨੇ ਤੇ ਬਾਬੇ ਫਿਰ ਪੂਰੀ ਦਿੰਦੇ ਤੇ ਫਿਰ ਕੰਮ ਸੂਤ ਆਉਂਦਾ ਪਰ ਇਹ ਉਹ ਬਾਬਾ ਨਹੀਂ ਹੈ ਇਹ ਅਵੇਅਰ ਕਰਦਾ ਹੈ ਇਹ ਵਹਿਮਾ ਭਰਮਾ ਜੋ ਕੱਢ ਕੇ ਲੋਕਾਂ ਨੂੰ ਸੇਵ ਦਿੰਦੇ ਨੇ ਇਹ ਤੇ ਨਾਲ ਦੀ ਨਾਲ ਲੰਬੇ ਸਮੇਂ ਤੋਂ ਇਹਨਾਂ ਨੇ ਲੋਕਾਂ ਦੀ ਸੇਵਾ ਜਿਹੜੀ ਕੀਤੀ ਆ ਇਸ ਮਾਮਲੇ ਦੇ ਵਿੱਚ ਹੀ ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਜੁੜੇ ਨੇ ਜੀ ਬਹੁਤ ਧੇਰ ਪਹਿਲਾਂ ਅਸੀਂ ਇੰਡੀਆ ਦੇ ਵਿੱਚ ਵੀ ਇਕੱਠੇ ਕੰਮ ਕੀਤਾ ਹੈ ਮਿਸ਼ੀਗਨ ਰਹਿੰਦੇ ਨੇ ਮਿਸ਼ੀਗਨ ਦੇ ਵਿੱਚੋਂ ਵੀ ਅਸੀਂ ਕਈ ਵਾਰ ਇਹਨਾਂ ਨਾਲ ਗੱਲਬਾਤ ਕੀਤੀ ਹੈ ਫੋਨ ਦੇ ਉੱਪਰ ਪ੍ਰੋਗਰਾਮ ਦੇ ਵਿੱਚ ਤੇ ਹੁਣ ਇਹ ਕੈਲੀਫੋਰਨੀਆ ਆਏ ਹੋਏ ਸੀਗੇ ਕੈਲੀਫੋਰਨੀਆ ਦੇ ਵਿੱਚ ਸਾਡੇ ਸਟੂਡੀਓ ਪਹੁੰਚੇ ਨੇ ਨਾਲੇ ਇਹਨਾਂ ਦਾ ਸਵਾਗਤ ਕਰਦੇ ਆ ਤੇ ਨਾਲੇ ਇਹਨਾਂ ਨਾਲ ਗੱਲਬਾਤ ਕਰਦੇ ਆ ਬੌਬ ਖਹਿਰਾ ਸਾਹਿਬ ਬਹੁਤ ਪਾਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਸਾਰੇ ਹੀ ਜਸ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਗੀਪਾ ਜੀ ਵਾਹ ਜੀ ਵਾਹ ਤੇ ਅੱਜ ਤੁਸੀਂ ਕੈਲੀਫੋਰਨੀਆ ਚ ਆਏ ਸੀ ਬੜਾ ਵਧੀਆ ਲੱਗਿਆ ਤੁਸੀਂ ਇੱਥੇ ਆਏ ਹੋ ਔਰ ਕਾਫੀ ਲੰਬੇ ਅਰਸੇ ਬਾਅਦ ਇਦਾਂ ਮੁਲਾਕਾਤ ਦਾ ਸਮਾਂ ਬਣਿਆ ਅਸੀਂ ਗੱਲ ਸ਼ੁਰੂ ਕਰਦੇ ਹਾਂ ਅੱਜ ਦੇ ਸਮੇਂ ਤੋਂ ਬਿਲਕੁਲ ਅੱਜ ਦੇ ਸਮੇਂ ਤੋਂ ਭਾਵ ਫਿਲਮਾਂ ਦੀ ਗੱਲ ਹੀ ਸ਼ੁਰੂ ਕਰਦੇ ਹਾਂ ਫਿਲਮਾਂ ਦੇ ਨਾਲ ਤੁਸੀਂ ਲੰਬੇ ਸਮੇਂ ਤੋਂ ਜੁੜੇ ਰਹੇ ਹੋ ਫਿਲਮਾਂ ਦੇ ਵਿੱਚ ਕੰਮ ਵੀ ਬਹੁਤ ਸਾਰੀਆਂ ਫਿਲਮਾਂ 'ਚ ਕੀਤਾ ਹੈ ਆਪ ਵੀ ਪ੍ਰੋਡਿਊਸ ਕੀਤੀਆਂ ਨੇ ਡਾਇਰੈਕਟਰ ਵੀ ਨੇ ਤੇ ਅਗਰ ਅਸੀਂ ਗੱਲ ਕਰੀਏ ਤਾਂ ਤੁਹਾਡੇ ਖਾਸ ਰਿਲੇਟਿਵ ਨੇ ਟਿੰਕਾ ਜੱਟ ਜਿਹੜੇ ਬਹੁਤ ਹੀਰ ਮਸ਼ਹੂਰ ਹੀਰੋ ਨੇ ਸਾਡੇ ਪੰਜਾਬੀ ਫਿਲਮ ਇੰਡਸਟਰੀ ਦੇ ਤੇ ਅੱਛਾ ਅਸੀਂ ਗੱਲ ਕਰਾਂਗੇ ਅੱਜ ਹੁਣ ਫਿਲਮਾਂ ਦਾ ਕੀ ਮਾਹੌਲ ਲੱਗਦਾ ਤੁਸੀਂ ਅੱਜ ਕਿੰਨਾ ਕੁ ਇਨਵੋਲਵ ਹੋ ਫਰਮਾਂ ਦੇ ਵਿੱਚ ਜਗੀ ਪਾਜੀ ਇਸ ਤਰ੍ਹਾਂ ਕੇ ਜਿਹੜਾ ਕੋਰੋਨਾ ਨੇ ਕਾਫੀ ਨੁਕਸਾਨ ਕੀਤਾ ਹੈ ਕੀਤਾ ਤੇ ਪੂਰੇ ਵੱਡ ਦੇ ਵਿੱਚ ਹੀ ਆ ਜੀ ਸਾਡੀ ਜਿਹੜੀ ਛੋਟੀ ਜਿਹੀ ਇੰਡਸਟਰੀ ਸੀ ਪੰਜਾਬੀ ਫਿਲਮਾਂ ਦੀ ਜੀ ਉਹਦਾ ਕਾਫੀ ਨੁਕਸਾਨ ਹੋਇਆ ਜਿੰਨੇ ਵੀ ਵਿਚਾਰੇ ਵਰਕਰ ਸੀਗੇ ਕੰਮ ਕਰਨ ਵਾਲੇ ਵੱਡੇ ਐਕਟਰਾਂ ਨੂੰ ਛੱਡ ਕੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਪਰ ਹੁਣ ਜਿਵੇਂ ਸਾਰਾ ਕੁਝ ਖੁੱਲ ਗਿਆ ਤੇ ਹੌਲੀ ਹੌਲੀ ਜੀ ਤੇ ਬਹੁਤ ਮਤਲਬ ਸਾਰਿਆਂ ਨੂੰ ਉਤਸ਼ਾਹ ਆ ਕਿ ਵਧੀਆ ਫਿਲਮਾਂ ਬਣੇ ਵਧੀਆ ਕੰਮ ਹੋਵੇ ਤੇ ਜਲਦੀ ਸ਼ੁਰੂ ਹੋਊਗਾ ਤੇ ਫਿਰ ਲੱਗ ਬਣਨੀ ਚੱਲ ਮੇਰੇ ਕੋਵਿਡ ਦੇ ਦੌਰ ਨਹੀਂ ਬੰਦ ਹੋਈਆਂ ਰੋਜ਼ ਖਬਰ ਪੜ੍ਹਦੇ ਸੀ ਕਿਤੇ ਨਾ ਕਿਤੇ ਜੀ ਫਲਾਣੇ ਦੇ ਖਿਲਾਫ ਪਰਚਾ ਦਰਜ ਕਰਤਾ ਉਹ ਸ਼ੂਟਿੰਗ ਕਰ ਰਹੇ ਸੀ ਤੇ ਫਲਾਣੇ ਦੇ ਖਿਲਾਫ ਐਡਾ ਹੋ ਗਿਆ ਕਾਫੀ ਰਿਹਾ ਕੋਵਿਡ ਦੇ ਦੌਰਾਨ ਵੀ ਫਿਲਮਾਂ ਦਾ ਜ਼ੋਰ ਰਿਹਾ ਇੰਨਾ ਫਿਲਮਾਂ ਦਾ ਜ਼ੋਰ ਕਿਉਂ ਪਿਆ ਹੋਇਆ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਫਿਲਮਾਂ ਦੀ ਅਸੀਂ ਗੱਲ ਕਰੀਏ ਤਾਂ ਵੈਸੇ ਕਹਿੰਦੇ ਪੰਜਾਬੀ ਫਿਲਮਾਂ ਦਾ ਸੁਨਹਿਰੀ ਦੌਰ ਚੱਲ ਰਿਹਾ ਸੀਗਾ ਤੇ ਪਰ ਜਦੋਂ ਦੌਰ ਸੁਨਹਿਰੀ ਹੁੰਦਾ ਤਾਂ ਕਈ ਵਾਰ ਫਿਰ ਦੌੜਾ ਵੀ ਪੈਂਦੇ ਨੂੰ ਟਾਈਮ ਨਹੀਂ ਲੱਗਦਾ ਕਿਉਂਕਿ ਬਹੁਤਾਤ ਹੋ ਜਾਂਦੀ ਕਿਸ ਚੀਜ਼ ਦੀ ਇਸ ਪੰਜਾਬੀ ਫਿਲਮਾਂ ਦੀ ਇਸ ਤਰ੍ਹਾਂ ਦੀ ਕਿ ਭੇਡਚਾਲ ਜਿਹੜੀ ਹੈ ਨਾ ਸਾਡੇ ਖਾਸ ਕਰਕੇ ਵੈਸੇ ਤੇ ਇੰਡੀਆ ਪਾਕਿਸਤਾਨ ਦਾ ਸਾਰੇ ਹੈਗੀ ਹੈ ਪਰ ਸਾਡੇ ਪੰਜਾਬੀਆਂ ਦੇ ਵਿੱਚ ਬਹੁਤ ਜ਼ਿਆਦਾ ਭੇਡਚਾਲ ਹੈ ਹੁਣ ਜਿਹੜਾ ਸਾਡਾ ਸਿਨੇਮਾ ਵਾ ਇਹ ਕੁਝ ਲੋਕਾਂ ਦੇ ਹੱਥ ਚ ਆਇਆ ਵਾ ਜੀ ਜਿਨ੍ਹਾਂ ਨੂੰ ਕਿ ਫਿਲਮਾਂ ਦੇ ਨਾਲ ਨਹੀਂ ਕੋਈ ਮਤਲਬ ਉਹ ਬਿਜ਼ਨਸ ਕਰ ਰਹੇ ਨੇ ਇਸ ਕਰਕੇ ਵਧੀਆ ਫਿਲਮਾਂ ਜਿਹੜੀਆਂ ਉਹ ਬਹੁਤ ਘੱਟ ਆ ਰਹੀਆਂ ਨੇ ਸੋ ਮਤਲਬ ਹੁਣ ਜਿਹੜਾ ਅੱਗੇ ਦੌਰ ਆਊਗਾ ਨਾ ਉਹ ਵਧੀਆ ਫਿਲਮਾਂ ਦਾ ਆਊਗਾ ਕਹਾਣੀਆਂ ਵਧੀਆ ਆਉਣਗੀਆਂ ਕਹਾਣੀਆਂ ਦੇ ਨਾਲ ਐਕਟਰ ਵਧੀਆ ਆਉਣਗੇ ਤੇ ਜਿਵੇਂ ਜਿਵੇਂ ਕਹਾਣੀਆਂ ਵਧੀਆ ਆਉਣ ਲੱਪੀਆਂ ਐਕਟਰ ਵਧੀਆ ਆਉਣ ਲੱਪੇ ਫਿਲਮਾਂ ਵਧੀਆ ਆਉਣ ਲੱਪੀਆਂ ਲੋਕਾਂ ਨੂੰ ਵਧੀਆ ਫਿਲਮ ਵੇਖਣ ਦਾ ਜਿਹੜਾ ਉਹ ਚਸਕਾ ਪੈ ਜਾਊਗਾ ਜਿਵੇਂ ਕਿ ਸਾਊਥ ਦੇ ਵਿੱਚ ਆ ਸਾਊਥੀਆਂ ਫਿਲਮਾਂ ਜਿਹੜੀਆਂ ਉਹਦੀਆਂ ਵੇਖੋ ਤੁਸੀਂ ਕਾਪੀਆਂ ਜਿਹੜੇ ਆ ਸਾਰੀਆਂ ਹਿੰਦੀ ਵਾਲੇ ਉਹਦੀਆਂ ਕਾਪੀਆਂ ਕਰਦੇ ਆ ਤੇ ਇਸ ਕਰਕੇ ਆਪਣੇ ਪੰਜਾਬੀ ਵਾਲੇ ਤਾਂ ਹੀ ਪਿੱਛੇ ਨੇ ਵੀ ਇਹਨਾਂ ਨੂੰ ਕਹਿ ਦਿੰਦੇ ਆ ਕਿ ਲੋਕੀ ਚੰਗੀ ਫਿਲਮ ਵੇਹਦੇ ਨਹੀਂ ਤੇ ਉਹ ਜੋ ਮਰਜ਼ੀ ਪਰੋਸ ਕੇ ਅੱਗੇ ਰੱਖ ਦਿੰਦੇ ਆ ਇਹ ਮੇਰਾ ਖਿਆਲ ਹੈ ਕਿ ਹੁਣ ਆਉਣ ਵਾਲਾ ਦੌਰ ਜਿਹੜਾ ਉਹ ਨਹੀਂ ਇਸ ਤਰ੍ਹਾਂ ਦਾ ਆਊਗਾ ਐਕਟਰ ਵੀ ਵਧੀਆ ਹੋਣਗੇ ਔਰ ਕਹਾਣੀਆਂ ਵੀ ਵਧੀਆ ਵਧੀਆ ਫਿਲਮਾਂ ਬਣਨਗੇ ਅਸੀਂ ਪਹਿਲੇ ਦੌਰਾਂ ਦੀ ਗੱਲ ਕਰੀਏ ਜੇ ਅਸੀਂ ਵਿਰਿੰਦਰ ਤੋਂ ਲੈ ਕੇ ਫਿਲਮਾਂ ਦੇਖੀ ਉਦੋਂ ਪਹਿਲਾਂ ਵੀ ਦੌਰ ਹੋਇਆ ਇੱਕ ਅਲੱਗ ਹਾਂਜੀ ਵਿਰਿੰਦਰ ਜੀ ਤੋਂ ਬਾਅਦ ਫਿਲਮਾਂ ਦਾ ਦੌਰ ਆਇਆ ਗੁੱਗੂ ਗੱਲ ਯੋਗਰਾਜ ਵਾਲਾ ਬਿਲਕੁਲ ਤੇ ਉਦੋਂ ਬਾਅਦ ਅਲੱਗ-ਅਲੱਗ ਦੌਰ ਆਉਂਦੇ ਰਹੇ ਤੇ ਹੁਣ ਪਿਛਲਾ ਦੌਰ ਜਿਹੜਾ ਰਿਆ ਫਿਲਮਾਂ ਦਾ ਉਹ ਰਿਆ ਗਾਇਕ ਕਲਾਕਾਰ ਜਿਹੜੇ ਨੇ ਉਹ ਹਾਵੀ ਰਹੇ ਨੇ ਫਿਲਮਾਂ ਦੇ ਵਿੱਚ ਤੇ ਫਿਲਮਾਂ ਦਾ ਟਰੈਂਡ ਵੀ ਬੜਾ ਵੱਖਰਾ ਜਾ ਉਹਨਾਂ ਨੇ ਇੱਕ ਬਣਾਤਾ ਹਾਂਜੀ ਠੀਕ ਹੈ ਜੀ ਵਨ ਮੈਨ ਹੀਰੋ ਟਾਈਪ ਤੇ ਇਹਨਾਂ ਫਿਲਮਾਂ ਨੂੰ ਤੁਸੀਂ ਜਿਹੜੀਆਂ ਪਿਛਲੇ ਸੁਪਰ ਹਿੱਟ ਵੀ ਰਹੀਆਂ ਨੇ ਪੈਸਾ ਵੀ ਬਹੁਤ ਕਮਾਇਆ ਇਹਨਾਂ ਫਿਲਮਾਂ ਦੇ ਆਉਣ ਤੋਂ ਬਾਅਦ ਹੀ ਕਲਾਕਾਰਾਂ ਦੇ ਰੇਟ ਜਿਹੜੇ ਫਿਲਮਾਂ ਦੇ ਵਿੱਚ ਕੰਮ ਕਰਨ ਵਾਲਾ ਰੇਟ ਵਡੇ ਵਡੇ ਨੇ ਕੁਝ ਇੱਕ ਦੇ ਸਾਰਿਆਂ ਦੇ ਨਹੀਂ ਵਿਚਾਰੇ ਬਾਕੀ ਤਾਂ 15 15 ਸੁਢਾੜੀ ਵਾਲੇ ਹੀ ਹੁੰਦੇ ਗਏ ਬਹੁਤੇ ਤੇ ਰੇਟ ਬਹੁਤ ਵਧੇ ਨੇ ਇਹਨਾਂ ਦੇ ਵਿੱਚ ਯਾਨੀ ਕਿ ਜਿੰਨੇ ਕਿ ਚ ਫਿਲਮ ਪੂਰੀ ਬਣਦੀ ਸੀ ਉਹਨੇ ਤਾਂ ਇੱਕ ਛੋਟਾ ਮੋਟਾ ਆਮ ਕਲਾਕਾਰ ਮੰਗਣ ਲਾ ਪਿਆ ਤੇ ਇਹਦਾ ਇੰਨਾ ਇਹਨੇ ਰੇਟ ਵਧਣ ਦੇ ਕੀ ਕਾਰਨਾਂ ਤੇ ਇਸ ਫਿਲਮਾਂ ਦੇ ਇਸ ਦੌਰ ਨੂੰ ਤੁਸੀਂ ਕੀ ਕਹੋਗੇ ਬਹੁਤ ਸਫਲ ਕਹੋਗੇ ਜਾਂ ਇੱਕ ਟ੍ਰੈਂਡ ਆਇਆ ਸੀ ਤੇ ਚਲ ਜਾਏਗਾ ਨਹੀਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਨਾ ਕਿ ਇਹ ਜਿਹੜੀ ਪੰਜਾਬੀ ਫਿਲਮ ਦਸਤੀ ਹੈ ਨਾ ਇਹ ਕੁਝ ਕੁ ਬੰਦਿਆਂ ਦੇ ਹੱਥ 'ਚ ਆ ਜਿਹੜੇ ਬਿਜ਼ਨਸਮੈਨ ਬੰਦੇ ਨੇ ਜਿਹੜੇ ਫਿਲਮ ਮੇਕਰ ਨੇ ਅਸਲੀ ਫਿਲਮ ਮੇਕਰ ਨੇ ਉਹਨਾਂ ਦੇ ਹੱਥ 'ਚ ਅਜੇ ਇਹ ਚੀਜ਼ ਨਹੀਂ ਆਈ ਕਿਉਂਕਿ ਜਿਵੇਂ ਉਹਨਾਂ ਦੇ ਹੱਥ 'ਚ ਇਹ ਚੀਜ਼ ਆਊਗੀ ਤੇ ਫਿਰ ਜਿਹੜੇ ਆ ਲੋਕਾਂ ਦੇ ਰੇਟ ਵੀ ਕਰਨਗੇ ਆਪਣੇ ਸਭ ਤੋਂ ਵਧੀਆ ਡਾਇਰੈਕਟਰ ਵੀ ਨੇ ਕੈਮਰਾਮੈਨ ਵੀ ਨੇ ਭਾਜੀ ਮਨਜੀ ਉਹਨਾਂ ਨੂੰ ਕਹਿੰਦੇ ਨੇ ਮਨੂਰ ਜੀ ਉਹਨਾਂ ਨੇ ਵੀ ਪਿਛੇ ਸਵਾਲ ਉਠਾਇਆ ਸੀ ਕਿ ਇੱਕ ਤੇ ਤੁਹਾਡੇ ਜਿਹੜੇ ਗਰੁੱਪ ਬਣ ਗਏ ਨੇ ਉਹ ਗਰੁੱਪਾਂ ਦੇ ਵਿੱਚੋਂ ਮਤਲਬ ਬਾਹਰ ਨਿਕਲੋ ਤਾਂ ਕਿ ਸਾਰਿਆਂ ਨੂੰ ਕੰਮ ਮਿਲੇ ਨਵੇਂਆਂ ਨੂੰ ਮਿਲੇ ਜਿਹੜੇ ਵਧੀਆ ਐਕਟਰ ਨਹੀਂ ਉਹਨਾਂ ਨੂੰ ਵੀ ਕੰਮ ਮਿਲੇ ਤੇ ਦੂਜਾ ਇਹ ਹੈ ਕਿ ਤੁਸੀਂ ਇੰਨੇ ਪੈਸੇ ਕਿਉਂ ਲੈਂਦੇ ਜੀ ਜੀ ਜਦੋਂ ਪੰਜਾਬੀ ਫਿਲਮ ਦੀ ਟੈਰੀਟਰੀ ਇੰਨੀ ਛੋਟੀ ਆ ਇਹਨਾਂ ਬਿਜ਼ਨਸ ਨਹੀਂ ਕਰਦੀਆਂ ਤੇ ਤੁਸੀਂ ਕਰੋੜਾਂ ਦੇ ਵਿੱਚ ਪੈਸੇ ਮੰਗਦੇ ਕਿਉਂ ਮੰਗਦੇ ਜੀ ਹੂੰ ਤੇ ਬਾਕੀ ਇਹ ਹੈ ਕਿ ਉਹ ਮੰਗਦੇ ਆ ਉਹਨਾਂ ਨੂੰ ਮਿਲਦੇ ਵੀ ਆ ਮਿਲਦੇ ਉਹਨਾਂ ਨੂੰ ਇਸ ਕਰਕੇ ਮਿਲਦੇ ਕਿੱਥੋਂ ਆ ਮਿਲਦੇ ਕਿੱਥੋਂ ਆ ਕੀ ਫਿਲਮਾਂ ਕਵਰ ਕਰਦੀਆਂ ਜਾਂ ਸਿਰਫ ਜਿਹੜੇ ਪ੍ਰੋਡਿਊਸਰ ਨੇ ਨਵੇਂ ਜਿਨ੍ਹਾਂ ਨੂੰ ਫਿਲਮ ਇੰਡਸਟਰੀ ਬਾਰੇ ਪਤਾ ਹੀ ਨਹੀਂ ਵੀ ਹਜੇ ਉਹ ਨਵੇਂ-ਨਵੇਂ ਵਿੱਚ ਆਏ ਨੇ ਉਹਨਾਂ ਨੂੰ ਪੈਸੇ ਦੀ ਕੋਈ ਪ੍ਰੋਬਲਮ ਨਹੀਂ 2-4 ਕਰੋੜ ਇੱਧਰ ਉੱਧਰ 5-7 ਕਰੋੜ ਕੋਈ ਫਰਕ ਨਹੀਂ ਹੈਗਾ ਤੇ ਇਹ ਜਾਂ ਉਹ ਕਾਰਨ ਹੈ ਤੇ ਜਾਂ ਕਲਾਕਾਰ ਹੀ ਇੰਨੇ ਕੁ ਵਧੀਆ ਹੈਗੇ ਨੇ ਵੀ ਉਹੋ ਕਰੋੜ-ਕਰੋੜ ਦੇ ਹੱਕਦਾਰ ਹੈਗੇ ਨੇ ਕੀ ਕਾਰਨ ਸਾਰਿਆਂ ਦੇ ਵਿੱਚੋਂ ਨਹੀਂ ਕਰੋੜ-ਕਰੋੜ ਦੇ ਹੱਕਦਾਰ ਤਨੀ ਆਪਾਂ ਕਹਿ ਸਕਦੇ ਕਲਾਕਾਰ ਨੂੰ ਕਿਉਂਕਿ ਇਹ ਜਿਹੜੇ बिजनेसमੈਨ ਨੇ ਨਾ ਜਿਨ੍ਹਾਂ ਕੋ ਪੈਸਾ ਬਹੁਤ ਆ ਜਾਂ ਤੇ ਉਹ ਫਿਲਮਾਂ ਬਣਾ ਰਹੇ ਨੇ ਜਾਂ ਕਈ ਵਿਚਾਰੇ ਜਿਹੜੇ ਆ ਉਹਨਾਂ ਨੂੰ ਧੱਕੇ ਨਾਲ ਪ੍ਰੋਡਿਊਸਰ ਬਣਾਇਆ ਜਾਂਦਾ ਲਾਲਚ ਦੇ ਕੇ ਜੀ ਵੀ ਤੁਹਾਨੂੰ ਇੰਨਾ ਪੈਸਾ ਬਣੂਗਾ ਇੰਨਾ ਬਹੂ ਮਤਲਬ ਬਹੁਤ ਘੱਟ ਪ੍ਰੋਡਿਊਸਰ ਨੇ ਜਿਹੜੇ ਰਿਪੀਟ ਹੋਏ ਨੇ ਨਹੀਂ ਤੇ ਇੱਕ ਅੱਧੀ ਫਿਲਮ ਬਣਾ ਕੇ ਸਾਰੇ ਜਿਹੜੇ ਆ ਉਹ ਨੁਕਰੇ ਲੱਗੇ ਨੇ ਸੇਖ ਕਰਕੇ ਮਤਲਬ ਕਾਫੀ ਕੁਝ ਵਿੱਚ ਚੱਲ ਰਿਹਾ ਵਾ ਹੁਣ ਆਪਾਂ ਮਤਲਬ ਕੀ ਕਹਿ ਸਕਦੇ ਆ ਕਿਸੇ ਦਾ ਨਾਮ ਥੋੜਾ ਲੈ ਸਕਦੇ ਆ ਬਾਬੇ ਕਿ ਕਿਹੜੇ ਕਿਹੜੇ ਬੰਦੇ ਨੇ ਕਿਨੂੰ ਕਿਨੂੰ ਲੁੱਟਿਆ ਜਾਂ ਕਿਦਾਂ 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 ਪਰ ਇਹ ਆ ਕਿ ਮਤਲਬ ਇਹ ਨਹੀਂ ਹੋਣਾ ਚਾਹੀਦਾ ਅਸੀਂ ਇੱਕ ਬੰਦੇ ਦੇ ਅਸੀਂ ਕਿਹਨੇ ਅਸੀਂ ਪੰਜਾਬੀ ਦੀ ਸੇਵਾ ਕਰਨੀ ਹੈ ਜੇ ਸੇਵਾ ਕਰਨੀ ਆ ਤੁਸੀਂ ਪੈਸੇ ਲਓ ਇਹ ਨਹੀਂ ਵੀ ਨਾ ਲਓ ਪੈਸੇ ਆਪਣੀ ਮਿਹਨਤ ਲਓ ਜਾਇਜ਼ ਲਓ ਪਰ ਜਿਹੜਾ ਤੁਸੀਂ ਬਿਲਕੁਲ ਹੀ ਨਾ ਪੈਸਾ ਮੰਗ ਲੈਂਦੇ ਜੇ ਕਿ ਆਮ ਬੰਦਾ ਜੇ ਚੰਗੀ ਫਿਲਮ ਹੀ ਬਣਾਉਣੀ ਚਾਹੁੰਦਾ ਤੇ ਉਹ ਵੀ ਪਿੱਛੇ हट ਜਾਂਦਾ ਵੀ ਯਾਰ ਮੈਂ ਨਹੀਂ ਬਣਾ ਸਕਦਾ ਇਸ ਕਰਕੇ ਜਿਹੜੇ ਬਿਜ਼ਨਸਮੈਨ ਹੈ ਉਹ ਵਿੱਚ ਅੱਗੇ ਆਏ ਨੇ ਨਹੀਂ ਇਹ ਫਿਲਮ ਬਣਾਉਣ ਵਾਲਿਆਂ ਦਾ ਇਹ ਦਾਵਾ ਸੀਗਾ ਜਾਂ ਇਹਨਾਂ ਦਾ ਕਹਿਣਾ ਸੀਗਾ ਜਾਂ ਇਹ ਉਹ ਕਹਿ ਲੋ ਵੀ ਜਿਹੜਾ ਅਸੀਂ ਆਪਾਂ ਦੇਖਦੇ ਆਂ ਕਲੈਕਸ਼ਨ ਵਗੈਰਾ ਆਨਲਾਈਨ ਆਉਂਦੀ ਹੈ ਉਹ ਦੱਸਦੇ ਨੇ ਵੀ ਪਹਿਲੇ 3 ਦਿਨਾਂ ਚ ਕਹਿੰਦੇ ਪੂਰੀ ਹੋ ਜਾਂਦੇ ਪੈਸੇ ਫਿਲਮ ਦੇ ਜੇ ਫਿਲਮ ਵਧੀਆ ਤੇ ਹੋ ਜਾਂਦੇ ਆ ਆ ਤੇ ਫਿਲਮਾਂ ਜਿਹੜੀਆਂ ਕਾਮੇਡੀ ਫਿਲਮਾਂ ਆਈਆਂ ਉਹਨਾਂ ਦਾ ਤਾਂ ਕੋਈ ਲੌਜੀਕ ਸੀ ਨਹੀਂ ਸੀ ਤੇ ਪਰ ਉਹ ਫਿਲਮਾਂ ਨੇ ਉਹਦੇ ਵਿੱਚ ਫੇਕ ਵੀ ਦਿਖਾਇਆ ਜਾਂਦਾ ਨਾ ਲੋਕਾਂ ਨੂੰ ਜਿਆਦਾ ਫੇਕ ਦਿਖਾਇਆ ਜਾਂਦਾ ਮਨੁੱਖਾਂ ਨੂੰ ਜਿਹੜਾ ਅਸਲੀ ਹੁੰਦਾ ਵਾ ਉਹ ਤੇ ਬਹੁਤ ਘੱਟ ਹੁੰਦਾ ਉਹ ਤੇ ਚੰਦ ਫਿਲਮਾਂ ਆਈਆਂ ਜਿਨ੍ਹਾਂ ਨੇ ਮਤਲਬ ਵਧੀਆ ਪੈਸੇ ਕਮਾਏ ਆ ਜੀ ਜਾਂ ਕੁਝ ਨੇ ਪੈਸੇ ਪੂਰੇ ਕੀਤੇ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਉਹਨਾਂ ਨੇ ਘਾਟਾ ਹੀ ਪਾਇਆ ਇੱਕ ਫਿਲਮ ਬਾਰੇ ਹੋਰ ਸਵਾਲ ਕਰਕੇ ਫਿਰ ਆਪਾਂ ਤੁਹਾਡੇ ਪਾਸੇ ਚੱਲਾਂਗੇ ਵੀ ਤੁਸੀਂ ਕਿਹੜੀਆਂ ਕਿਹੜੀਆਂ ਫਿਲਮਾਂ 'ਚ ਕੰਮ ਕੀਤਾ ਜਾਂ ਕਿਹੜੀ ਕਿਹੜੀ ਫਿਲਮ ਆਉਣ ਵਾਲੇ ਸਮੇਂ 'ਚ ਬਣਾ ਰਹੇ ਹੋ ਕਿ ਤਕਰੀਬਨ ਤਕਰੀਬਨ ਫਿਲਮਾਂ ਜਿੰਨੀਆਂ ਦੇਖ ਲਓ ਆ ਪਿੱਛੇ ਕੋਵਿਡ ਦੇ ਦੌਰਾਨ ਜਦੋਂ ਲੋਕਾਂ ਨੂੰ ਘਰੇ ਬਹਿਣ ਦਾ ਮੌਕਾ ਮਿਲਿਆ ਤੇ ਘਰੇ ਤਕਰੀਬਨ ਤਕਰੀਬਨ ਇੰਟਰਨੈਟ ਤੇ ਸਾਰੀਆਂ ਫਿਲਮਾਂ ਪੰਜਾਬੀ ਪ ਤੇ ਬੰਦੇ ਨੇ ਕਈ ਵਾਰੀ ਇੱਕ ਦਿਨ ਚ ਦੋ ਦੋ ਤਿੰਨ ਤਿੰਨ ਚਾਰ ਚਾਰ ਫਿਲਮਾਂ ਵੀ ਪੰਜਾਬੀ ਦੇਖੀਆਂ ਪਰ ਉਹਨੂੰ ਜਦੋਂ ਚਾਰ ਫਿਲਮਾਂ ਪੰਜਾਬੀ ਦੀਆਂ ਇੱਕ ਦਿਨ ਚ ਦੇਖ ਲੈਂਦਾ ਤੇ ਉਹਨੂੰ ਚਾਹੁੰਦੇ ਇਹ ਨਹੀਂ ਸਮਝ ਆਉਂਦੀ ਵੀ ਆਹ ਸੀਨ ਕਿਹੜੀ ਫਿਲਮ ਦਾ ਸੀ ਆਹ ਐਕਟਰ ਕਿਹੜੀ ਫਿਲਮ ਸੀ ਆਹ ਐਕਟਰ ਕਿਹੜੀ ਸੀ ਸਾਰੀਆਂ ਫਿਲਮਾਂ ਦੇ ਵਿੱਚ ਉਹੀ ਐਕਟਰ ਨੇ ਉਹੀ ਚਾਚੇ ਨੇ ਉਹੀ ਤਾਏ ਨੇ ਉਹੀ ਭਰਾ ਰਿਹਾ ਉਹੀ ਮਾਵਾ ਨੇ ਇਹਦਾ ਕੀ ਕਾਰਨ ਹੈ ਅੱਜ ਕੱਲ ਇਹ ਜੱਗੀ ਭਾਜੀ ਬਹੁਤ ਮਾੜੀ ਗੱਲ ਹੈ ਕਿਉਂਕਿ ਅਸੀਂ ਜਿਸ ਪੂਰਾ ਅਸੀਂ ਇੱਕ ਵੱਡੀਆਂ ਫਿਲਮਾਂ ਸਾਰੀਆਂ ਵੇਖ ਕੇ ਅੰਦਾਜ਼ਾ ਲਾਈਏ ਨਾ ਤੇ ਅਸੀਂ ਇਹ ਕਹਾਂਗੇ ਕਿ ਪੰਜਾਬੀਆਂ ਨੂੰ ਇੱਕ ਕਾਰਟੂਨ ਬਣਾ ਕੇ ਪੇਸ਼ ਕੀਤਾ ਆ। ਇੰਨੇ ਉੱਚੀ ਉੱਚੀ ਪੰਚੇ ਮਾਰੇ ਜਾਂਦੇ ਆ ਜਿਨ੍ਹਾਂ ਪੰਚਾਂ ਦਾ ਕੋਈ ਜ਼ਰੂਰਤ ਹੀ ਨਹੀਂ ਹੁੰਦੀ ਕੋਈ। ਤੇ ਇਹ ਇਹ ਜਿਹੜਾ ਟ੍ਰੈਂਡ ਆ ਚੱਲਿਆ ਸੀ ਆਉਂਦੇ ਵੱਖਰੇ ਵੱਖਰੇ ਟ੍ਰੈਂਡ ਬੰਦੇ ਆ ਹੁਣ ਜਿਹੜਾ ਅਗਲਾ ਟ੍ਰੈਂਡ ਆਊਗਾ ਨਾ ਉਹ ਵਧੀਆ ਫਿਲਮਾਂ ਦਾ ਆਊਗਾ ਇਹ ਗਾਰੰਟੀ ਆ। ਕੰਟੈਂਟ ਮਤਲਬ ਭਾਰੀ ਭਾਰੀ ਕਹਾਣੀਆਂ ਵਧੀਆ ਹੋਣਗੀਆਂ ਜੀ ਪੰਜਾਬੀ ਕਹਾਣੀਆਂ ਦੇ ਉੱਤੇ ਪੰਜਾਬੀ ਕਲਚਰ ਤੇ ਪੰਜਾਬੀ ਮਿਊਜ਼ਿਕ ਦੇ ਉੱਤੇ ਬਾਲੀਵੁੱਡ ਵਾਲੇ ਕਰੋੜਾਂ ਰੁਪਏ ਕਮਾ ਕੇ ਅਸੀਂ ਕਿੱਥੇ ਤੁਰੇ ਫਿਰਦੇ ਆ। ਬਿਲਕੁਲ ਸਾਨੂੰ ਤੇ ਪਹਿਲਾਂ ਵੀ ਖਾਸ ਕਰਕੇ ਸਿੱਖਾਂ ਨੂੰ ਜਿਹੜਾ ਵਾ ਉਹ ਬਹੁਤ ਭੜੇ ਰੋਲ ਦੇ ਵਿੱਚ ਪੇਸ਼ ਕਰਦੇ ਆ ਮਸੀ ਮਸੀ ਉਹਦੇ ਤੋਂ ਨਿਕਲਣਾ ਸ਼ੁਰੂ ਹੋਇਆ ਹੈ ਮਸੀ ਥੋੜਾ ਥੋੜਾ ਕਰਕੇ ਕਰਕੇ ਮੈਂ ਤਾਂ ਸਾਰੇ ਜਿੰਨੇ ਵੀ ਫਿਲਮ ਮੇਕਰ ਨੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਵਧੀਆ ਫਿਲਮਾਂ ਬਣਾਓ ਯਾਰ ਵਧੀਆ ਕਹਾਣੀਆਂ ਲਾਓ ਤੁਹਾਡੇ ਕੋਲ ਸਾਰੇ ਸੋਰਸ ਨੇ ਤੁਸੀਂ ਬੜੀਆਂ ਵਧੀਆ ਫਿਲਮਾਂ ਬਣਾ ਸਕਦੇ ਜੀ ਇੱਕ ਵੈਸੇ ਕਹਿੰਦੇ ਵੀ ਐਕਟਰ ਤੇ ਹੀਰੋ ਦੇ ਵਿੱਚ ਫਰਕ ਹੁੰਦਾ ਹਾਂਜੀ ਹੁਣ ਜੇ ਅਸੀਂ ਹਿੰਦੀ ਫਿਲਮਾਂ ਦੀ ਗੱਲ ਕਰੀਏ ਨਸੂਰੀ ਉਦின் ਸ਼ਾਹ ਜਾਂ ਓਮਪੁਰੀ ਅਗਰ ਪਖਾਰੀ ਦਾ ਰੋਲ ਕਰੇਗਾ ਤੋ ਪਖਾਰੀ ਲੱਗੇਗਾ ਬਿਲਕੁਲ ਸ਼ਾਹਰੁਖ ਖਾਨ ਪਖਾਰੀ ਦਾ ਰੋਲ ਕਰੇਗਾ ਪਖਾਰੀ ਲੱਗੇਗਾ ਹੀਰੋ ਲੱਗੇਗਾ ਬਿਲਕੁਲ ਤੇ ਇਹੀ ਹਾਲ ਸਾਡੇ ਪੰਜਾਬੀ ਫਿਲਮਾਂ ਦੇ ਵਿੱਚ ਹੈਗਾ ਵੀ ਜਿਹੜੇ ਬੰਦੇ ਗਾਇਕ ਨੇ ਤੇ ਉਹ ਫਿਲਮ ਦੇ ਵਿੱਚ ਨੇ ਚਾਹੇ ਤੇ ਚਾਹੇ ਸਟੇਜ ਤੇ ਨੇ ਤੇ ਚਾਹੇ ਕੈਸਟਾਂ ਵਿੱਚ ਨੇ ਚਾਹੇ ਤੇ ਵੀਡੀਓ ਵਿੱਚ ਨੇ ਉਹ ਗਾਇਕ ਹੀ ਝਲਕਦੇ ਨੇ ਜਿਹੜੇ ਐਕਟਰ ਹੈਗੇ ਨੇ ਹੀਰੋ ਜਿਹੜੇ ਅਸੀਂ ਕੁਛ ਇੱਕ ਵਿਰਿੰਦਰ ਟਾਈਪ ਵਿਰਿੰਦਰ ਤੋਂ ਬਾਅਦ ਇੱਕ ਦੋ ਹੀ ਫਿਲਮਾਂ ਦੇ ਵਿੱਚ ਆਏ ਨੇ ਕੋਈ ਕਾਮਯਾਬ ਹੋਇਆ ਨਹੀਂ ਜਿਮੀ ਸ਼ੇ ਸੋ ਇਹ ਮੇਰੇ ਖਿਆਲ ਵੀ ਉਹਨਾਂ ਦੇ ਸਮੇਂ ਦੇ ਵਿੱਚ ਜਿਵੇਂ ਆਮੀਰ ਖਾਨ ਦੀਆਂ ਫਿਲਮਾਂ ਦਾ ਕੰਟੈਂਟ ਹੁੰਦਾ ਕੰਟੈਂਟ ਵਾਲੀਆਂ ਫਿਲਮਾਂ ਚੱਲਣ ਲੱਗ ਪਈ ਚੱਲੀਆਂ ਵੀ ਨੇ ਬਹੁਤ ਪਾ ਜੀ ਫਿਲਮਾਂ ਬਹੁਤ ਚੱਲਦੀਆਂ ਨੇ ਕੰਟੈਂਟ ਵਾਲੀਆਂ ਬਹੁਤ ਸੁਪਰ ਡੁਪਰ ਹੋਟੇ ਹੋਈਆਂ ਨੇ ਜੇ ਅਸੀਂ ਇਹ ਕਹਿੰਨੇ ਵਧੀਆ ਫਿਲਮਾਂ ਚੱਲਦੀਆਂ ਨਹੀਂ ਤੇ ਵਧੀਆ ਫਿਲਮਾਂ ਚੱਲਦੀਆਂ ਨੇ ਵਧੀਆ ਫਿਲਮਾਂ ਵੀ ਲੋਕ ਦੇਖਦੇ ਨੇ ਬਿਲਕੁਲ ਬਹੁਤ ਤੇ ਜਿਹੜੀਆਂ ਹੁਣ ਅ ਅੱਜਕੱਲ ਫਿਲਮਾਂ ਦਾ ਦੁਆਰਾ ਲੱਗਣੀਆਂ ਸ਼ੁਰੂ ਹੋ ਗਈਆਂ ਕਿ ਨਹੀਂ ਸਿਨੇਮਾ ਦੇ ਵਿੱਚ ਹਾਂਜੀ ਕੱਲ ਉਥੋਂ ਫੋਨ ਆਇਆ ਸੀਗਾ ਕਿ ਸਿਨੇਮੇ ਖੁੱਲਗੇ ਨਹੀਂ ਜੀ ਤੇ ਅੱਜੇ ਲੱਗੀਆਂ ਨਹੀਂ ਹੈ ਫ हां ਤੇ ਪਰ ਮੈਨੂੰ ਉਮੀਦ ਹੈ ਵੀ ਲੋਕ ਪਹਿਲਾਂ ਤੋਂ ਵੀ ਜ਼ਿਆਦਾ ਸਿਨੇਮਿਆਂ ਦੇ ਵਿੱਚ ਆਉਣਗੇ ਕਿਉਂ ਘਰੇ ਬੱਜਿਆ ਇੱਕ ਧਾਰਨਾ ਬਣ ਗਈ ਸੀ ਵੈਸੇ ਹੁਣ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਪੈਨਲਾਂ ਨੇ ਵੀ ਧਾਰਨਾ ਬਣਾਈ ਵੀ ਲੋਕਾਂ ਨੂੰ ਹੁਣ ਐਂਟਰਟੇਨਮੈਂਟ ਦੀ ਆਦਤ ਬਦਲ ਗਈ ਹੈ ਉਹਨਾਂ ਨੂੰ ਘਰੇ ਜਾਂ ਫੋਨ ਦੇ ਇਸ ਐਂਟਰਟੇਨਮੈਂਟ ਦੀ ਆਦਤ ਪੈ ਗਈ ਹੈ ਪਰ ਮੈਨੂੰ ਇਹ ਲੱਗਦਾ ਅਸੀਂ ਕਿਤੇ ਵੀ ਦੇਖਦੇ ਆਂ ਵੀ ਲਾਕਡਾਊਨ ਤੋਂ ਬਾਅਦ ਫਿਲਮਾਂ ਦੇ ਮਾਮਲੇ 'ਚ ਉਹ ਚੀਜ਼ ਨਹੀਂ ਹੋਏਗੀ ਫਿਲਮਾਂ ਤੋਂ ਲੋਕ ਥੀਏਟਰ ਵਿੱਚ ਹੀ ਦੇਖਣਾ ਪਸੰਦ ਕਰਨਗੇ ਸਾਰਾ ਕੁਝ ਬਦਲਦਾ ਰਹਿੰਦਾ ਜੀ ਦੁਨੀਆ ਦੇ ਉੱਤੇ ਹਰ ਬੰਦਾ ਜਿਹੜਾ ਉਹਦੀ ਸੋਚ ਜਿਹੜੀ ਆ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਬੜੀ ਬਣਾ ਚੇਂਜ ਹੁੰਦੀ ਆ ਜੀ ਦੋਸਤ ਚੇਂਜ ਹੁੰਦੇ ਨੇ ਹਰ ਇੱਕ ਚੀਜ਼ ਚੇਂਜ ਹੁੰਦੀ ਰਹਿੰਦੀ ਆ ਇਹ ਦੌਰ ਆਇਆ ਸੀਗਾ ਇਹ ਦੌਰ ਚਲੇ ਗਿਆ ਹੁਣ ਅਗਲਾ ਦੌਰ ਆਊਗਾ ਲੋਕੀ ਫੇਰ ਆਉਣਗੇ ਇਸੇ ਬੰਨੇ ਕਿਉਂਕਿ ਲੋਕਾਂ ਨੂੰ ਇਹ ਕੱਲਾ ਇਹ ਨਹੀਂ ਹੁੰਦਾ ਕਿ ਅਸੀਂ ਫਿਲਮ ਵੇਖਣ ਜਾਣਾ ਵਾ ਲੋਕਾਂ ਨੂੰ VOTING ਵੀ ਹੁੰਦੀ ਆ VOTING ਹੁੰਦੀ ਪਰ ਨਿਰ ਨਹੀਂ ਹੁੰਦਾ ਲੋਕਾਂ ਦਾ ਕੁਝ ਨਾ ਕੁਝ ਸਿੱਖਣ ਨੂੰ ਵੀ ਮਿਲਦਾ ਵਾ ਇਸ ਕਰਕੇ ਲੋਕ ਮਤਲਬ ਬਾਹਰ ਸਿਨੇਮੇ ਚ ਜਾਣਗੇ ਬੜਾ ਵਧੀਆ ਬਿਜ਼ਨਸ ਇਹ ਹੈਗਾ ਵਾ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਬੌਬ ਖਾਰਾ ਜੀ ਸਾਡੇ ਨਾਲ ਬਣੇ ਹੋਏ ਨੇ ਘਰਾਂ ਵਿੱਚ ਬੈਠੇ ਦਰਸ਼ਕਾਂ ਵਾਸਤੇ ਦੱਸ ਦੇਵਾਂ ਗੱਲਬਾਤ ਚੱਲ ਰਹੀ ਹੈ ਫਿਲਮਾਂ ਦੀ ਹਜੇ ਇੱਕ ਸੈਗਮੈਂਟ ਤੇ ਨਾਲ ਦੀ ਨਾਲ ਅਸੀਂ ਜਦੋਂ ਤੁਸੀਂ ਗੱਲਬਾਤ ਇਹਨਾਂ ਨਾਲ ਕਰਾਂਗੇ ਵੀ ਜਿਹੜੀ ਘਰਾਂ ਦੇ ਵਿੱਚ ਟਰੰਕਾਂ ਨੂੰ ਜਿੰਦੇ ਲੱਗੇ ਹੁੰਦੇ ਸੀਗੇ ਤੇ ਵਿੱਚ ਅੱਗ ਲੱਗ ਜਾਂਦੀ ਸੀਗੀ ਇਹ ਕਿਸੇ ਦੇ ਹੱਡੀਆਂ ਘਰ ਦੇ ਵਿੱਚ ਡਿੱਗੀਆਂ ਨੇ ਕਿਸੇ ਦੇ ਲਹੂ ਦੇ ਛਿੱਟੇ ਹੈਗੇ ਨੇ ਇਹੋ ਜਿਹਾ ਬੜਾ ਕੁਝ ਪਿੰਡਾਂ ਦੇ ਵਿੱਚ ਹੁੰਦਾ ਸੀ ਅੱਜ ਤੱਕ ਅਸੀਂ ਉਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਆ ਰਹੇ ਲੋਕ ਵਿਸ਼ਵਾਸ ਜਿਹੜੇ ਬਣੇ ਸੀ ਉਹਨਾਂ ਨੂੰ ਛੱਡ ਨਹੀਂ ਸਕੇ ਹਜੇ ਵੀ ਸੋ ਉਹਨਾਂ ਲੋਕ ਵਿਸ਼ਵਾਸਾਂ ਬਾਰੇ ਵਿਮ ਭਰਮਾਂ ਬਾਰੇ ਵੀ ਅਸੀਂ ਗੱਲ ਕਰਾਂਗੇ ਪਰ ਫਿਲਹਾਲ ਇੱਕ ਬ੍ਰੇਕ ਲੈਨੇ ਆ ਸਾਡੇ ਦਰਸ਼ਕ ਵੀ ਜੁੜੇ ਰਹੋ ਤੇ ਖੈਰਾਬ ਸਭ ਤੁਸੀਂ ਵੀ ਸਾਡੇ ਨਾਲ ਜੁੜੇ ਹੋ ਦੇਖਦੇ ਰਹੋ ਜਸ ਪੰਜਾਬੀ ब्रेक ਤੋਂ ਬਾਅਦ ਇੱਕ ਵਾਰ ਫੇਰ ਹਾਜ਼ਰ ਆ ਜੀ ਮੈਂ ਜਗਤਾਰ ਸਿੰਘ ਜੱਗੀ ਅੱਜ ਪ੍ਰੋਗਰਾਮ ਅਸੀਂ ਸਟੂਡੀਓ ਦੇ ਵਿੱਚ ਰਿਕਾਰਡ ਕਰ ਰਹੇ ਹਾਂ ਤੁਹਾਡੇ ਵਾਸਤੇ ਅੱਜ ਦਾ ਤੇ ਗੱਲਬਾਤ ਤਾਂ ਸਿੱਧਾ ਬੜਾ ਵਧੀਆ ਚੱਲ ਰਿਹਾ ਸੀ ਬ੍ਰੇਕ ਤੋਂ ਪਹਿਲਾਂ ਵੀ ਤੇ ਹੁਣ ਵੀ ਉਹਨੂੰ ਉਸੇ ਤਰ੍ਹਾਂ ਅੱਗੇ ਜਾਰੀ ਰੱਖਦੇ ਹਾਂ ਅੱਜ ਦੇ ਪ੍ਰੋਗਰਾਮ 'ਚ ਫਰਕ ਸਿਰਫ ਇੰਨਾ ਹੋਏਗਾ ਵੀ ਕੱਲਾਂ ਤੁਹਾਡੀਆਂ ਲਾਈਵ ਜੜੀਆਂ ਉਹ ਨਹੀਂ ਲਈਆਂ ਜਾਣੀਆਂ ਬਾਕੀ ਗੱਲਬਾਤ ਆਪਣੀ ਉਹੋ ਹੀ ਆ ਊੜੇ ਆੜੇ ਦੇ 35 ਅੱਖਰ ਹੁੰਦੇ ਆ 35 ਅੱਖਰਾਂ ਦੇ ਵਿੱਚੋ ਹੀ ਆਪਾਂ ਸਾਰੀ ਗੱਲਬਾਤ ਹਮੇਸ਼ਾ ਕਰੀਦੀ ਆ ਤੇ ਹਮੇਸ਼ਾ ਕਰਨੀ ਆ ਤੇ ਅੱਜ ਵੀ ਕਰ ਰਹੇ ਆ ਪਰ ਅੱਜ ਸਟੂਡੀਓ ਐ ਸਟੂਡੀਓ ਚਾਹੀਏ ਨੇ ਕੈਲੀਫੋਰਨੀਆ ਤੇ ਇਹਨਾਂ ਨਾਲ ਵੀ ਗੱਲਬਾਤ ਜਿਹੜੀ ਚੱਲਦੀ ਹੈ ਜੀ ਬੋਪਾ ਜੀ ਹਾਂਜੀ ਇੱਕ ਵਾਰ ਫੇਰ ਸਵਾਗਤ ਆ ਅਸੀਂ ਕਾਫੀ ਗੱਲ ਕੀਤੀ ਪੰਜਾਬੀ ਫਿਲਮਾਂ ਬਾਰੇ ਚਲੋ ਅਸੀਂ ਇਹੀ ਅਰਦਾਸ ਕਰਦੇ ਹਾਂ ਵੀ ਫਿਲਮਾਂ ਫੇਰ ਦੁਬਾਰਾ ਚੱਲਣ ਕਿਉਂਕਿ ਇੱਕ ਫਿਲਮ ਚੱਲਣ ਦੇ ਨਾਲ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਅੱਗੇ ਦੀ ਅੱਗੇ ਖਾਸ ਤੌਰ ਤੇ ਤੇ ਅੱਛਾ ਜਿਹੜਾ ਫਿਲਮਾਂ ਦੀ ਅਸੀਂ ਗੱਲ ਕੀਤੀ ਹੈ ਤੁਹਾਡੀਆਂ ਅੱਜ ਕੱਲ੍ਹ ਕਿਹੜੀਆਂ ਫਿਲਮਾਂ ਫਿਲਮਾਂ ਚੱਲ ਰਹੀਆਂ ਜਾਂ ਫਿਲਮਾਂ ਤੇ ਕੰਮ ਚੱਲ ਰਿਹਾ ਕੋਈ ਉਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਮੇਰੀਆਂ ਜਿਵੇਂ ਪਹਿਲਾਂ ਮੈਂ ਜਦੋਂ ਤੁਸੀਂ ਨਾਂ ਲਿਆ ਗੁੱਗੂ ਗਿਲਜੋਗ ਰਾਜ ਦਾ ਉਸ ਦੌਰ ਦੇ ਵਿੱਚ ਮੈਂ ਇੰਟਰ ਹੋਇਆ ਸੀ ਫਿਲਮਾਂ ਦੇ ਵਿੱਚ ਜੀ ਗੁੱਗੂ ਗੱਲਾਂ ਵੀ ਮੇਰੀਆਂ ਆਈਆਂ ਫਿਲਮਾਂ ਦਾਵਾ ਜੀ ਨਾਲ ਜਸਪਾਲ ਪੱਟੀ ਨਾਲ ਤੇ ਇਹ ਹੁਣ ਵੀ ਮੇਰੀਆਂ ਜਿਹੜੀਆਂ ਫਿਲਮਾਂ ਨੇ ਹੁਣ ਜਿੱਦਾਂ ਦੋ ਤਿੰਨ ਫਿਲਮਾਂ ਹੁਣ ਮੇਰੀਆਂ ਆਈਆਂ ਨੇ ਜੀ ਲਾਡੂ ਖਾਨ ਸਲੂਟ ਜੀ ਕਿਰਦਾਰੇ ਸਰਦਾਰ ਬਾਕੀ ਹੁਣ ਆ ਰਹੀਆਂ ਨੇ ਕੰਟਰੀ ਸਾਈਡ ਗੁੰਡੇ ਇੱਕ ਹਿੰਦੀ ਦੀ ਫਿਲਮ ਆਰੀ ਹੈ ਚਾਰ ਕੱਪ ਚਾਹੇ ਹਾਂ ਇਕਾ ਆਪਣਾ ਐਮੀ ਵਰਕ ਨਾ ਕਰਕੇ ਆਏ ਜੀ ਹੁਣ ਨਹੀਂ ਮੁੜਦੇ ਯਾਰ ਤੇ ਹੁਣ ਅਜੇ ਹੋਰ ਦੋ ਤਿੰਨ ਫਿਲਮਾਂ ਜਿਹੜੀਆਂ ਉਹ ਸਾਡੀਆਂ ਲਾਈਨ 'ਚ ਨੇ ਬਾਹਰਲਾ ਮੁਲਕ ਤੇ ਕੋਬਰਾ ਜੈਟ ਤੇ ਇੱਕ ਹੈਗੀ ਗਵਾਂਡੀ ਉਹ ਵਗਨ ਫਿਲਮਾਂ ਸਾਡੀਆਂ ਲੈਂਦੇ ਨੇ ਔਰ ਬਹੁਤ ਵਧੀਆ ਕਹਾਣੀਆਂ ਦੇ ਤੇ ਫਿਲਮਾਂ ਨੇ ਤੇ ਆਸ ਹੈ ਕਿ ਲੋਕਾਂ ਨੂੰ ਪਸੰਦ ਆਉਣਗੀਆਂ ਜਦੋਂ ਵੀ ਆਉਣਗੀਆਂ ਨਹੀਂ ਇਹਨਾਂ ਦੇ ਵਿੱਚੋਂ ਨਾਮ ਕਈ ਤਾਂ ਬਹੁਤ ਵਧੀਆ ਨੇ ਤੁਹਾਡੇ ਫਿਲਮਾਂ ਦੇ ਵਾਕਿਆ ਹੀ ਲੱਗਦਾ ਫਿਲਮਾਂ ਦਾ ਅੱਜਕੱਲ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤੇ ਇੱਕ ਟ੍ਰੈਂਡ ਜਾਂ ਬਣ ਗਿਆ ਜੀ ਉਹ ਲੱਡੂ ਬਰਫੀ ਲੌਂਗ ਇਲਾਚੀ ਲਾਵਾਂ ਫੇਰੇ ਚਾਚਾ ਭਤੀਜਾ ਜਿਵੇਂ ਇਹੋ ਜਿਹੇ ਇਹੋ ਜਿਹੇ ਟ੍ਰੈਂਡ ਜੇ ਇੱਕ ਵੱਖਰੇ ਜੇ ਬਣ ਗਿਆ ਉਹ ਇਹ ਕੀ ਲੋਕਾਂ ਨੂੰ ਇਹ ਲੱਗਦਾ ਵੀ ਇਹੋ ਜਿਹੇ ਨਾਮ ਰੱਖ ਕੇ ਫਿਲਮ ਜ਼ਿਆਦਾ ਚੱਲਦੀ ਜਾਂ ਹੋਰ ਕੋਈ ਕਾਰਨ ਮੈਂ ਤੁਹਾਨੂੰ ਦੱਸਿਆ ਜੀ ਕਿ ਸਾਡੇ ਚ ਭੇਡ ਚਾਲ ਆ ਬਸ ਅਸੀਂ ਵੇਖਣਾ ਫਲਾਣੇ ਨੇ ਕੀ ਬਣਾਏ ਜੇ ਉਦੋਂ ਅੰਗਰੇਜ਼ ਫਿਲਮ ਆਈ ਸੀ ਤੇ ਸਾਰੀਆਂ ਫਿਲਮਾਂ ਜਿਹੜੀ ਪੁਰਾਣੇ ਦੌਰ ਦੀਆਂ ਬਣ ਲੱਪੀਆਂ ਇੱਕ ਫਿਲਮ ਜਿੱਦਾਂ ਨਹੀਂ ਆਉਂਦੀ ਆ ਮਗਰ ਓਦਾਂ ਹੀ ਉਹਦੇ ਮਗਰ ਪੀੜ ਲੱਗ ਜਾਂਦੀ ਆ ਤੇ ਇਸ ਚੀਜ਼ ਦੇ ਵਿੱਚੋਂ ਨਿਕਲਣਾ ਸਾਡੇ ਪੰਜਾਬੀਆਂ ਲਈ ਥੋੜਾ ਜਿਹਾ ਮੁਸ਼ਕਲ ਆ ਪਰ ਨਿਕਲ ਆਉਣਗੇ ਬਹੁਤ ਜਲਦੀ ਨਿਕਲ ਆਉਣਗੇ ਔਰ ਮੈਂ ਮਤਲਬ ਗਰੰਟੀ ਕਰਦਾ ਕਿ ਬੜੀਆਂ ਵਧੀਆ ਫਿਲਮਾਂ ਬਣ ਗਈਆਂ ਹੁਣ ਲੋਕੀ ਸਾਰੇ ਜਿਹੜੇ ਆ ਸੋਚ ਰਹੇ ਆ ਪਹਿਲਾਂ ਬਹੁਤ ਜਿਹੜਾ ਮਤਲਬ ਕਮੇਡੀ ਦਾ ਦੌਰ ਚੱਲਿਆ ਸੀ ਉਸ ਤੋਂ ਥੋੜਾ ਜਿਹਾ ਹਟ ਕੇ ਹੋਣ ਜਣੀਆਂ ਫਿਲਮਾਂ ਜਿਹੜੀਆਂ ਆਉਣਗੀਆਂ ਬਹੁਤ ਵਧੀਆ ਇਹ ਬਿਲਕੁਲ ਜੀ ਵੈਸੇ ਫਿਲਮਾਂ ਜਿਵੇਂ ਇੱਕ ਸਮਾਂ ਸੀਗਾ ਪੰਜਾਬ ਦੇ ਵਿੱਚ ਪ੍ਰਾਪਰਟੀਆਂ ਦਾ ਬਹੁਤ ਕੰਮ ਜ਼ਿਆਦਾ ਸੀਗਾ ਇੱਕ ਡਿਸਪਿਊਟਡ ਪ੍ਰਾਪਰਟੀਆਂ ਲੱਭੀ ਜਾਣੀਆਂ ਜੀ ਲੀਡਰ ਇਨਵੋਲਵ ਹੁੰਦੇ ਸੀ ਉਹਦੇ ਵਿੱਚ ਤਾਂ ਉਦੋਂ ਵੀ ਇਹ ਹਾਲ ਹੋ ਗਿਆ ਸੀ ਵੀ ਜਿਨ੍ਹਾਂ ਨੇ ਕਦੀ ਨਾ ਹੀ ਕੱਟੇ ਸੀ ਤੇ ਉਹ ਆਪਣਾ ਪਲਾਟ ਕੱਟਦਾ ਫਿਰਦਾ ਸੀ ਤੇ ਅੱਜ ਕੱਲ ਵੀ ਜਿਨ੍ਹਾਂ ਨੇ ਕਦੀ ਚਾਹ ਨਹੀਂ ਬਣਾਈ ਤੇ ਫਿਲਮ ਬਣਾਉਣ ਲੱਪਿਆ ਸੀਗਾ ਪਿੱਛੇ ਜੇ ਸਮਾਂ ਇਹ ਹੋ ਜਾ ਆ ਗਿਆ ਇਧਰਲੇ ਮੁਲਕਾਂ ਦੇ ਵਿੱਚ ਬੜਾ ਲੋਕ ਪੁੱਛਦੇ ਸੀ ਵੀ ਯਾਰ ਬਾਪੂ ਕਿੰਨੇ ਕਦੀ ਇੱਕ ਖੇਡ ਤੇ ਉਹ ਕਹਿੰਦੇ ਮੈਂ 3 ਕਰੋੜ ਲੱਗਦਾ ਅੱਜ ਕੱਲ ਉਹ ਕਹਿੰਦਾ ਯਾਰ 3 ਕਰੋੜ ਦੀ ਤਾਂ ਕੋਈ ਗੱਲ ਨਹੀਂ 3 ਦਾ 3.5 ਵੀ ਲਾ ਦਿਓ ਤੇ ਮੋੜਨਗੇ ਕਿੰਨੇ ਇਹ ਚੀਜ਼ਾਂ ਜਿਹੜੀਆਂ ਅਨਪ੍ਰੋਫੈਸ਼ਨਲ ਲੋਕ ਆ ਜਾਂਦੇ ਨੇ ਉਹਨਾਂ ਨੂੰ ਪੈਸੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸਿਰਫ ਦੋ ਚਾਰ ਚੀਜ਼ਾਂ ਹੁੰਦੀਆਂ ਬੱਲੇ 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 ਤੇ ਉਹਦਾ ਕਰਕੇ ਕੰਮ ਥੋੜਾ ਜਿਆਦਾ ਇੱਕ ਵਾਰੀ ਵੇਵ ਆਉਂਦੀ ਆ ਤੇ ਦੂਜੀ ਅਗਰ ਅਸੀਂ ਗੱਲ ਕਰੀਏ ਪੰਜਾਬੀ ਫਿਲਮਾਂ ਮੜੀਆਂ ਬੜੀਆਂ ਜੇ ਅਸੀਂ ਹਿੰਦੀ ਫਿਲਮਾਂ ਦੀ ਗੱਲ ਕਰੀਏ ਹਿੰਦੀ ਫਿਲਮਾਂ ਦੀ ਸਾਰੀਆਂ ਚੰਗੀਆਂ ਤਾਂ ਨਹੀਂ ਆਉਂਦੀਆਂ ਸਾਰੀਆਂ ਹਿੱਟ ਨਹੀਂ ਹੁੰਦੀਆਂ ਕਿਉਂਕਿ ਉੱਥੇ ਵੀ ਸਾਡੇ ਵਰਗੇ ਲੋਕ ਨੇ ਇੱਕ ਗਲਗਿੱਦਗੀ ਪਾਜੀ ਕਿ ਫਿਲਮ ਜਿਹੜੀ ਆ ਉਹ ਕਰੋੜ ਚ ਵੀ ਬਣਦੀ ਆ 2 ਕਰੋੜ ਚ ਵੀ ਬਣਦੀ ਆ 3 ਚ ਵੀ ਬਣਦੀ 5 ਚ ਵੀ ਬਣਦੀ ਆ ਪਰ ਚੱਕਰ ਇਹ ਆ ਕਿ ਜਦੋਂ ਅਸੀਂ ਪ੍ਰੋਡਿਊਸਰ ਨੂੰ ਸਾਡੇ ਲੋਕ ਉੱਥੇ ਜਿਹੜੇ ਤੁਰ ਫਿਰਦੇ ਨੇ ਜਦੋਂ ਪ੍ਰੋਡਿਊਸਰ ਫਸਦਾ ਵਾ ਉਹਨੂੰ ਇਹੋ ਦੱਸਿਆ ਜਾਂਦਾ ਵੀ ਲੈ ਤੇਰੀ ਤੇ 2-3 ਕਰੋੜ ਚ ਫਿਲਮ ਬਣ ਜਾਣੀ ਆ ਪਰ ਉਹ ਇਹ ਨਹੀਂ ਦੱਸਦੇ ਕਿ 3 ਕਰੋੜ ਚ ਬਣ ਕੇ ਨਾਲ 3 ਕਰੋੜ ਉੱਤੇ ਹੋਰ ਲੱਗਦਾ ਉਹਨੂੰ ਰਿਲੀਜ਼ ਕਰਨ ਵਾਸਤੇ ਪਬਲਿਸਿਟੀ ਇਹ ਚੀਜ਼ ਨਹੀਂ ਦੱਸਦੇ ਹੁਣ ਬਹੁਤ ਜ਼ਰੀਆਂ ਫਿਲਮਾਂ ਜਿਹੜੀਆਂ ਬਣ ਕੇ ਡੱਬਿਆਂ ਚ ਪਈਆਂ ਨੇ ਉਹ ਰਿਲੀਜ਼ ਨਹੀਂ ਕਰ ਸਕਦੇ ਰਿਲੀਜ਼ ਕਰਨ ਵਾਸਤੇ ਸਿਨੇਮੇ ਲੈਣ ਵਾਸਤੇ ਪ੍ਰੋਮੋਸ਼ਨ ਵਾਤੇ ਪਾਇਆ ਚਾਹੀਦਾ ਹੁੰਦਾ ਨਹੀਂ ਉਹਨਾਂ ਨੂੰ ਤੇ ਇੱਕ ਪ੍ਰੋਡਿਊਸਰ ਨੂੰ ਬਸਾਉਣ ਵਾਸਤੇ ਬੜਾ ਵਧੀਆ ਤਰੀਕਾ ਮੈਂ ਦੇਖਿਆ ਉਹਨਾਂ ਦਾ ਵੀ ਉਹਨਾਂ ਨੇ ਜਿਹੜੀ ਫਿਲਮ ਹਿੱਟ ਹੋਈ ਆ ਉਹਨੂੰ ਕੰਪੇਅਰ ਕਰਨ ਦੇਖੋ ਜੀ ਫਲਾਨੀ ਫਿਲਮ ਤੇ 3 ਕਰੋੜ ਲੱਗਿਆ ਸੀ 20 ਕਰੋੜ ਕਮਾ ਗਈ ਬਿਲਕੁਲ ਬਿਲਕੁਲ 3 ਕਰੋੜ ਜਿਹੜਾ ਫਿਲਮ ਬਣਨ ਤੇ ਲੱਗਿਆ ਉਹੀ ਦੱਸਣਾ ਉਹੀ ਦੱਸਣਾ ਬਾਕੀ ਖਰਚੇ ਨਹੀਂ ਤੇ 20 ਕਰੋੜ ਕਮਾ ਗਈ ਤੇ ਪ੍ਰੋਡਿਊਸਰ ਨੂੰ ਲੱਗਦਾ ਵੀ ਯਾਰ ਚੱਲ ਮੇਰੀ 20 ਨਾ ਹੀ ਕਮਾਵੇ 5 ਹੀ ਕਮਾ ਜੇ ਚੱਲ 3 ਲਾ ਕੇ ਬਿਲਕੁਲ ਤੇ ਉਹ ਵੀ ਮਾੜੀ ਗੱਲ ਨਹੀਂ ਚਲੋ ਖੈਰ ਇਹ ਸਾਰਾ ਚੰਗਾ ਮਾੜ ਕੈਸਟਾ ਵਾਲਾ ਸਮਾਂ 뮤직 ਜਿਹੜਾ ਹੁੰਦਾ ਸੀ ਉਹ ਵੀ ਜਦ ਹੁੰਦਾ ਸੀ ਟਾਈਮ ਚੇਂਜ ਹੁੰਦਾ ਰਹਿੰਦਾ ਤੇ ਫਿਲਮਾਂ ਦਾ ਵੀ ਚੇਂਜ ਹੁੰਦਾ ਅੱਛਾ ਅਸੀਂ ਅਗਰ ਬੌਬ ਖੈਰਾ ਦੀ ਗੱਲ ਕਰੀਏ ਤੇ ਤੁਹਾਡਾ ਨਾਮ ਜਿਹੜਾ ਬੌਬ ਖੈਰਾ ਅਸਲੀ ਨਾਮ ਤਾਂ ਤੁਹਾਡਾ ਭਗਵਾਨ ਸਿੰਘ ਹਾਂਜੀ ਭਗਵਾਨ ਸਿੰਘ ਖੈਰਾ ਹਾਂਜੀ ਤੇ ਭਗਵਾਨ ਸਿੰਘ ਤੋਂ ਬੌਬ ਕਦੋਂ ਬਣੇ ਬਸ ਜੀ ਜਦੋਂ ਅਮਰੀਕਾ ਆਏ ਤੇ ਬੜੀ ਬੜੀ ਜਗ੍ਹਾ ਤੇ ਮੈਂ ਸਟੋਰ ਰਸੀ ਮੇਰਾ ਉੱਥੇ ਵੀ ਜਦੋਂ ਕੋਈ ਆ ਕੇ ਕਹਿੰਦਾ ਇਹਦੇ ਬੈਗ ਬੈਗਵਾਨ ਕਰਕੇ ਬੋਲਦਾ ਤਾਂ ਬੋਲਣਾ ਨਹੀਂ ਆਉਂਦਾ ਐਮਬੈਸੀ ਵਾਲੇ ਵੀ ਇਦਾਂ ਹੀ ਬੋਲਦੇ ਮੈਂ ਕਿਹਾ ਚਲੋ ਭਗਵਾਨ ਤੇ ਹੁਣ ਮੈਂ ਇੱਕ ਭਗਵਾਨ ਤੋਂ ਬਾਗੀ ਆ ਮੈਂ ਤੇ ਨਾਸਤਿਕ ਬੰਦਾ ਹਾਂ ਮੈਂ ਭਗਵਾਨ ਤੇ ਮੈਂ ਕਦੇ ਵੇਖਿਆ ਹੀ ਨਹੀਂ ਤੇ ਉਹ ਨਾਂ ਵੀ ਚੇਂਜ ਕਰ ਰਹੀ ਐ ਸੋ ਭਗਵਾਨ ਤੋਂ ਬਾਅਦ ਇਦਾਂ ਬਣ ਗਿਆ ਜੀ ਤੇ ਸ਼ੁਰੂਆਤ ਜਿਹੜੀ ਫਿਰ ਤੁਹਾਡੀ ਇਸ ਲਾਈਨ ਦੀ ਜਾਂ ਪਹਿਲਾਂ ਖੇਤੀਬਾੜੀ ਕਰਦੇ ਸੀ ਕਿਹੜਾ ਪਿੰਡ ਪਿੰਦਾ ਪਿੱਛੋਂ ਮੇਰਾ ਪਿੰਡ ਹੈ ਜੀ ਤਰਨਤਾਰਨ ਦੇ ਨਾਲ ਸ਼ੇਰੋਂ ਪਿੰਡ ਆ ਬੜਾ ਮਸ਼ਹੂਰ ਪਿੰਡ ਸੀ ਪਹਿਲਵਾਨਾਂ ਦਾ ਵੱਡੇ ਵੱਡੇ ਪਹਿਲਵਾਨ ਸੀਗੇ ਉੱਥੇ ਦੇ ਵੱਡੇ ਵੱਡੇ ਬਲਕੀਏ ਸੀ ਤੇ ਮੈਂ ਵੀ ਪਹਿਲਵਾਨੀ ਕੀਤੀ ਥੋੜਾ ਜਿਹਾ ਤੇ ਉਸ ਪਿੰਡ ਦੇ ਵਿੱਚੋਂ ਜਦੋਂ ਮੈਂ ਚੰਡੀਗੜ੍ਹ ਆਇਆ ਜੀ ਉੱਥੇ ਫਿਰ ਹੈਗੀ ਆ ਮਲਕੀਤ ਡੌਲੀ ਉਹਦੇ ਰਾਹੀਂ ਫਿਰ ਮੈਂ ਜਸਵਾਲ ਪੱਟੀ ਜੀ ਨੂੰ ਦਾਰਾ ਜੀ ਨੂੰ ਮਿਲਿਆ ਉੱਥੋਂ ਫਿਰੇ ਕੰਮ ਚੱਲਿਆ ਜੀ ਵਾਹ ਜੀ ਵਾਹ ਮਤਲਬ ਸ਼ੁਰੂ ਤੋਂ ਪਹਿਲਵਾਨੀ ਵਾਲੇ ਪਹਿਲਵਾਨੀ ਵਾਲੇ ਪਾਸੇ ਹੋ ਗਏ ਤੇ ਰਾਹੀਂ ਹਾਂਜੀ ਹਾਂਜੀ ਬਾਕੀ ਮੈਂ ਇੱਕ ਸਿੰਗਰ ਰਣਜੀਤ ਮਣੀ ਉਹਨੂੰ ਵੀ ਸਭ ਤੋਂ ਪਹਿਲਾਂ ਮੈਂ ਰਿਕਾਰਡ ਕੀਤਾ ਹੋਰ ਵੀ ਦੋ ਤਿੰਨ ਸਿੰਗਰ ਕੀਤੇ ਸੀ ਫਿਰ ਮਾਨਕ ਸਾਹਿਬ ਨਾਲ ਬਹੁਤ ਵਧੀਆ ਰਿਲੇਸ਼ਨ ਸੀਗੇ ਹੂੰ ਘਰ ਵਾਲੀ ਗੱਲ ਸੀ ਉਹਨਾਂ ਨਾਲ ਉੱਥੇ ਜਦੋਂ ਜਾਈਦਾ ਫਿਰ ਸਿੰਗਰਾਂ ਦੇ ਨਾਲ ਵਾਹ ਪੈ ਗਿਆ ਹੂੰ ਇਦਾਂ ਫੇਸ 9 ਵੱਲੇ ਥੋੜਾ ਜਿਹਾ ਚਕਾਓ ਗਿਆ ਜਿਆਦਾ ਜੀ ਹਾਂਜੀ ਤੇ ਜਿਹੜੀਆਂ ਆਉਣ ਵਾਲੀਆਂ ਫਿਲਮਾਂ ਦੀ ਤੁਸੀਂ ਗੱਲ ਕੀਤੀ ਆ ਜਿਵੇਂ ਗਵਾਂਢੀ ਫਿਲਮ ਦਾ ਥੋੜੀ ਜਿਹੀ ਤੁਸੀਂ ਸਕ੍ਰਿਪਟ ਮੈਨਾਂ ਸਾਂਝੀ ਕੀਤੀ ਚਲੋ ਜੇ ਦਰਸ਼ਕਾਂ ਨਾਲ ਕਰਨ ਦਾ ਸਮਾਂ ਤਾਂ ਨਹੀਂ ਹੈਗਾ ਹਾਂਜੀ ਤੇ ਇਹ ਤਾਂ ਇਹੋ ਜੀ ਫਿਲਮ ਅਗਰ ਪ੍ਰੋਪਰ ਬਣ ਜਾਂਦੀ ਆ ਬਿਲਕੁਲ ਤਾਂ ਮੇਰਾ ਖਿਆਲ ਆ ਵੀ ਇਹੋ ਜੀ ਫਿਲਮ ਨੂੰ ਲੋਕਾਂ ਨੇ ਪਸੰਦ ਕਰਨਾ ਹੀ ਕਰਨਾ ਚਾਹੀਦਾ ਬਹੁਤ ਵਧੀਆ ਕਹਾਣੀਆਂ ਜੀ ਮੈਂ ਜਿੱਥੇ ਵੀ ਪਾਕਿਸਤਾਨ ਦੇ ਵਿੱਚ ਜਾ ਇੱਧਰ ਸੁਣਾਈਆਂ ਕਹਾਣੀ ਆਪਣੇ ਜਿੰਨੇ ਵੀ ਬੰਦਿਆਂ ਨਾਲ ਸ਼ੇਅਰ ਕੀਤੀ ਥੋੜੀ ਬਹੁਤੀ ਹਰ ਬੰਦੇ ਨੇ ਬੜੇ ਉਤਸ਼ਾਹ ਨਾਲ ਇਹ ਗੱਲ ਕੀਤੀ ਹੈ ਕਿ ਬਹੁਤ ਵਧੀਆ ਕਹਾਣੀ ਹੋਰ ਵੀ ਮੇਰੇ ਕੋਲ ਕਹਾਣੀਆਂ ਮੇਰੇ ਕੋਲ ਬਹੁਤ ਨੇ ਮੈਂ ਬੜੀਆਂ ਬਹੁਤ ਵਧੀਆ-ਵਧੀਆ ਜਾਦੀਆਂ ਟਰੂ ਸਟੋਰੀਆਂ ਦੇ ਹਿਸਾਬ ਬਣਾਈਆਂ ਹੋਈਆਂ ਨੇ ਸੋ ਮੈਂ ਚਾਹੁੰਦਾ ਕਿ ਵਧੀਆ ਕਹਾਣੀਆਂ ਤੇ ਵਧੀਆ ਫਿਲਮਾਂ ਬਣੀਆਂ ਹੋਣ ਤਾਂ ਕਿ ਲੋਕ ਸਦੀਆਂ ਤੱਕ ਯਾਦ ਕਰਨ ਕਿ ਹਾਂ ਜਿਵੇਂ ਆਪਾਂ ਹਿੰਦੀ ਫਿਲਮਾਂ ਦੇ ਵਿੱਚ ਵੇਨੇ ਆ ਸ਼ੋਲੇ ਆ ਜਾਂ ਪ੍ਰਾਣੀਆਂ ਫਿਲਮਾਂ ਵੇਨੇ ਆ ਜਿਹੜੀ ਆਈਆਂ ਸੀਗੀਆਂ ਕਈ ਨਾਮੇ ਮੁਗਲੇ ਆਜਮ ਵਗੈਰਾ ਹੋਰ ਕਿੰਨੀਆਂ ਫਿਲਮਾਂ ਆ ਉਹ ਇਦਾਂ ਕੋਈ ਵਧੀਆ ਫਿਲਮ ਬਣੀ ਹੋਵੇ ਇਹ ਪਤਾ ਨਹੀਂ ਕਿਉਂ ਅਸੀਂ ਕੱਲਾ ਪੈਸਾ ਹੀ ਵੇਖਦੇ ਆ ਕੱਲੇ ਪੈਸੇ ਨਾਲ ਕੁਝ ਨਹੀਂ ਬਣਦਾ ਤੁਹਾਡੇ ਮਤਲਬ ਅੰਦਰ ਹੋਣੀ ਚਾਹੀਦੀ ਅੱਗ ਕਿ ਮੈਂ ਕੁਝ ਵਧੀਆ ਫਿਲਮ ਬਣਾਉਣੀ ਵਧੀਆ ਲਿਖਣਾ ਵਧੀਆ ਬੋਲਣਾ ਤੇ ਬਾਕੀ ਜਿਹੜੀ ਆਪਾਂ ਇਹ ਗੱਲ ਕਰਦੇ ਆਂ ਵੀ ਲੋਕ ਚੰਗੀਆਂ ਚੀਜ਼ਾਂ ਪਸੰਦ ਨਹੀਂ ਕਰਦੇ ਤਾਂ ਇੱਕ ਦੋ ਫਿਲਮਾਂ ਆਈਆਂ ਸੀਗੀਆਂ ਬੜਾ ਪੈਸਾ ਉਹਨਾਂ ਲਾਇਆ ਬੜੇ ਚਾਅ ਨਾਲ ਬਣਾਈਆਂ ਔਰ ਸੇਧ ਦੇਣ ਵਾਲੀਆਂ ਫਿਲਮਾਂ ਉਹ ਚੱਲੀਆਂ ਨਹੀਂ ਉਹ ਫਰਸਟ ਇਹ ਇਵਨ ਰਾਜਪੂਰ ਦੀ ਗੱਲ ਕਰ ਰਿਹਾ ਰਾਜਪੂਰ ਨੇ ਜਿਹੜੀ ਬਣਾਈ ਸੀ ਉਹ ਮੇਰੇ ਨਾਲ ਜੋਕਰ ਤੇ ਕਿੰਨਾ ਕੁਸ਼ ਉਹਤੇ ਲਾਤਾ ਸਾਰਾ ਜੋ ਉਹਦੇ ਕੋਲ ਪੱਸੇਗਾ ਲਾਤਾ ਤੇ ਉਹ ਚੱਲੀ ਨਹੀਂ ਫਿਲਮ ਉਹ ਨਹੀਂ ਤੇ ਮੁੜ ਕੇ ਵੈਸੇ ਇੱਕ ਚਾਲੂ ਜੀ ਫਿਲਮ ਬਣਾਈ ਬੋਬੀ ਤੇ ਉਹਨੇ ਸਾਰੇ ਅਗਲੇ ਪਿਛਲੇ ਘਾਟੇ ਪੂਰੇ ਕਰਤੇ ਯਾ ਪਰ ਵੇਖੋ ਉਹਦੇ ਚਾਗੇ ਸੀ ਬਹੁਤ ਵਧੀਆ ਫੁਮੈਂ ਮੈਂ ਜੱਗੀ ਭਾਜੀ ਉਹਦੇ ਨਾਲ ਸ अच्छा राजकपूर ਨਾਲ ਜਗਿੰਦਰ ਨਾਲ ਰੀਨਾ ਰਾਏ ਨਾਲ ਜਦੋਂ ਫਿਲਮ ਆਸ਼ਾ ਆਈ ਸੀਗੀ ਜੀ ਤੇ ਮੈਂ ਮਤਲਬ ਬਹੁਤ ਜੇ ਆਪਾਂ ਫਿਲਮ ਇੰਡਸਟਰੀ ਜੇ ਕਿਸੇ ਵਧੀਆ ਮੇਕਰ ਦਾ ਮੈਂ ਫੈਨ ਆ ਤੇ ਉਹ ਰਾਜਕਪੂਰ ਦਾ ਜੀ ਹਾਂ ਜੀ ਸੋ ਮੈਂ ਚਾਹੁੰਦਾ ਵੀ ਵਧੀਆ ਕੰਮ ਕੀਤਾ ਜਾਵੇ ਚਲੋ ਪੈਸਾ ਕਿੰਨਾ ਬਣਦਾ ਫਿਲਮ ਚ ਨਹੀਂ ਬਣਦਾ ਉਹ ਵੱਖਰੀ ਗੱਲ ਆ ਹਾਂ ਇਹ ਫਿਲਮਾਂ ਬਣਾ ਕੇ ਮੈਂ ਜੇ ਜੇ ਮੇਰੀਆਂ ਦੋ ਤਿੰਨ ਚਾਰ ਫਿਲਮਾਂ ਇਹ ਵਧੀਆ ਚੱਲਦੀਆਂ ਤੇ ਮੈਂ ਫਿਰ ਤਰਕਸ਼ੀਲਤਾ ਵਾਲੀਆਂ ਵੀ ਬਣਾਉਂਗਾ ਹੋਰ ਵੀ ਜਿਹੜੀਆਂ ਚੰਗੇ ਮੁੱਦਿਆਂ ਦੇ ਉੱਤੇ ਉਹਨਾਂ ਤੇ ਵੀ ਫਿਲਮ ਬਣਾਵਾਂਗਾ ਜੀ ਅ ਤਰਕਸ਼ੀਲਤਾ ਦੀ ਗੱਲ ਤੁਸੀਂ ਕੀਤੀ ਹੈ ਇਹ ਵੀ ਬਹੁਤ ਵੱਡਾ ਤੇ ਅਹਿਮ ਵਿਸ਼ਾ ਹੈ ਤੇ ਵੀ ਅਸੀਂ ਸਾਡੇ ਦਰਸ਼ਕਾਂ ਨੂੰ ਇਸ ਨੂੰ ਦੱਸ ਦੇਵਾਂ ਗੱਲ ਕਰਾਂਗੇ ਜ਼ਰੂਰ ਬਹੁਤ ਅਵੇਅਰ ਕਰਨ ਦੀ ਕਿ ਕਿਵੇਂ ਲੱਗਦੀਆਂ ਪੇਟੀਆਂ ਦੇ ਵਿੱਚ ਅੱਗਾਂ ਤੇ ਕਿਵੇਂ ਲੋਕੀ ਬਿਮਾਰ ਹੁੰਦੇ ਨੇ ਦਿਮਾਗੀ ਤੌਰ ਤੇ ਤੇ ਅਸੀਂ ਇਹ ਫਿਲਮ ਦੀ ਚਾਰ ਕੱਪ ਚਾਹੇ ਜਿਹੜੀ ਫਿਲਮ ਹੈ ਉਹਦੇ ਬਾਰੇ ਜ਼ਰੂਰ ਥੋੜਾ ਬਹੁਤ ਦੱਸੋ ਵੀ ਉਹ ਚ ਕੀ ਹੈ ਹਿੰਦੀ ਦੀ ਫਿਲਮ ਹੈ ਤੇ ਕੌਣ-ਕੌਣ ਹੋਰ ਐਕਟਰ ਹੈਗੇ ਆ ਹਿੰਦੀ ਦੀ ਫਿਲਮ ਹੈ ਜੀ ਇਹ ਤੇ ਵਿੱਚ ਜ਼ਿਆਦਾ ਐਕਟਰ ਜਿਹੜੇ ਆ ਉਹ ਨਵੇਂ ਹੀ ਆ ਸਾਰੇ ਪਰ ਜਿਹੜਾ ਮੇਰਾ ਰੋਲ ਆ ਵਿਲਨ ਦਾ ਵਿੱਚ ਬਹੁਤ ਜ਼ਬਰਦਸਤ ਹੈ ਪੁਲਿਸ ਵਾਲਾ ਵਿਲਨ ਹੈ ਮਤਲਬ ਮੁੰਡੇ ਆਚਾਰ ਆਪਣੇ ਵਿਚਾਰੇ ਕੋਈ ਬਿジネス ਲੈਣ ਵਾਸਤੇ ਕੋਈ ਲੋਨ ਅਪਲਾਈ ਕਰਦੇ ਆ ਜੀ ਪਰ ਉਹਨਾਂ ਨੂੰ ਬੈਂਕ ਦੇ ਵਿੱਚੋਂ ਹੀ ਉਹਨਾਂ ਨੂੰ ਇਹੋ ਜੀ ਗੱਲ ਚੀਜ਼ ਗੱਲ ਮਿਲਦੀ ਆ ਜਾਂ ਇੱਕ ਬੰਦਾ ਉਹਨਾਂ ਨੂੰ ਕੋਈ ਸਲਾਹ ਦਿੰਦਾ ਵੀ ਤੁਸੀਂ ਬੈਂਕ ਹੀ ਲੁੱਟ ਲਓ ਅੱਛਾ ਹੂੰ ਤੇ ਉਹ ਕਿਵੇਂ ਬੈਂਕ ਲੁੱਟਦੇ ਆ ਕਿਵੇਂ ਉਹਨਾਂ ਨੂੰ ਅਤਵਾਦੀ ਬਣਾਇਆ ਜਾਂਦਾ ਵਾ ਬਹੁਤ ਵਧੀਆ ਕਹਾਣੀ ਆ ਬੜੀ ਵਧੀਆ ਕਹਾਣੀ ਆ ਜੀ ਸੋ ਵਧੀਆ ਫਿਲਮ ਹੈ ਤੇ ਜਿਹੜੇ 4 ਕੱਪ ਦਾ ਮਤਲਬ ਕੀ ਹੈ ਮਿੰਤੇ ਉਹ ਚਾਰੇ ਜਿਹੜੇ ਕੋਮੇਡੀ ਉਹ ਚਾਰੇ ਮੁੰਡੇ ਜਿਹੜੇ 4 ਜਾਣੇ ਨੇ ਅੱਛਾ 4 ਮੁੰਡੇ ਨੇ ਨਾ ਜੀ ਤੇ ਉਹ ਮਤਲਬ ਉਹ ਉਹਨਾਂ ਦੇ ਤੇ ਵਿਖਾਇਆ ਗਿਆ ਵਾ ਹੁਣ ਆਪਾਂ ਸਾਰੀ ਗੱਲ ਕਲੀਅਰ ਸਾਰੀ ਗੱਲ ਤਾਂ ਨਹੀਂ ਫਿਲਮ ਦੇਖ ਕੇ ਹੀ ਲੱਗੇਗਾ ਤੇ ਆਉਣ ਵਾਲੇ ਬੜੀ ਬੜੀ ਕਹਾਣੀ ਬਹੁਤ ਵਧੀਆ ਹੁਣ ਤਾਂ ਭਾਰਤ ਦੇ ਵਿੱਚ ਵੀ ਬਹੁਤ ਵਧੀਆ ਮਾਹੌਲ ਹੋ ਗਿਆ ਖੁੱਲ ਗਿਆ ਤੇ ਸਾਰਾ ਕੁਝ ਹਾਂ ਜੀ ਪੰਜਾਬ ਦੇ ਵਿੱਚ ਵੀ ਸਾਰਾ ਕੁਝ ਖੁੱਲ ਗਿਆ ਹੈਗਾ ਤੇ ਅਚਾ ਉਹਦੀ ਕਹਾਣੀ ਕਾਫੀ ਵਧੀਆ ਤੇ ਤੁਸੀਂ ਤੁਸੀਂ ਕਿਹੋ ਜਿਹਾ ਰੋਲ ਕਰਕੇ ਪਸੰਦ ਹੋ ਜਿਆਦਾ ਤੁਹਾਨੂੰ ਕਿਸ ਤਰ੍ਹਾਂ ਵਿਲਨ ਵਿਲਨ ਦੇ ਰੋਲ ਮੈਂ ਗੈਟਅੱਪ ਤੁਹਾਡੀ ਹੈਗੀ ਕੁਦਰਤ ਵੱਲ ਹੀ ਬਣੀ ਗਈ ਤੇ ਬੜਾ ਬਿਸਤਰਨਾ ਨਹੀਂ ਪੈਂਦਾ ਅੱਖਾਂ ਸੋਹਣੀਆਂ ਐ ਕੱਢਣੀਆਂ ਪੈਂਦੀਆਂ ਬਾਕੀ ਸਾਰਾ ਕੁਝ ਬਣ ਜਾਂਦਾ ਬਿਲਕੁਲ ਤੇ ਫਿਲਮ ਤਾਂ ਆਪਾਂ ਵੀ ਕਾਫੀ ਇਕੱਠੇ ਕੰਮ ਕਰਿਆ ਉਹਦਾ ਪੰਜਾਬ 'ਚ ਵੀ ਕਰਨ ਦਾ ਮੌਕਾ ਮਿਲਿਆ ਮੈਂ ਮਾਂ ਪੰਜਾਬ ਦੀ ਫਿਲਮ ਬਹੁਤ ਵਧੀਆ ਸੀ ਨੈਸ਼ਨਲ ਅਵਾਰਡ ਮਿਲਿਆ ਨੂੰ ਨੈਸ਼ਨਲ ਅਵਾਰਡ ਵਿਨਿੰਗ ਉਹਦੇ 'ਚ ਵੀ ਹੈ ਗਿਆ ਮਾਂ ਹਾਂ ਫਿਲਮ ਸੀ ਦਾਰਾ ਸਿੰਘ ਜੀ ਸੀਗੇ ਮਨਜੀਤ ਕੁਲਾਰ ਨੇ ਬਹੁਤ ਵਧੀਆ ਰੋਲ ਕੀਤਾ ਸੀ ਉਹਦੇ 'ਚ ਬਹੁਤ ਹੀ ਵਧੀਆ ਫਿਲਮ ਸੀ ਉਹ ਵੈਸੇ ਮੇਰੇ ਹਿਸਾਬ ਨਾਲ ਇੱਕ ਪਰਿਵਾਰਕ ਫਿਲਮ ਪਰਿਵਾਰ ਨੂੰ ਸੀ ਜੀ ਤੇ ਸੁਖਨ ਵਾਲੇ ਇੱਕ ਆਪਣੀ ਫਿਲਮ ਉਹ ਵੀ ਹੈਗੀ ਸੀ ਜੱਟ ਪਰਦੇਸੀ ਜੱਟ ਪਰਦੇਸੀ ਉਹ ਤਾਂ ਹੈਗੀ ਸੀ ਹੈਗੀ ਹੈ ਸੌਰੀ ਦਰਸ਼ਕਾਂ ਨੂੰ ਕਹੀਏ ਹੈਗੀ ਸੀ ਰਹੀ ਹੈਗੀ ਹੈ ਕਦੇ ਵੀ ਆ ਸਕਦੀ ਹੈ ਬਿਲਕੁਲ ਕਦੇ ਵੀ ਆ ਸਕਦੀ ਹੈ ਜਸਪੀਤ ਟੋਰਨੀ ਸਾਹਿਬ ਨੇ ਫਿਲਮ ਬਣਾਈ ਸੀ ਚਲੋ ਇਹ ਗੱਲਾਂ ਬਾਤਾਂ ਨਾਲ-ਨਾਲ ਚਲਦੀਆਂ ਰਹਿਣੀਆਂ ਤੇ ਅਸੀਂ ਜਰੂਰ ਜਿਹੜੀ ਮੇਨ ਗੱਲ ਵਾਸਤੇ ਅਸੀਂ ਇਕੱਠੇ ਹੋਏ ਆ ਅੱਜ ਅਵੇਅਰ ਕਰਨ ਵਾਸਤੇ ਮੈਂ ਅਕਸਰ ਪ੍ਰੋਗਰਾਮ ਰੱਖਦਾ ਹੁੰਦਾ ਸਾਡੇ ਦਰਸ਼ਕਾਂ ਨੂੰ ਇੱਕ ਤਾਂ ਠੱਗੀਆਂ ਬਹੁਤ ਵੱਜਦੀਆਂ ਨੇ ਤੇ ਜਿਹੜੀ ਤੁਸੀਂ ਆਪਾਂ ਪੰਜਾਬ ਦੀ ਗੱਲ ਕਰਦੇ ਆ ਜੇ ਤੋ ਤਰਕਸ਼ੀਲ ਵੀਅਰ ਕਰਦੇ ਆ ਨਾਂ ਵੀ ਬੜੇ ਉਹਨਾਂ ਰੱਖੇ ਆ ਉਹ ਵੀ ਇੱਕ ਬਹੁਤ ਵੱਡੀਆਂ ਠੱਗੀਆਂ ਦਾ ਸਾਧਨ ਹੈਗੇ ਨੇ ਬਾਬਿਆਂ ਵਾਸਤੇ ਕਿ ਉਹਦਾਂ ਦੇ ਵਹਿਮ ਜਦੋਂ ਪੈ ਜਾਂਦੇ ਨੇ ਫਿਰ ਬਾਬਿਆਂ ਕੋ ਜਾਂਦੇ ਨੇ ਫਿਰ ਬਾਬੇ ਚਿੰਮਟੇ ਚੱਕ ਕੇ ਤੇ ਮੁੜ ਕੇ ਉਹ ਭੂਤ ਭਜਾਉਂਦੇ ਨੇ ਤੇ ਇਹਦੇ ਬਾਰੇ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਪਰ ਇੱਕ ਸਾਨੂੰ ਬ੍ਰੇਕ ਜਿਹੜੀ ਹੈ ਹੋਰ ਲੈਣੀ ਪੈਗੀ ਹਜੇ ਬ੍ਰੇਕਾਂ ਆਪਣੇ ਕੋਲ ਹੈਗੀਆਂ ਇੱਕ ਦੋ ਸਮਾਂ ਵੀ ਕਾਫੀ ਹੈ ਜੇ ਗੱਲਬਾਤ ਕਰਨ ਵਾਸਤੇ ਤੇ ਸਾਡੇ ਦਰਸ਼ਕ ਜਿਹੜੇ ਨੇ ਉਹ ਵੀ ਇਸ ਤਰ੍ਹਾਂ ਨਾਲ ਜੁੜੇ ਰਹੇ ਜ ਹਾਜ਼ਰ ਜੀ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਅੱਜ ਦਾ ਪ੍ਰੋਗਰਾਮ ਤੁਹਾਡੇ ਰੂਬਰੂ ਲੈ ਕੇ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ ਗੱਲਾਂ ਬਾਤਾਂ ਬੜੀਆਂ ਵਧੀਆ ਐਂਟਰਟੇਨਮੈਂਟ ਦੀਆਂ ਹੋ ਰਹੀਆਂ ਬਾਬ ਖੈਰਾ ਸਾਹਿਬ ਸਾਡੇ ਵਿੱਚ ਮਹਿਮਾਨ ਨੇ ਸਟੂਡੀਓ ਦੇ ਵਿੱਚ ਆਏ ਹੋਏ ਨੇ ਕੈਲੀਫੋਰਨੀਆ ਦੇ ਸਟੂਡੀਓ ਦੇ ਵਿੱਚ ਔਰ ਗੱਲਾਂ ਚੱਲਦੀਆਂ ਸੀ ਅੱਗੇ ਤੋਰਦੇ ਹਾਂ ਉਮੀਦ ਕਰਦਾ ਬਹੁਤ ਵਧੀਆ ਪਸੰਦ ਕਰ ਰਹੇ ਹੋਗੇ ਆਨੰਦ ਮਾਣ ਰਹੇ ਹੋਗੇ ਅੱਜ ਦੇ ਪ੍ਰੋਗਰਾਮ ਦਾ ਜੀ ਬਾਬਾ ਜੀ ਹਾਂਜੀ ਆ ਆਪਾਂ ਗੱਲ ਪਹਿਲਾਂ ਐਂਟਰਟੇਨਮੈਂਟ ਦੀ ਕਾਫੀ ਕਰ ਲਈ ਹੁਣ ਗੱਲ ਕਰੀਏ ਜਿਹਦੀ ਇੱਕ ਤਾਂ ਅੱਜ ਵੀ ਪਹਿਲਾਂ ਅਸੀਂ ਸੋਚਦੇ ਸੀ ਵੀ ਅਨਪੜਤਾ ਕਰਕੇ ਜ ਪਰ ਅੱਜ ਵੀ ਸਾਡੇ ਬਹੁਤ ਸਾਰੇ ਲੋਕ ਵਿਸ਼ਵਾਸ ਜਿਹੜੇ ਹੁੰਦੇ ਸੀਗੇ ਜੀ ਸ਼ੱਕ ਆ ਗਈ ਤੇ ਆ ਨਹੀਂ ਕਰਨਾ ਤੇ ਆ ਸੱਜਾ ਪੈਰ ਬਾਹਰ ਪਟਨਾ ਖੱਬਾ ਪੈਰ ਪਟਨਾ ਤੇ ਇਦਾਂ ਉਦਾਂ ਸਾਰੇ ਅੱਜ ਵੀ ਅਸੀਂ ਬਹੁਤ ਸਾਰੇ ਲੋਕ ਮੰਨਦੇ ਆ ਕਿ ਚਲੋ ਬਜ਼ੁਰਗ ਮੰਨਦੇ ਸੀ ਅਸੀਂ ਵੀ ਮੰਨੀ ਜਾਂਦੇ ਆ ਵੀ ਆਟਾ ਕੱਢਣਾ ਪੀੜਾ ਕੱਢਣਾ ਗਾਂ ਨੂੰ ਖਵਾਉਣਾ ਪੰਜਾਬ 'ਚ ਹਜੇ ਵੀ ਹੈਗਾ ਹਾਂਜੀ ਹਾਂਜੀ ਤੇ ਉਹ ਪਹਿਲਾਂ ਕੋਈ ਹੋਰ ਕਾਰਨ ਹੋਵੇਗਾ ਪਰ ਉਹ ਇੱਕ ਅਲੱਗ ਚੀਜ਼ ਹੈ ਉਹ ਚਲੋ ਕੋਈ ਕਿਸੇ ਦੀ ਸ਼ਰਧਾ ਕਿਸੇ ਦਾ ਵਿਸ਼ਵਾਸ ਹੈਗਾ ਨਹੀਂ ਹੈਗਾ ਅਸੀਂ ਜਿਹੜੀ ਗੱਲ ਕਰਨੀ ਹੈ ਇੱਕ ਪਿੰਡਾਂ ਦੇ ਵਿੱਚ ਹੋਰ ਬੜੀ ਵੱਡੀ ਗੱਲ ਹੁੰਦੀ ਸੀ ਪਿੰਡਾਂ ਦੇ ਵਿੱਚ ਹੁੰਦੀ ਸੀ ਤੇ ਬਾਹਰਲੇ ਮੁਲਕਾਂ ਦੇ ਵਿੱਚ ਹੈਗੀ ਆ ਹਜੇ ਵੀ ਉਹ ਹੈ ਮਾਨਸਿਕ ਬਿਮਾਰੀ ਹਾਂਜੀ ਪਿੰਡਾਂ 'ਚ ਹੁੰਦਾ ਸੀ ਵੀ ਸੰਦੂਕ ਨੂੰ ਜਿੰਦਾ ਲੱਗਿਆ ਤੇ ਅੰਦਰੋਂ ਕੱਪੜਿਆਂ ਨੂੰ ਅੱਗ ਲੱਗੀ ਕੱਪੜੇ ਸੜੇ ਹੋਏ ਮਿਲਦੇ ਆ ਤੇ ਜਾਂ ਪਟ੍ਰੰਕ ਦੇ ਵਿੱਚ ਜਿੰਦੇ ਲੱਗੇ ਤੇ ਕੱਪੜੇ ਸੜੇ ਹੋਏ ਮਿਲਦੇ ਆ ਘਰ ਦੇ ਬੱਚੇ ਬੱਚੇ ਜਿਹੜੇ ਨੌਜਵਾਨ ਬਿਮਾਰ ਮੂਰ ਹੈਗੇ ਨੇ ਜਿਹੜੇ ਇਹ ਕੀ ਕਾਰਨ ਹੁੰਦਾ ਸੀ ਤੇ ਕੀ ਟੈਕਨੀਕ ਹੁੰਦੀ ਸੀ ਕਿ ਜਿੰਦੇ ਅੰਦਰ ਪਈ ਨੂੰ ਚੀਜ਼ ਨੂੰ ਲੋਕ ਲੱਗਣੀ ਜਾਂ ਜਿੰਦੇ ਅੰਦਰ ਚੀਜ਼ ਪਈ ਆ ਕਾਗਜ਼ ਪੱਤਰ ਪਏ ਨੇ ਉਹ ਵੱਡੇ ਜਾਣੇ ਟੁੱਕ ਕੂਤਰੇ ਜਾਣੇ ਇਹ ਚੂਹਾ ਉੱਥੇ ਵੱਢ ਨਹੀਂ ਸਕਦਾ ਉਹ ਕਿਵੇਂ ਕੁਤਰੇ ਜਾਂਦੇ ਸੀ ਇਹ ਕਿਵੇਂ ਹੁੰਦਾ ਸੀ ਤੇ ਇਹਦਾ ਮਤਲਬ ਕੀ ਕਰਦੇ ਨੇ ਲੋਕ ਜਿਹੜੇ ਕਰਦੇ ਨੇ ਵੇਖੋ ਜੀ ਸਭ ਤੋਂ ਪਹਿਲਾਂ ਤੇ ਦਰਸ਼ਕੋ ਤੁਸੀਂ ਜਿਸ ਕਿਸੇ ਨੂੰ ਵੀ ਮੰਨਦੇ ਜੇ ਨਾ ਮੰਨੋ ਠੀਕ ਹੈ ਜੀ ਪਰ ਉਹਦੀ ਸਚਾਈ ਦਾ ਤੁਹਾਨੂੰ ਜ਼ਰੂਰ ਪਤਾ ਕਰਨਾ ਚਾਹੀਦਾ ਵੀ ਵਾਕਈ ਇਹ ਬੰਦਾ ਜਿਹੜਾ ਵਾ ਇਹਦੇ ਵਿੱਚ ਕੁਝ ਹੈ ਆ ਕਿ ਨਹੀਂ ਹੈ ਬਹੁਤ سارے ਬੰਦੇ ਬਿਨਾਂ ਸੋਚੇ ਸਮਝੇ ਤੋਂ ਜਾ ਕੇ ਇਹਨਾਂ ਲੋਕਾਂ ਦੇ ਮਗਰ ਲੱਗ ਜਾਂਦੇ ਆ ਤੇ ਉਹਨਾਂ ਦੇ ਜਿਹੜੀ ਮਿਹਨਤ ਦੀ ਕਮਾਈ ਆ ਉਹ ਸਾਰੀ ਉਹ ਹੜੱਪ ਕਰ ਜਾਂਦੇ ਆ ਤੇ ਬਾਅਦ ਵਿੱਚ ਤੁਹਾਡੇ ਪਰਿਵਾਰਾਂ ਨੂੰ ਖਤਮ ਵੀ ਕਰਦੇ ਨੇ ਉਹ ਪੁੱਠੇ ਸਦੇ ਵਹਿਮ પા ਕੇ ਸੋ ਇਹ ਇਹ ਮਤਲਬ ਮੇਰੀ ਗੱਲ ਤੇ ਮਾਣੋ ਵਿਸ਼ਵਾਸ ਕਰੋ ਤੁਸੀਂ ਆਪ ਜਰੂਰ ਸੋਚੋ ਵੀ ਵਾਕਿਆ ਹੀ ਇਹ ਬੰਦਾ ਜਿਹੜਾ ਵਾਹੇ ਨੂੰ ਮੰਨਣ ਵਾਲੀ ਵਿੱਚ ਕੋਈ ਗੱਲ ਹੈ ਆ ਤੁਹਾਨੂੰ ਜਿੰਨਾ ਵੀ ਵਿਖਾਇਆ ਜਾਂਦਾ ਨਾ ਉੱਥੇ ਉਹ ਸਾਰਾ ਝੂਠ ਹੁੰਦਾ ਅਸਲੀਅਤ ਕੁਝ ਹੋਰ ਹੁੰਦੀ ਹੈ ਸੋ ਸਾਡੀਆਂ ਸੋਸਾਇਟੀਆਂ ਨੇ ਇੰਡੀਆ ਦੇ ਵਿੱਚ ਕਰੋੜਾਂ ਰੁਪਏ ਨਾਮ ਰੱਖਿਆ ਹੋਇਆ ਟੋਰਾਂਟੋ ਦੇ ਵਿੱਚ 1.5 ਲੱਖ ਡਾਲਰ ਜਿਹੜਾ ਨਾਮ ਆ ਇੰਗਲੈਂਡ ਦੇ ਵਿੱਚ 1 ਲੱਖ ਪੌਂਡ ਨਾਮ ਆ ਇਥੋਂ ਦੀ ਅਮਰੀਕਾ ਦੀ ਇੱਕ ਸੰਸਥਾ ਵਾ ਉਹਨੇ 1 ਮਿਲੀਅਨ ਡਾਲਰ ਨਾਮ ਰੱਖਿਆ ਹੋਇਆ ਇਹ ਮਤਲਬ ਕਾਹਦੇ ਤੇ ਵੀ ਜੇ ਕੋਈ ਕੋਈ ਵੀ ਬੰਦਾ ਕੋਈ ਸ਼ਕਤੀ ਦਿਖਾ ਦੇ ਆਪਣੀ ਕਿਸੇ ਤਰ੍ਹਾਂ ਦੀ ਕੋਈ ਸ਼ਕਤੀ ਦਿਖਾ ਦੇ ਜਾਂ ਉਹ ਮਤਲਬ ਭੂਤ ਸਿੱਧ ਕਰ ਦੇਵੇ ਇੰਡੀਆ ਦੇ ਵਿੱਚ ਜਿਹੜਾ ਮਤਲਬ ਜਿਹੜੀ ਇੱਕ ਤਰਕਸ਼ੀ ਸੋਸਾਇਟੀ ਆ ਉਹਨਾਂ ਵੀ 21 ਸ਼ਰਤਾਂ ਨੇ 21 ਦੇ ਵਿੱਚੋਂ ਇੱਕ ਵੀ ਕੋਈ ਸ਼ਰਤ ਜਿਹੜੀ ਪੂਰੀ ਕਰ ਦੇ ਹਮ ਇੱਕ ਵੀ ਹਾਂ ਤੇ ਉਹਨੂੰ ਮਤਲਬ ਕਰੋੜ ਰੁਪਈਆ ਨਾਮ ਦਿੱਤਾ ਜਾਂਦਾ ਉਹ ਹੋਰ ਵੀ ਵੱਖਰੇ ਨਾਮ ਨੇ ਸੋ ਇਹ ਕਰਕੇ ਦੂਜੀ ਗੱਲ ਆ ਗਈ ਜਿਹੜੀਆਂ ਅੱਗਾਂ ਲੱਗਦੀਆਂ ਨੇ ਹਾਂ ਇਹ ਕੋਈ ਭੂਤ ਨਹੀਂ ਹੁੰਦਾ ਜੀ ਕੋਈ ਭੂਤ ਨਹੀਂ ਹੁੰਦਾ ਕੋਈ ਪਤਾ ਭੂਤ ਵੀ ਸਿੱਧ ਕਰਦੇ ਸੀ ਉਹਨੂੰ ਵੀ ਪੈਸੇ ਦੇਣ ਨੂੰ ਤਿਆਰ ਹੈ ਕੋਈ ਕਾਲਾ ਜਾਦੂ ਨਹੀਂਗਾ ਦੁਨੀਆ ਦੇ ਤੇ ਇੱਕ ਕਲਾਵਾ ਸਾਰਾ ਸਮਾਨ ਬਣਿਆ ਬਣਿਆ ਮਿਲਦਾ ਵਸ ਬਾਜ਼ਾਰ ਤੋਂ ਤੁਸੀਂ ਲੈ ਲਓ ਉਥੋਂ ਖਰੀਦ ਲਓ ਕੋਈ ਕਿਸੇ ਮੇਰੇ ਵਰਗੇ ਹੋਰ ਜਿਹੜਾ ਬੰਦਾ ਥੋੜਾ ਬਹੁਤਾ ਜਾਣਕਾਰ ਉਹਦੇ ਕੋਲੋਂ ਜਾਦੂ ਦੇ ਟ੍ਰਿਕ ਸਿੱਖ ਲਓ ਤੁਸੀਂ 5 ਮਿੰਟ ਦੇ ਵਿੱਚ ਉਹ ਜਾਦੂ ਕਰ ਸਕਦੇ ਜੀ 5 ਮਿੰਟ ਦੇ ਵਿੱਚ ਇਸ ਕਰਕੇ ਜਾਦੂ ਜੁੱਦੂ ਕੋਈ ਨਹੀਂਗਾ ਕੋਈ ਕਹਿੰਦੇ ਕਾਲਾ ਜਾਦੂ ਕਰਤਾ ਇਹਨੇ ਫਲਾਨ ਕਰਤਾ ਵਾ ਕੋਈ ਵੀ ਬੰਦਾ ਇਹੋ ਜਿਹਾ ਉਹਨੂੰ ਸਾਡੇ ਕੋਲ ਲਿਆਉ। ਅੱਛਾ ਜੀ ਹੁਣ ਚੱਕਰ ਆ ਗਿਆ ਕਿ ਟਰੰਕ ਦੇ ਵਿੱਚ ਪੇਟੀ ਦੇ ਵਿੱਚ ਜਿਹੜੀ ਉਹ ਅੱਗ ਕਿਦਾਂ ਲੱਗਦੀ ਜੀ ਇਹ 100% 99% ਮਤਲਬ ਘਰ ਦਾ ਬੰਦਾ ਹੀ ਲਾਉਂਦਾ ਜੀਂਦਾ ਜਾਗਦਾ ਬੰਦਾ ਕੋਈ ਭੂਤ ਨਹੀਂ ਹੁੰਦਾ। ਅਸੀਂ ਇਹ ਕੁੜੀ ਨੂੰ ਫੜਿਆ ਹੋਰ ਵੀ ਬੜੇ ਕੇਸ ਕੀਤੇ ਇਹ ਕੁੜੀ ਨੇ ਜਿਹਨਾਂ ਗੱਲ ਕੀਤੀ ਤੇ ਉਹ ਉਹ ਪੇਟੀ ਦੇ ਵਿੱਚ ਬੰਦ ਕੱਪੜੇ ਨੂੰ ਅੱਗ ਲੱਗਦੀ ਸੀ। ਬਾਰ ਤੂੜੀ ਵਾਲੇ ਕੋਪ ਮੂਸਲ ਜਿਹੜੇ ਆ ਉਹ ਸੜਗੇ ਗੱਡੇ ਸੜਗੇ ਜੇਬ ਉਹ ਜਦੋਂ ਉਹਨੂੰ ਪੁੱਛਿਆ ਵੀ ਤੂੰ ਪੇਟੀ ਦੇ ਵਿੱਚ ਅੱਗ ਕਿਦਾਂ ਲਾਉਦੀ ਸੀ ਹੂੰ ਤੇ ਉਹ ਕਹਿੰਦੀ ਆ ਜੀ ਮੈਂ ਕੋਲਾ ਰੱਖ ਜਿੰਦਰਾ ਖੋਲਦੀ ਸੀ ਕੋਲਾ ਜਿਹੜਾ ਰਜਾਈਆਂ ਕੱਪੜਿਆਂ ਦੀ ਤਹਿ ਚ ਰੱਖ ਕੇ ਮੈਂ ਜਿੰਦਰਾ ਮਾਰ ਕੇ ਗਵਾਂਡੀਆਂ ਦੇ ਘਰ ਚਲੇ ਜਾਂਦੀ ਸੀ ਹੂੰ ਉਹ ਕੋਲਾ ਜਿਹੜਾ 5-7 10 ਮਿੰਟ ਲੱਗਦੇ ਆ ਧੁਖਦੇ ਨੂੰ ਜਦੋਂ ਧੂਆ ਨਿਕਲਦਾ ਸੀ ਘਰ ਦੇ ਵਿੱਚ ਜਦੋਂ ਭੱਜ ਕੇ ਸਾਰੇ ਘਰ ਦੇ ਆਉਂਦੇ ਸੀ ਉਹ ਕਹਿੰਦੇ ਵੀ ਬੰਦਾ ਤਾਂ ਕੋਈ ਕਰਨੀਗਾ ਜਿੰਦਰਾ ਵੱਜਾ ਵਾ ਤੇ ਅੱਗ ਕਿਦਾਂ ਲੱਗੀ ਗੱਲ ਉਹ ਹੀ ਆ ਗਈ ਵੀ ਭੂਤ ਨੇ ਅੱਗ ਲਾਤੀ ਸੋ ਇਹ ਜਿਹਦੇ ਜਾਗਦੇ ਆਦਮੀ ਤੋਂ ਵੱਡਾ ਕੋਈ ਭੂਤ ਨਹੀਂ ਜਨਾਨੀ ਤੋਂ ਵੱਡੀ ਕੋਈ ਚੜੇਰ ਨਹੀਂ ਇਹ ਗੱਲ ਪੱਲੇ ਬੰਨ ਲਓ ਆਪਣਾ ਆਪਣੀ ਦਿਮਾਗ ਜਿਹੜਾ ਅਸੀਂ ਯੂਜ਼ ਕਰਦੇ ਹਾਂ ਇਹ ਚਲਾਕੀਆਂ ਜਿਹੜੀਆਂ ਸਾਨੂੰ ਸਿਖਾਉਣ ਵਾਲੇ ਜਿਹੜੇ ਬੈਠੇ ਆ ਜਿਹੜੇ ਚਲਾਕ ਲੋਕ ਤੁਹਾਨੂੰ ਠੱਗਦੇ ਆ ਉੱਥੋਂ ਹੀ ਸਿੱਖਦੇ ਜੀ ਸਾਰਾ ਕੁਝ ਹਾਂ ਬਿਲਕੁਲ ਇਹ ਜਿਹੜਾ ਅਸੀਂ ਬਾਬਿਆਂ ਦੀ ਗੱਲ ਕਰੀ ਬਾਬੇ ਨੂੰ ਬढ़ावा ਦੇਣ ਵਾਲੇ ਵੀ ਤਾਂ ਅਸੀਂ ਹੀ ਆ ਲੇਡੀਜ਼ ਖਾਸ ਤੌਰ ਤੇ ਉਹ ਸੰਤ ਸਿੰਘ ਪਾਰਸ ਸਾਡੇ ਹੈਗੇ ਨੇ ਇੱਕ ਬੜੇ ਯਾਨੀ ਸਾਡੇ ਪਿੰਡਾਂ ਕੋਲੋਂ ਉਹ ਕਹਿੰਦੇ ਹੁੰਦੇ ਪਹਿਲਾਂ ਇੱਕ ਬੀਬੀ ਜਾਂਦੀ ਬੱਸੇ ਬਾਬੇ ਕੋਲੇ ਬਿਲਕੁਲ ਤੇ ਅਗਲੇ ਹਫਤੇ ਤੇ ਦੋ ਤਿੰਨ ਜਾਣੀਆਂ ਹੋ ਜਾਂਦੀਆਂ ਬਸ ਚਲਦੀਆਂ ਫੇ ਪੰਜ ਚਾਰ ਤੇ ਫੇ ਉਹਦੀ ਪਤਾ ਲੱਗਦਾ ਵੀ ਜਦੋਂ ਸਾਲਮ ਟੈਂਪੂ ਕਰਕੇ ਪਿੰਡੋਂ ਤੇ ਜਨਾਨੀਆਂ ਉਹ ਬਾਬੇ ਦੇ ਪਹੁੰਚਦੀਆਂ ਤੇ ਪਹਿਲੀ ਜੀ ਬੀਬੀ ਸਭ ਤੋਂ ਪਹਿਲਾਂ ਗਈ ਹੁੰਦੀ ਉਹਨੂੰ ਪਤਾ ਹੁੰਦਾ ਅਨ ਬਾਬੇ ਦੇ ਕਿ ਲਾਚੀਆਂ ਕਿਤੇ ਪਈਆਂ ਤੇ ਮਿਜਰੀ ਕਿਤੇ ਪਈ ਆ ਪ੍ਰਸ਼ਾਦ ਜਿਹੜਾ ਕਿੱਥੇ ਕਿੱਥੇ ਪਿਆ ਹੈਗਾ ਸੋ ਅਸੀਂ ਬੜਾਵਾ ਦਿੰਨੇ ਇਹਨਾਂ ਨੂੰ ਵਹਿਮ ਪਰਮਾ ਨੂੰ ਵਹਿਮ ਪਰਮ ਜਿਹੜੇ ਹੈਗੇ ਨੇ ਕੁਝ ਨਹੀਂ ਹੈਗੇ ਅੱਛਾ ਹੁਣ ਗੱਲ ਇਹ ਆ ਗਈ ਤੁਸੀਂ ਇਹ ਦੱਸਤਾ ਵੀ ਇਸ ਤਰ੍ਹਾਂ ਅੱਗੇ ਲੱਗਦੀ ਸੀ ਹਾਂਜੀ ਤੁਸੀਂ ਫਿਰ ਦੂਜੀ ਗੱਲ ਇਹ ਕਹੀ ਆ ਕਿ ਸਮਾਨ ਮਿਲਦਾ ਸਮਾਨ ਲੈ ਕੇ ਤੁਸੀਂ ਵੀ ਇਹ ਚੀਜ਼ਾਂ ਦੂਰ ਕਰ ਸਕਦੇ ਹੋ ਹਾਂਜੀ ਕੀ ਕੀ ਚੀਜ਼ਾਂ ਹੈਗੀਆਂ ਕੀ ਕੀ ਪੁਆਇੰਟ ਹੈਗੇ ਜਾਂ ਕੀ ਇਹਦੇ ਵਿੱਚ ਹਿਪਨੋਟਾਈਜ਼ ਅਸੀਂ ਕਹਿੰਦੇ ਆ ਹਿਪਨੋਟਾਈਜ਼ ਦਾ ਕਿੰਨਾ ਕੋ ਯੋਗਦਾਨ ਹੈ ਹਿਪਨੋਟਾਈਜ਼ ਤੇ ਜਿਹੜਾ ਬੰਦਾ ਅਸਲ ਵਿੱਚ ਉਹੀ ਬੰਦਾ ਇਹੋ ਜੀਆਂ ਗੱਲਾਂ ਹਰਕਤਾਂ ਕਰਦਾ ਜਿਹੜਾ ਮਾਨਸਿਕ ਤੌਰ ਤੇ ਬਿਮਾਰ ਹੋ ਜਾਂਦਾ ਜੀ ਮਾਨਸਿਕ ਤੌਰ ਤੇ ਬਿਮਾਰ ਕਿਉਂ ਹੁੰਦਾ ਵਾ ਜਾਂ ਤੇ ਉਹਨੂੰ ਘਰ ਦੇ ਵਿੱਚ ਪੂਰੀ ਇੱਜ਼ਤ ਨਹੀਂ ਮਿਲਦੀ ਹਾਂਜੀ ਜਾਂ ਉਹ ਕੋਈ ਇਹੋ ਜਿਹਾ ਕੰਮ ਕਰ ਬੈਂਦਾ ਵਾ ਜਿਹੜਾ ਘਰ ਦੇ ਨੂੰ ਦੱਸ ਨਹੀਂ ਸਕਦਾ ਅੱਛਾ ਤੇ ਜਿਵੇਂ ਕੋਈ ਮਤਲਬ ਜੂਆ ਖੇਡਿਆ ਜਾਂ ਹੋਰ ਕੋਈ ਇਹੋ ਜਿਹੀ ਗਲਤ ਗਲਤੀਆਂ ਕਰ ਲੀਆਂ ਜਿੰਨਾ ਕਰਕੇ ਉਹ ਨਾ ਤੇ ਘਰ ਦੇ ਨਾਲ ਗੱਲ ਕਰ ਸਕਦਾ ਨਾ ਉਹ ਮਤਲਬ ਉਹਦਾ ਕੋਈ ਹੱਲ ਉਹਨੂੰ ਲੱਭਦਾ ਦੂਜੀ ਗੱਲ ਧੀ ਪੁੱਤ ਜਾਂ ਆਪਣੇ ਨਾ ਆਉਂਦੀ ਆਪਣੇ ਘਰੇ ਇਹਨਾਂ ਦੇ ਦੋਸਤ ਬਣੋ ਤਾਂ ਕਿ ਇਹਨਾਂ ਨਾਲ ਹਰ ਇੱਕ ਗੱਲ ਕਰੋ ਹਰ ਇੱਕ ਗੱਲ ਇਹ ਜਿਹੜੇ ਕੇਸ ਨੇ 95% ਕੇਸ ਜਿਹੜੇ ਨੇ ਇਹੋ ਜਿਹੀਆਂ ਚੀਜ਼ਾਂ ਦੇ ਇਹ ਸੈਕਸ ਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਤੇ ਅਸੀਂ ਗੱਲ ਨਹੀਂ ਕਰਦੇ ਅੱਛਾ ਸੋ ਇਹ ਗੱਲ ਬਹੁਤ ਜ਼ਰੂਰੀ ਆ ਜਿਹੜੀਆਂ ਗੱਲਾਂ ਅਸੀਂ ਕਰਦੇ ਨਹੀਂਗੇ ਉਹ ਨਿੱਕੇ ਨਿੱਕੇ ਗੱਲਾਂ ਜਿਹੜੀਆਂ ਹੁੰਦੀਆਂ ਉਹ ਮੁੜ ਕੇ ਇੰਨੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ ਕਿ ਸਾਡੇ ਕੋਲ ਸੰਭਾਲੀਆਂ ਨਹੀਂ ਜਾਂਦੀਆਂ ਸੋ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਡਿਪਰੈਸ਼ਨ ਦੇ ਵਿੱਚ ਜਦੋਂ ਬੰਦਾ ਆ ਜਾਂਦਾ ਤੇ ਉਹਦੇ ਨਾਲ ਮਤਲਬ ਇੰਨਾ ਜ਼ਿਆਦਾ ਟਾਈਮ ਸਪੈਂਡ ਕਰੋ ਇੰਨੀਆਂ ਜ਼ਿਆਦੀਆਂ ਗੱਲਾਂ ਕਰੋ ਉਹਦੇ ਨਾਲ ਕਿ ਉਹਨੂੰ ਮਤਲਬ ਹੋਰ ਬਨੇ ਸੋਚਣ ਦਾ ਮੌਕਾ ਨਾ ਮਿਲੇ ਆਮ ਘਰਾਂ ਦੇ ਵਿੱਚ ਇਹ ਹੁੰਦਾ ਕਿ ਅਸੀਂ ਉਹਦੇ ਤੋਂ ਦੂਰ ਹੋ ਜਾਈਨੇ ਜੀ ਇਹ ਜੱਬਲੀਆਂ ਮਾਰਦਾ ਉਹ ਹੋਰ ਜ਼ਿਆਦਾ ਡਿਪਰੈਸ਼ਨ ਚ ਰਹਿ ਜਾਂਦਾ ਉਹਦਾ ਫਿਰ ਐਂਡ ਕੀ ਹੁੰਦਾ ਵਾ ਕਿਉਂਕਿ ਇਹ ਜਿਹੜੇ ਹੀ ਧਾਗਾਂ ਤਵੀਤਾਂ ਦੇ ਦੂਜਿਆਂ ਕੋਲ ਲਈ ਫਿਰਦੇ ਇਹਨਾਂ ਕੋਲ ਕੋਈ ਇਲਾਜ ਨਹੀਂ ਇਹਨਾਂ ਕੋਲ ਨਾ ਕੋਈ ਕਾਲਾ ਜਾਦੂ ਕੋਈ ਇਲਾਜ ਨਹੀਂ ਆ ਚਿੰਟਿਆਂ ਦੇ ਨਾਲ ਕਦੇ ਭੂਤ ਨਹੀਂ ਨਿਕਲਦੇ ਇਹ ਸਾਰਾ ਵਹਿਮ ਹੁੰਦਾ ਵਾ ਵਹਿਮ ਜਿਹੜਾ ਹੁੰਦਾ ਉਹ ਹਿਪਨੋਟਾਈਜ਼ ਕਰਕੇ ਕੱਢਿਆ ਜਾਂਦਾ ਜੇ ਅਸੀਂ ਤਰਖੀਲਾਂ ਕੋ ਨਹੀਂ ਜਾਂਦੇ ਉਹਨੂੰ ਨਹੀਂ ਠੀਕ ਰੋਂਦੇ ਤੇ ਫਿਰ ਉਹਦਾ ਐਂਡ ਹੁੰਦਾ ਵਾ ਜਾਂ ਤੇ ਉਹ ਕਿਸੇ ਨੂੰ ਮਾਰੂਗਾ ਜਾਂ ਆਪ ਸੁਸਾਈਡ ਕਰੂਗਾ ਸੂਈ ਨੰਗਨਾਂ ਦਾ ਜਰੂਰ ਤਿਆਰ ਰੱਖੋ ਪਲੀਜ਼ ਤੇ ਇਹ ਮਤਲਬ ਕਿ ਹੈਗਾ ਸਾਰਾ ਕੁਝ ਦਿਮਾਗ ਦੀ ਦਿਮਾਗ ਦੇ ਵਿੱਚ ਹੀ ਹੈ ਬਿਲਕੁਲ ਬਿਲਕੁਲ ਸਾਰਾ ਕੁਝ ਦਿਮਾਗ ਦੇ ਵਿੱਚ ਜੀ ਤੇ ਇਹ ਵੈਸੇ ਜਿਹੜੇ ਹੈਗਾ ਬਹੁਤ ਸਾਰੇ ਲੰਬੇ ਸਮੇਂ ਤੋਂ ਲੋਕਾਂ ਦੇ ਦਿਮਾਗ 'ਚ ਇਹ ਵਹਿਮ ਹੈਗਾ ਕਿ ਭਾਰ ਪੈਂਦਾ ਮੇਰੇ ਤੇ ਇਹ ਪੈਂਦਾ ਉਹ ਪੈਂਦਾ ਕਿ ਮੈਂ ਰਾਤ ਨੂੰ ਆ ਕੇ ਪਤਾ ਨਹੀਂ ਕੋਈ ਚੀਜ਼ ਹੈਗੀ ਇੱਥੇ ਇੱਕ ਸਾਨੂੰ ਫੋਨ ਆਇਆ ਬੇਕਰਜ਼ ਫੀਲਡ ਤੋਂ ਸੀਗਾ ਜੀ ਮੇਰੇ ਕੋ ਮੇਰੇ ਰਾਤ ਨੂੰ ਭਾਰ ਪੈਂਦਾ ਆ ਕੇ ਮੈਨੂੰ ਕੋਈ ਦੱਬਦਾ ਮੇਰਾ ਗਲ ਦੱਬਦਾ ਤੇ ਉਹ ਸਾਡੇ ਪਿੰਡ ਦਾ ਪਿੰਡ ਨਿੱਕੇ ਹੁੰਦਿਆਂ ਦੇਖਿਆ ਸੀ ਬੁढ़ा ਕੋਈ ਮਰਿਆ ਹੋਇਆ ਤੇ ਉਹ ਆ ਕੇ ਇਦਾਂ ਕਰਦਾ ਤੇ ਇਹ ਇਹੋ ਜਿਹੀ ਚੀਜ਼ਾਂ ਇਹਨੂੰ ਇਹਨੂੰ ਕਿਵੇਂ ਦੂਰ ਕਰ ਸਕਦੇ ਤੋ ਆਉਣਾ ਪੈਂਦਾ ਕੋਲ ਜਿਹੜੇ ਕਹਿੰਦੇ ਅਸੀਂ ਕੋਈ ਚੀਜ਼ ਰਾਤ ਨੂੰ ਮੇਰਾ ਗਲ ਪੜ ਲਿਆ ਕੇ ਕੋਈ ਚੀਜ਼ ਨਹੀਂ ਹੁੰਦੀ ਜਾਂ ਮੇਰੀ ਲਾਤੇ ਬੈਗੀ ਚੀਜ਼ ਆ ਕੇ ਕਹਿੰਦੇ ਕੋਈ ਚੀਜ਼ ਨਹੀਂ ਹੁੰਦੀ ਆਮ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਸੱਤਾਂ ਦੇ ਵਿੱਚ ਜਿੱਥੇ ਵੀ ਇਹੋ ਜਿਹੀ ਗੱਲ ਚੱਲਦੀਆਂ ਨੇ ਜਿਹੜੇ ਬਾਬਿਆਂ ਕੋਲ ਜਾ ਕੇ ਆਪਾਂ ਇਹੋ ਜਿਹੀ ਗੱਲਾਂ ਕਰਦੇ ਆਂ ਜਿਹੜੇ ਵਹਿਮ ਪਾਉਣ ਵਾਲੇ ਬੰਦੇ ਨੇ ਜਾਂ ਵਹਿਮੀ ਬੰਦੇ ਨੇ ਖੁਦ ਵੀ ਉਹ ਇਹੋ ਜਿਹੀਆਂ ਗੱਲਾਂ ਜਦੋਂ ਕਰਦੇ ਆਂ ਫਲਾਣੇ ਇਥਾਂ ਫਲਾਣੇ ਦਾ ਫਲਾਣਾ ਮਰ ਗਿਆ ਸੀਗਾ ਉਹ ਮੁੜ ਕੇ ਫਲਾਣੇ ਦੇ ਚੰਬੜ ਗਿਆ ਉਹ ਜਿਹੜੀਆਂ ਗੱਲਾਂ ਬੱਚੇ ਸੁਣਦੇ ਆ ਉਹਨਾਂ ਦੇ ਦਿਮਾਗ ਤੇ ਵੀ ਹੁੰਦੀਆਂ ਜਿਹੜਾ ਮਾਨਸਿਕ ਤੌਰ ਤੇ ਬਿਮਾਰ ਹੈ ਬੰਦਾ ਉਹਦੇ ਦਿਮਾਗ ਤੇ ਛੇਤੀ ਅਸਰ ਹੁੰਦਾ ਹੈ ਇਹ ਗੱਲ ਦਾ ਤੇ ਇਸ ਕਰਕੇ ਇਹ ਚੀਜ਼ਾਂ ਗਾਂ ਦੀ ਗਾਣੀ ਪੀੜੀ ਦੀ ਪੀੜੀ ਤੁਰਿਆਂ ਇਹਨੇ ਕੋਈ ਕਚਲਾਖ ਲੋਕ ਕਦੇ ਨਹੀਂ ਚਾਹੁੰਦੇ ਕਿ ਕਿਸੇ ਦਾ ਘਰ ਵਸ ਜੇ ਉਹ ਕਿਦਾਂ ਆਉਂਦਾ ਵਾ ਤੇ ਉਹ ਉਹਨਾਂ ਨੇ ਬੀਬੀਆਂ ਵੀ ਛੱਡੀਆਂ ਹੁੰਦੀਆਂ ਵਾ ਇਹ ਕੰਮ ਵਾਲੀਆਂ ਹੋਰ ਵੀ ਬੰਦੇ ਅਮੀ ਜਮੀ ਕਰਕੇ ਉਹਨੇ ਸਦੇ ਹੁੰਦੇ ਇਹ ਜ਼ਰੂਰ ਖਿਆਲ ਰੱਖੋ ਤੇ ਆਪਣੇ ਪਰਿਵਾਰ ਦੇ ਵਿੱਚ ਸਚਾਈ ਜਿਹੜੀ ਆ ਉਹਨੂੰ ਜ਼ਿਆਦਾ ਅੱਗੇ ਰੱਖੋ ਜੇ ਸਚਾਈ ਸਾਰੇ ਜਿਹੜੇ ਸਚਾਈ ਤੇ ਚੱਲਦੇ ਆ ਨਾ ਤੇ ਮੇਰਾ ਖਿਆਲ ਵੀ ਘਰ ਦੇ ਵਿੱਚ ਤੁਹਾਡੇ ਇਹੋ ਜਿਹੀ ਕੋਈ ਬਿਮਾਰੀ ਨਹੀਂ ਹਟੋਂਦੀ ਤੇ ਇਹ ਤੁਸੀਂ ਜਿਵੇਂ ਫਿਲਮਾਂ ਦਾ ਦੱਸਦਾ ਤੁਹਾਡਾ ਸੁਆਬੇਦਰਕ ਬਣਿਆ ਤੇ ਇਧਰਲੇ ਪਾਸੇ ਸੁਆਬ ਕਿਵੇਂ ਬਣਿਆ ਇੱਕ ਵੱਖਰਾ ਟਰੈਕ ਹੈਗਾ ਇਹ ਬਿਲਕੁਲ ਹਾਲਾਂਕਿ ਪਹਿਲਾਂ ਜਦੋਂ ਭਾਈ ਮਨਨਾ ਸਿੰਘ ਕਰਦੇ ਹੁੰਦੇ ਸੀ ਡਰਾਮੇ ਉਹਨਾਂ ਦੇ ਵਿੱਚ ਵੀ ਕਾਫੀ ਅਵੇਅਰਨੈਸ ਹੁੰਦੀ ਸੀ ਤੇ ਇਹ ਇੱਕ ਇਹ ਇੱਕ ਵੱਖਰਾ ਟੌਪਿਕ ਹੈਗਾ ਵੱਖਰੀ ਤਰ੍ਹਾਂ ਦੀ ਬਿਮਾਰੀ ਹੈ ਵੱਖਰੀ ਤਰ੍ਹਾਂ ਦਾ ਕੰਮ ਹੈ ਇਧਰ ਤੁਹਾਡਾ ਇੰਟਰਸਟ ਕਿਵੇਂ ਹੋਇਆ ਇੱਥੇ ਪੈਸੇ ਵੀ ਨਹੀਂ ਨਾਲੇ ਕੋਈ ਹੈਗੇ ਸਭ ਕੋ ਪੱਲਿਓਂ ਲੱਗਦੇ ਹੋਣਗੇ ਤੁਹਾਡੇ ਵੇਖੋ ਜੀ ਮੈਂ ਪੈਸੇ ਨੂੰ ਕਦੇ ਅੱਜ ਤੱਕ ਤਰਜੀਹ ਨਹੀਂ ਦਿੱਤੀ ਮੈਂ ਸੋਸ਼ਲ ਵਰਕਰ ਆ ਮੈਂ ਮਤਲਬ ਪਿੰਡ ਵੀ ਜਾਂਦਾ ਤੇ ਮੈਂ ਆਪ ਝਾੜੂ ਫੜ ਕੇ ਗਲੀਆਂ ਨਾਲੀਆਂ ਸਾਫ਼ ਕਰਦਾ ਜੀ ਉੱਥੇ ਲੋਕਾਂ ਨੂੰ ਅਵੇਅਰ ਕਰਦਾ ਵੇ ਭਾਈ ਤੁਸੀਂ ਆਪਣੀ ਸਫਾਈ ਤੇ ਰੱਖੋ ਪਰ ਲੋਕ ਉਥੇ ਆਂਦੇ ਵੀ ਨਹੀਂ ਸਕੂ ਉਲਟਾ ਕਹਿੰਦੇ ਵੀ ਅਮਰੀਕਾ ਤੋਂ ਪੰਗੀ ਆ ਗਿਆ ਏ ਮਤਲਬ ਇਹੋ ਜੀ ਸੋਚ ਬਣੀ ਹੋਈ ਹੈ ਉਥੇ ਲੋਕਾਂ ਦੀ ਤੇ ਮੈਂ ਸੋਸ਼ਲ ਵਰਕਰ ਕੇ ਮੈਂ ਪੈਸਾ ਲੈਂਦਾ ਨਹੀਂ ਕਿਸੇ ਤੋਂ ਮੈਂ ਪੈਸੇ ਆਪਣੇ ਪੱਲੇੋਂ ਲੱਗ ਜਾਂਦਾ ਜੇ ਇੱਥੇ ਦੂਰ ਹੋਵੇ ਤੇ ਮੈਂ ਅਗਲੇ ਨੂੰ ਇਹ ਜ਼ਰੂਰ ਕਰ ਦੇਣਾ ਵੀ ਟਿਕਟ ਲੈ ਦੇ ਮੈਨੂੰ ਨਹੀਂ ਤੇ ਮੈਂ ਮਤਲਬ ਆਪ ਗੱਡੀ ਦੇ 3-4 ਘੰਟੇ ਦੀ ਡਰਾਈਵ ਤੇ ਮੈਂ ਆ ਵੀ ਚਲੇ ਜਾਣਾ ਜੀ ਤੇ ਨਹੀਂ ਗੱਲ ਚੱਲੀ ਸੀ ਵੀ ਤੁਹਾਨੂੰ ਇਧਰਲੇ ਪਾਸੇ ਸ਼ੌਕ ਕਿਵੇਂ ਪਿਆ ਇਹ ਮੈਨੂੰ ਕੋਈ ਪਤਾ ਨਹੀਂ ਸੀ ਪੰਜਾਬ ਦੇ ਵਿੱਚ ਕੋਈ ਤਰਕਸ਼ੀਲ ਵੀ ਹੈ ਜਾਂ ਕੋਈ ਨਾਸਤਿਕ ਹੈ ਜਾਂ ਕੋਈ ਕਿਦਾਂ ਜਦੋਂ ਮੈਂ ਜਦੋਂ ਮੈਨੂੰ ਸੋਝੀ ਆਈ ਜਦੋਂ ਮੈਂ ਨਾਸਤਿਕ ਬਣਿਆ ਮੈਂ ਕਿਸੇ ਧਾਰਮਿਕ ਸਥਾਨ ਤੇ ਗਿਆ ਸੀਗਾ ਉੱਥੋਂ ਮੈਂ ਨਾਸਤਿਕ ਬਣਿਆ ਵੀ ਇਹ ਇਹ ਪਖੰਡ ਜਿਹੜੇ ਆ ਇਹ ਤੇ ਸਾਡੇ ਧਰਮ 'ਚ ਹੈ ਹੀ ਨਹੀਂਗੇ ਹੂੰ ਉਹ ਜਦੋਂ ਉਹ ਇੱਕਦਮ ਦਿਮਾਗ 'ਚ ਆਈ ਗੱਲ ਵੀ ਇਹ ਤੇ ਸਾਰਾ ਗਲਤ ਹੈ ਜੋ ਇੱਥੇ ਕਰ ਰਹੇ ਨੇ ਉਸ ਤੋਂ ਬਾਅਦ ਮੈਂ ਆ ਕੇ ਕਿਤਾਬਾਂ ਪੜੀਆਂ ਜਿਹੜੀਆਂ ਤਰਕਸ਼ੀਲ ਵਾਲੀਆਂ ਕਿਤਾਬਾਂ ਨੇ ਨਾ ਉਹ ਪੜੀਆਂ ਜਦੋਂ ਉਹ ਜਦੋਂ ਪੜੀਆਂ ਤੇ ਸਾਰੇ ਦਿਮਾਗ ਦੇ ਦਰਵਾਜ਼ੇ ਖੁੱਲ ਗਏ ਯਾਰ ਕਿੱਥੇ ਤੁਰੇ ਫਿਰਦੇ ਆਂ ਇਹ ਤਾਂ ਕੁਝ ਹੈ ਹੀ ਨਹੀਂ ਜੀ ਫਿਰ ਜਿਵੇਂ ਜਿਵੇਂ ਪ੍ਰੈਕਟੀਕਲ ਹੁੰਦਾ ਗਿਆ ਤਿਵੇਂ ਤਿਵੇਂ ਪਤਾ ਲੱਗਦਾ ਗਿਆ ਜਿਵੇਂ ਜਿਵੇਂ ਬੰਦਿਆਂ ਨੂੰ ਮਿਲਦੇ ਗਏ ਫਿਰ ਅੱਗੇ ਮੇਰਾ ਦੋਸਤ ਹੈ ਇੱਕ ਮਿੱਤਰ ਜਾਦੂਗਰ ਆ ਉਹਦੇ ਕੋਲ ਟਰਿਕ ਸਿੱਖੇ ਕਿਉਂਕਿ ਜੇ ਅਸੀਂ ਕਿਸੇ ਦਾ ਇਲਾਜ ਕਰਨਾ ਵਾ ਤੇ ਸਾਨੂੰ ਉਹ ਜਾਦੂ ਦੀ ਟਰਿਕ ਆਉਣੇ ਚਾਹੀਦੀ ਹੈ ਜਾਦੂ ਦੀ ਟਰਿਕ ਦੇ ਨਾਲ ਬੰਦਾ ਪ੍ਰਭਾਵਿਤ ਹੁੰਦਾ ਜਿਹੜਾ ਮਰੀਜ਼ ਹੁੰਦਾ ਫਿਰ ਉਹ ਆਪਣੀ ਮਰਜ਼ੀ ਦੱਸਦਾ ਫਿਰ ਉਹਦੀ ਮਰਜ਼ੀ ਨੂੰ ਸਮਝਿਆ ਜਾਂਦਾ ਵਾ ਜਿੱਦਾਂ ਡਾਕਟਰ ਨੂੰ ਅਸੀਂ ਦੱਸਦੇ ਹਾਂ ਵੀ ਆਹ ਮੈਨੂੰ ਇਦਾਂ ਬਿਮਾਰੀ ਹੁੰਦੀ ਤੇ ਇਦਾਂ ਹੁੰਦਾ ਤੇ ਡਾਕਟਰ ਸਮਝ ਕੇ ਤੁਹਾਨੂੰ ਉਹ ਦਵਾਈ ਦਿੰਦਾ ਇਸੀ ਤਰ੍ਹਾਂ ਉਸ ਮਰੀਜ਼ ਦੀ ਸੱਚਾਈ ਜਿਹੜੀ ਹੁੰਦੀ ਉਹ ਪਤਾ ਲੱਗਦਾ ਵਾ ਵੀ ਇਹਨੂੰ ਕਿੱਥੋਂ ਆਇਆ ਫੇਰ ਉਹਨੂੰ ਮਤਲਬ ਰੀਪਰੋਗਰਾਮਾਈਜ਼ ਕਰਕੇ ਉਹਦੇ ਦਿਮਾਗ ਦੇ ਵਿੱਚ ਉਹ ਚੀਜ਼ ਲਾਈ ਦੀ ਆ ਤੇ ਤਾਂ ਉਹਨੂੰ ਠੀਕ ਕੀਤਾ ਜਾਂਦਾ ਵਾ ਜੀ ਵਾ ਵੈਸੇ ਉਹਨੂੰ ਤਾਂ ਹੀ ਹੁੰਦਾ ਵੀ ਇਹਨੂੰ ਸ਼ਕਤੀ ਇਹ ਚ ਹੈਗੀ ਹੈ ਇਹਨੂੰ ਮੇਰਾ ਸਾਰਾ ਵੈਸੇ ਹੀ ਪਤਾ ਲੱਗ ਜਾਣਾ ਤੇ ਜ ਕੋਈ ਨਾ ਕੋਈ ਜਾਦੂ ਹੈਗਾ ਇਸ ਕਰਕੇ ਮੈਂ ਆਪ ਹੀ ਦੱਸ ਦੇਵਾਂ ਇਹ ਵੀ ਟਰੈਕ ਜਿਹੜੇ ਹੈਗੇ ਨੇ ਬੜੇ ਵਧੀਆ ਇਹ ਵੀ ਸਾਡੇ ਵੀ ਇੱਕ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਾਡੇ ਦਾਦਾ ਜੀ ਦੇ ਭਰਾ ਸੀ ਹਕੀਮ ਦਰਿਆਉਂ ਪਾਰ ਤੇ ਉਹ ਵੀ ਦੱਸਦੇ ਹੁੰਦੇ ਸੀ ਵੀ ਉਹ ਕਿਵੇਂ ਇਹ ਟਰਿਕ ਦੇ ਨਾਲ ਲੋਕਾਂ ਦੇ ਦਿਮਾਗ ਕੱਢਦੇ ਹੁੰਦੇ ਸੈਂਟਿਫਿਕ ਤਰੀਕੇ ਦੇ ਬਿਲਕੁਲ ਇਹ ਭੂਤ ਜਿਹੜੇ ਉਹ ਕੱਢਦੇ ਸੀਗੇ ਤੇ ਚਲੋ ਅਸੀਂ ਗੱਲਾਂ ਬਾਤਾਂ ਤੁਹਾਡੇ ਨਾਲ ਚੱਲ ਰਹੀਆਂ ਬਹੁਤ ਵਧੀਆ ਅਸੀਂ ਹੋਰ ਵੀ ਹਜੇ ਗੱਲਾਂ ਕਰਾਂਗੇ ਜੀ ਤੇ ਮੈਂ ਇੱਕ ਜੋ ਖਾਣੀਆਂ ਜਰੂਰ ਜਾਣਨਾ ਚਾਹਾਂਗੇ ਤੁਹਾਡੇ ਕੋਲ ਜਿਹੜੀਆਂ ਤੁਸੀਂ ਇੱਕ ਤਾਂ ਪਾਕਿਸਤਾਨ ਕੇ ਅਸੀਂ ਉੱਥੇ ਦਾ ਵੀ ਤੁਸੀਂ ਇੱਕ ਕਿੱਸਾ ਦੱਸਦੇ ਸੀ ਇੱਕ ਕੋਈ ਇਧਰਲੇ ਭਾਰਤ ਦੇ ਵਿੱਚ ਖਰਬਾਲਾ ਪਵਾ ਪਿਆ ਹੋਵੇਗਾ ਇਧਰਲੇ ਮੁਲਕਾਂ ਤੋਂ ਉਸ ਤਰ੍ਹਾਂ ਬਾਬੇ ਹੈ ਨਹੀਂ ਇਧਰਲੇ ਮੁਲਕਾਂ ਜਿਹੜੇ ਬਾਬੇ ਪੈਸਾ ਕਮਾਉਂਦੇ ਨੇ ਉਹ ਕੋਈ ਇੰਗਲੈਂਡ ਬੈਠਾ ਕਿਤੇ ਬੈਠਾ ਉਹਨਾਂ ਨੇ ਐਡ ਦੇ ਕੇ ਤੇ ਆ ਉਥੋਂ ਫੋਨ ਕਰਨਾ ਤੇ ਉਹ ਤੇ ਬਾਅਦ ਚ ਜੋ ਹੁੰਦਾ ਹੁੰਦਾ ਤੇ ਇਹੋ ਜਿਹਾ ਭਾਰਤ ਦੇ ਵਿੱਚ ਬੜਾ ਕੰਮ ਸੀ ਜਿੱਥੇ ਲੋਟ ਸੀਗੀ ਜਿੱਥੇ ਇਸ ਤਰ੍ਹਾਂ ਦੇ ਮਰੀਜ਼ ਵੀ ਬਹੁਤ ਜ਼ਿਆਦਾ ਸੀਗੇ ਤੇ ਉਹ ਅਸੀਂ ਗੱਲ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕ ਵੀ ਇਸੇ ਤਰ੍ਹਾਂ ਨਾਲ ਜੁੜੇ ਰਹਿਣਗੇ ਬਾਬ ਖੈਰਾ ਸਾਹਿਬ ਸਾਡੇ ਸਟੂਡੀਓ ਜਿਹੜਾ ਆਖਰੀ ਸੈਗਮੈਂਟ ਜਿਹੜਾ ਉਹ ਹਜੇ ਬਾਕੀ ਆ ਉਹਦੇ ਚ ਵੀ ਗੱਲਾਂ ਹੋਰ ਕਰਾਂਗੇ ਹੋਰ ਕੁਝ ਕਹਾਣੀਆਂ ਸੁਣਾਗੇ ਇਹਨਾਂ ਕੋਲੋਂ ਕੁਝ ਗੱਲਾਂ ਪਤਾ ਹੋਰ ਸੁਣਾਗੇ ਫਿਲਹਾਲ ਬ੍ਰੇਕ ਲਈ ਨਹੀਂ ਦੇਖਦੇ ਰਹੋ ਜਸਪੰਜਾਬੀ ਹਾਜ਼ਰਾ ਜੀ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਆਈ ਦਾ ਲੈ ਕੇ ਤੁਹਾਡੇ ਰੂਬਰੂ ਔਰ ਕਾਲਾਂ ਅੱਜ ਅਸੀਂ ਨਹੀਂ ਲੈ ਰਹੇ ਮੈਂ ਇਸ ਕਰ ਬਾਰ-ਬਾਰ ਕੋਈ ਕਦ ਕਾਲਾਂ ਜਦ ਪ੍ਰੋਮੋਸ਼ਨ ਦਾ ਉਹ ਤੋਂ ਹੀ ਮਰਵਾਣੀ ਇਸ ਕਰ ਦਿੰਦੇ ਨੇ ਆਪਣੀ ਵਾਰੀ ਦੀ ਉਡੀਕ ਕਰਦੇ ਨੇ ਸੋ ਉਹਦੇ ਵਾਸਤੇ ਟਾਈਮ ਵੇਸਟ ਨਾ ਕਰੋ ਤੇ ਆਪਣਾ ਪ੍ਰੋਗਰਾਮ ਦਾ ਆਨੰਦ ਬੈਠ ਕੇ ਕਰਨ ਦੇ ਵਿੱਚ ਮਾਣੋ ਔਰ ਨਾਲ ਦੀ ਨਾਲ ਤੁਹਾਡੇ ਕੋਈ ਹੋਵੇ ਇਸ ਤਰ੍ਹਾਂ ਦੀ ਪ੍ਰੋਬਲਮ ਕਿਸੇ ਨੂੰ ਦਿਮਾਗੀ ਤੌਰ ਤੇ ਕਹਿ ਸਕਦੇ ਆ ਠੀਕ ਨਹੀਂ ਹੋ ਰਹੇ ਜਿਹੜੇ ਬੰਦੇ ਜਿਨ੍ਹਾਂ ਨੂੰ ਕੋਈ ਡਾਕਟਰ ਦੀ ਦਵਾਈ ਵੀ ਨਹੀਂ ਲੱਗਦੀ ਉਹਨਾਂ ਨੂੰ ਠੀਕ ਕਰਨ ਵਾਸਤੇ ਵੀ ਬੌਬ ਖੈਰਾ ਸਾਹਿਬ ਤੁਹਾਡਾ ਮਦਦ ਤੁਹਾਡੀ ਕਰ ਸਕਦੇ ਨੇ ਜੀ ਖਰਦ ਸਾਹਿਬ ਅੱਛਾ ਇਹ ਜਿਹੜੇ ਹੁੰਦੇ ਨਹੀਂ ਠੀਕ ਜੀ ਕਿਤੇ ਡਾਕਟਰ ਦਵਾਈ ਨਹੀਂ ਲੱਗਦੀ ਹਾਂਜੀ ਕੁਛ ਇਸ ਤਰ੍ਹਾਂ ਨਹੀਂ ਹੁੰਦਾ ਉਸ ਤਰ੍ਹਾਂ ਨਹੀਂ ਹੁੰਦਾ ਤੇ ਉਹ ਉਹਦਾ ਕੀ ਹਾਲ ਹੈ ਤੋਂ ਪਹਿਲਾਂ ਮੈਨੂੰ ਇੱਕ ਗੱਲ ਕਹਤੇ ਆ ਗਈ ਮੈਂ ਤੁਹਾਡਾ ਉਹ ਸਾਂਝੀ ਕਰਨਾ ਵੀ ਲੋਕ ਚਲ ਜਾਂਦੇ ਨੇ 10ਵੀਂ 'ਚ ਮੁੰਡਾ ਪੜ੍ਹਦਾ ਸੀ ਕੋਈ ਹਾਂਜੀ ਪੰਜਾਬ ਦੀ ਗੱਲ ਹੈ 10ਵੀਂ 'ਚ ਪੜ੍ਹਦਾ ਸੀ ਪੇਪਰ ਸਿਰਤੇ ਆਏ ਤੇ ਬੁਖਾਰ ਨਹੀਂ ਉਤਰਦਾ ਸੀ ਉਹਦਾ ਹਾਂਜੀ ਡਾਕਟਰਾਂ ਕੋਲ ਬਥੇਰ ਲੈ ਗਏ ਤੇ ਉਹ ਕਿਸ ਬਾਬੇ ਕੋਲ ਲੈ ਗਏ ਤੇ ਉਹ ਘਰ ਵਾਲੀ ਮਗਰ ਪੈ ਗਈ ਜਨਾਨੀਆਂ ਜ਼ਿਆਦਾ ਹੁੰਦੀਆਂ ਬੰਦਾ ਪੜਿਆ ਲਿਖਿਆ ਸੀ ਉਹ ਨਹੀਂ ਜਾ ਕੇ ਰਾਜੀ ਸੀ ਉਹ ਕਹਿੰਦੇ ਬਾਬੇ ਕੋ ਜਾਣਾ ਬਾਬੇ ਕੋ ਜਾਣਾ ਬਾਬਾ ਗਿਆ ਬਾਬੇ ਦੇ ਦੇਖਿਆ ਤੇ ਇੱਧਰ ਉੱਧਰ ਕਰਕੇ ਕਹਿੰਦਾ ਜੀ ਇਹਨੇ ਕਿਸੇ ਮੁਸਲਮਾਨ ਪੀਰ ਦੀ ਸਮਾਦ ਦੇ ਉੱਪਰ ਮੂਤ ਕੀਤਾ ਹੈ ਪਸ਼ਾਬ ਕੀਤਾ ਬੱਚੇ ਨੇ ਤਾਂ ਇਹਦਾ ਇਹ ਹਾਲ ਹੈ ਤੇ ਉਹ ਕਹਿੰਦੇ ਸਾਡੇ ਹੈ ਹੀ ਨਹੀਂ ਕੋਈ ਸਾਡੇ ਪਿੰਡੋਂ ਨਹੀਂ ਸ਼ਹਿਰੋਂ ਨਹੀਂ ਰਾਜ ਚ ਨਹੀਂ ਸਕੂਲ ਰਾਜ ਚ ਹੈ ਹੀ ਕੋਈ ਨਹੀਂ ਨਹੀਂ ਕਹਿੰਦੇ ਨੇ ਇਹ ਹੀ ਕੀਤਾ ਜੋ ਨਾ ਹੀ ਹਟਿਆ ਕਹਿਣਾ ਤੇ ਬੰਦਾ ਉਹ ਪੜਿਆ ਲਿਖਿਆ ਸੀ ਥੋੜਾ ਥੋੜੇ ਵਰਗਾ ਤਰਕਸ਼ੀਲ ਸੀ ਉਹ ਕਹਿੰਦਾ ਬਾਬਾ ਜੀ ਵੀ ਇਹ ਮੈਨੂੰ ਗੱਲ ਸਮਝ ਨਹੀਂ ਆਈ ਵੀ ਇਹ ਤਾਂ ਜਵਾਕ ਹੈ ਚਲੋ ਇਹਨੇ ਪਿਸ਼ਾਬ ਕਰਤਾ ਹੋਊਗਾ ਤੇ ਪੀਰ ਤਾਂ ਸਿਆਣਾ ਸੀ ਉਹੀ ਸੇਰੇ ਤੇ ਉਧਰ ਕਰ ਲੈਂਦਾ ਉਹੀ ਆਸੇ ਪਾਸੇ ਹੋ ਜਾਂਦਾ ਸੋ ਇਹ ਚੀਜ਼ਾਂ ਸਾਡੇ ਦਿਮਾਗ 'ਚ ਘਰ ਕਰਨ ਦੇ ਜਿਹੜੇ ਸਿਆਣੇ ਹੈਗੇ ਵੀ ਆਹ ਚੀਜ਼ ਹੋਈ ਆ ਇਹਦਾ ਆ ਕਰਕੇ ਹੋਇਆ ਤੁਹਾਡੇ ਕੋਲ ਬਿੱਲੀ ਮਰ ਗਈ ਹੋਣੀ ਕੋ ਫਲਾਨਾ ਹੋ ਗਿਆ ਹੋਣਾ ਤੇ ਅੱਛਾ ਤੁਸੀਂ ਕੋਈ ਪੰਜਾਬ ਦੀ ਐਸੀ ਕਹਾਣੀ ਦੱਸੋ ਜਿੱਦੇ ਕਿ ਕਿਤੇ ਇਸ ਤਰ੍ਹਾਂ ਦੇ ਬਾਬਿਆਂ ਨਾਲ ਵਾਹ ਪਿਆ ਹੋਵੇ ਤੇ ਬਾਬਾ ਮੂਹਰੇ ਲਾਇਆ ਹੋਵੇ ਸਾਡੇ ਪਿੰਡਾਂ ਦੇ ਲੱਗੇ ਸੀਗਾ ਜੀ ਇੱਕ ਉਹਦੇ ਆਪਣਾ ਮਾਤਾ ਦੀ ਚੌਂਕੀ ਆਉਂਦੀ ਥੋਨੂੰ ਅੱਛਾ ਜੀ ਉੱਥੇ ਇੱਕ ਬਾਬਾ ਵਾ ਜਨੇ ਆਪਣਾ ਘਰੇ ਬਣਾਇਆ ਵਾ ਮਤਲਬ ਗੁਰਦੁਆਰੇ ਦਾ ਮਾਲਕ ਸਮਝ ਲਓ ਜਿਵੇਂ ਕਿ ਕਿੰਦਾ ਹੈ ਨਾ ਹੁਣ ਉਹਦੀ ਤੇ ਪੰਡਤ ਦੀ ਆਵਸ ਵਿੱਚ ਲੱਗਣ ਲੱਪਈ ਅੱਛਾ ਉਹਨੇ ਪੰਚਾਇਤ ਦੇ ਨਾਲ ਗੱਲ ਕੀਤੀ ਵੀ ਆਪਾਂ ਇਹਨੂੰ ਪੰਡਤ ਨੂੰ ਭਜਾਈਏ ਹੁਣ ਸਾਡਾ ਇਹ ਹੁੰਦਾ ਵਾ ਵੀ ਅਸੀਂ ਕਿਸੇ ਵੀ ਸਾਨੂੰ ਕੋਈ ਬੰਦਾ ਆ ਕੇ ਕਹਿੰਦਾ ਨਾ ਵੀ ਫਲਾਣਾ ਬੰਦਾ ਇਦਾਂ ਕਰਦਾ ਅਸੀਂ ਉਹਦੇ ਘਰ ਜਾਂ ਉਹਦੇ ਪਿੰਡ ਤਾਂ ਹੀ ਜਾ ਸਕਦੇ ਜੇ ਸਾਰੀ ਪੂਰੀ ਪੰਚਾਇਤ ਸਾਨੂੰ ਲਿਖ ਕੇ ਦੇਵੇ। ਅੱਛਾ। ਸਾਡੇ ਨਾਲ ਸਹਿਯੋਗ ਕਰੇ। ਪੁਲਿਸ ਵਾਲਿਆਂ ਨਾਲ ਲੈ ਕੇ। ਸੋ ਪੂਰੀ ਪੰਚਾਇਤ ਨੇ ਸਾਨੂੰ ਲਿਖ ਕੇ ਦਿੱਤਾ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਅਸੀਂ ਉੱਥੇ ਚਲੇਗੇ। ਅਸੀਂ ਚਲੇਗੇ ਜਾ ਕੇ ਉਹ ਵੀਰਵਾਰ ਨੂੰ ਚੌਂਕੀ ਲਾਉਂਦਾ ਸੀ ਉਹ। ਅੱਛਾ ਜੀ। ਵੀਰਵਾਰ ਨੂੰ ਉਹਦੇ ਇਕੱਠ ਹੁੰਦਾ ਸੀ ਬਹੁਤ ਜ਼ਿਆਦਾ ਅਸੀਂ ਉੱਥੇ ਚਲੇਗੇ। ਪਹਿਲਾਂ ਤਾਂ ਜਿੰਨੀ ਉਹ ਜਨਤਾ ਜਿੰਨੀ ਵੀ ਆਈ ਸੀ ਉਹ ਸਾਨੂੰ ਮਤਲਬ ਥੋੜੇ ਜੇ ਔਖੇ ਬੋਲਣ ਆਪੇ। ਅੱਛਾ। ਫੇਰ ਥਾਣੇਦਾਰ ਨੇ ਕਿਹਾ ਵੀ ਤੁਹਾਡੇ ਸਾਹਮਣੇ ਹੋਊਗਾ ਜੋ ਕੋਈ ਅਸੀਂ ਉਹਨੂੰ ਹੱਥ ਨਹੀਂ ਲਾਉਣਾ ਅਸੀਂ ਕੁਝ ਨਹੀਂ ਕਹਿਣਾ ਉਹ ਤੁਹਾਡੇ ਸਾਹਮਣੇ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਕਿ ਬੰਦੇ ਜਿਹੜਾ ਇਹਦੇ ਵਿੱਚ ਕੁਝ ਹੈ ਵੀ ਹੈ ਸ਼ਕਤੀ ਕਿ ਨਹੀਂ ਹੈਗੀ ਜੀ ਚਲੋ ਜਿਹੜੀ ਭੀੜ ਆ ਉਹ ਥੋੜੀ ਸ਼ਾਂਤ ਹੋ ਗਈ ਉਸ ਤੋਂ ਬਾਅਦ ਅਸੀਂ ਉਹਦੇ ਨਾਲ ਜਿਹਨੂੰ ਗੱਲ ਕੀਤੀ ਉਹ ਆਂਦਾ ਜੀ ਮੈਂ ਮੇਰੀ ਮਾਤਾ ਜਿਹੜੀ ਆ ਉਹ ਤੇ ਤੁਹਾਨੂੰ ਪਸਮ ਕਰ ਦਊਗੀ ਮੈਂ ਨਹੀਂ ਜ਼ਿੰਮੇਵਾਰ ਹੋਊਗਾ ਅੱਛਾ ਅਸੀਂ ਫਿਰ ਪੁਲਿਸ ਵਾਲਿਆਂ ਨੂੰ ਉੱਥੇ ਲਿਖ ਕੇ ਦਿੱਤਾ ਵੀ ਇਹ ਸਾਡਾ ਕੋਈ ਵੀ ਨੁਕਸਾਨ ਹੋ ਜੇ ਉਹਦੇ ਜ਼ਿੰਮੇਵਾਰ ਅਸੀਂ ਆ ਅਸੀਂ ਅੱਛਾ ਇਹ 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 ਮਤਲਬ ਇਹਦਾ ਕੋਈ ਵਿੱਚ ਨਹੀਂਗਾ ਅੱਛਾ ਚਲੋ ਜੀ ਉਹ ਲੱਗ ਪਿਆ ਉਥੇ ਮੰਤਰ ਮੁੱਤਰ ਫੂਕਣ ਜਿਉਂ ਲਗਾਏ ਕਰਨ ਕਦੇ ਕੋਸ਼ਿਸ਼ ਕਦੇ ਕੋਸ਼ ਫਿਰ ਨਾ ਕੁਝ ਆ ਫਿਰ ਆਂਦਾ ਵੀ ਉਹ ਜਿਹੜਾ ਪਿਛਲਾ ਕਮਰਾ ਨਾ ਉਹਦੇ ਵਿੱਚ ਮਾਤਾ ਆਉਂਦੀ ਆ ਤੇ ਉਥੇ ਮੈਂ ਉਥੇ ਜਾ ਕੇ ਕਰ ਸਕਦਾ ਹਮ ਅਸੀਂ ਪੁਲਿਸ ਵਾਲਿਆਂ ਨੂੰ ਭੇਜਿਆ ਵੀ ਪਹਿਲਾਂ ਜਾਓ ਵੇਖੋ ਵੀ ਪਿਛਲੇ ਕਮਰੇ ਵਿੱਚ ਕੋਈ ਹੈਤ ਨਹੀਂ ਕੋਈ ਚੀਜ਼ ਇਹੋ ਜੀ ਪੰਜਾਂ ਬੰਦੇ ਬੈਠੇ ਹੁਣ ਕੋਈ ਮਤਲਬ ਸਾਨੂੰ ਉਹ ਵੀ ਮਾਰਦੇ ਕੋਈ ਨਾ ਪੁਲਿਸ ਵਾਲਿਆਂ ਨੇ ਜਾ ਕੇ ਚੈੱਕ ਕੀਤਾ ਫਿਰ ਉਥੇ ਚਲੇ ਗਿਆ ਜਦੋਂ ਅਸੀਂ ਅੰਦਰ ਵੜੇ ਆ ਜੀ ਤੇ ਅੰਦਰ ਵੜਦੇ ਆ ਸਾਰੀ ਉਹ ਸਾਡੇ ਪੈਰੇ ਪੈ ਗਿਆ ਕਹਿੰਦਾ ਮੇਰੇ ਕੋ ਕੁਝ ਨਹੀਂ ਮੈਨੂੰ ਬਚਾ ਲੋ ਕਹਿੰਦਾ ਅੱਛਾ ਤੇ ਅਹੀਂ ਉਹ ਕਹ ਵੀ ਇਦਾਂ ਨਹੀਂ ਹੁਣ ਤੇ ਪਬਲਿਕ ਦੇ ਸਾਹਮਣੇ ਬੋਲਣਾ ਪੈਣਾ ਜਦੋਂ ਪਬਲਿਕ ਦੇ ਸਾਹਮਣੇ ਬੋਲਿਆ ਦੇਖ ਲਓ ਤੁਸੀਂ ਪਬਲਿਕ ਜਿਹੜੀ ਉਹਨੂੰ ਮੰਨਣ ਵਾਸਤੇ ਹੀ ਉਹ ਪਬਲਿਕ ਨੂੰ ਮਾਰਨ ਲੱਗ ਪਈ ਦੱਸ ਬੜੇ ਯੋਰ ਨਾਲ ਪੁਲਿਸ ਨੇ ਬਚਾਈ ਉਹਦੇ ਜਿਹੜੇ ਪਿੱਤਲ ਦੇ ਚਿਰਾਗ ਚਰੂਗੇ ਸਾਰੇ ਮੇਰੇ ਘਰੇ ਪਏ ਉਥੇ ਇੰਡੀਆ ਤੇ ਇਹ ਫਿਰ ਮਤਲਬ ਜਿਹੜੇ ਪਹਿਲਾਂ ਲੋਕਾਂ ਨੂੰ ਠੱਗ ਗਿਆ ਕਰ ਗਿਆ ਕਿੰਨੇ ਸਾਲਾਂ ਤੋਂ ਉਥੇ ਬੈਠਾ ਹੋਏਗਾ ਇਹ ਤੇ ਆਈ ਥੋ ਇੱਥੇ ਲੋਕ ਨਹੀਂ ਘਟਦੇ ਵੇਖੋ ਤੁਸੀਂ ਜਗੀ ਭਾਜੀ ਇੱਥੇ ਵੀ ਲੋਕਾਂ ਨੂੰ ਭੂਤ ਚੰਬੜਦੇ ਨੇ ਆਪਣੇ ਪੰਜਾਬੀ ਲੋਕਾਂ ਨੂੰ ਔਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਭੂਤ ਵੀ ਦੇਸੀ ਚੰਬੜਦੇ ਨੇ ਕੋਈ ਗੋਰਾ-ਗੋਰੀ ਭੂਤ ਨਹੀਂ ਚੰਬੜਦਾ ਤੇ ਇੱਥੇ ਦੀ ਵੀ ਕਰੋ ਕੋਈ ਸਾਂਝੀ ਗੱਲਬਾਤ ਕੋਈ ਖਬਰ ਕੋਈ ਸਟੋਰੀ ਜਿਹੜੀ ਹੈਗੀ ਹੈ ਸਾ ਤਾਂ ਕਿ ਸਾਡੇ ਦਰਸ਼ਕ ਵੇਰ ਹੋ ਸਕਣ ਨਾਲ ਨਾਲ ਇਹ ਜ਼ਰੂਰ ਅਸੀਂ ਬਾਰ-ਬਾਰ ਕਹਿੰਨੇ ਵੀ ਕਿਤੇ ਲੱਗੇ ਵੀ ਤੁਹਾਡੇ ਕੋਈ ਇਸ ਤਰ੍ਹਾਂ ਦਾ ਕੇਸ ਹੈਗਾ ਤੇ ਜ਼ਰੂਰ ਤੁਸੀਂ ਖੈਰਾ ਸਾਹਿਬ ਨੂੰ ਸੰਪਰਕ ਕਰ ਸਕਦੇ ਹੋ ਮੈਨੂੰ ਸੰਪਰਕ ਕਰ ਸਕਦੇ ਹੋ ਅਸੀਂ ਉਹਦਾ ਫਰੀ ਇਲਾਜ ਕਰਾਂਗੇ ਜੇ ਬੜਾ ਦੂਰ ਦਰ ਜਾਣਾ ਪੈਂਦਾ ਚਲੋ ਟਿਕਟ ਟੋਕ ਦਾ ਖਰਚਾ ਕਰਨਾ ਪਊਗਾ ਤੇ ਹੋਰ ਕੋਈ ਪੈਸਾ ਇਦਾਂ ਦਾ ਇਧਰ ਉਧਰ ਦਾ ਨਹੀਂ ਲੱਗਣਾ ਜੀ ਕਿਸੇ ਨੂੰ ਭੂਤ ਨજર ਆਉਂਦੇ ਹੋਣ ਕਿਸੇ ਨੂੰ ਦੌਰੇ ਪੈਂਦੇ ਹੋਣ ਕਿਸੇ ਦੇ ਸਰੀਰ ਤੇ ਨੀਲ ਪੈ ਜਾਂਦੇ ਹੋਣ ਜਾਂ ਉਹੋ ਹੀ ਘਰੇ ਚੂਣਾ ਟਪਣਾ ਜਾਂ ਕੋਈ ਚੀਜ਼ ਇਹੋ ਜੀ ਹੁੰਦੀ ਹੋਵੇ ਅਸੀਂ ਫਰੀ ਇਲਾਜ ਕਰਾਂਗੇ ਜੇ ਕੁਝ ਨਹੀਂ ਹੁੰਦਾ ਜਿਹੜਾ ਕੋਈ ਕਹਿੰਦਾ ਲਾਚੀਆਂ ਕਰਕੇ ਜਾਂਦਾ ਜੀ ਜਾਂ ਮਾਂ ਜਾਂ ਨਾਰੀਅਲ ਵਗੈਰਾ ਇਹ ਸਾਰੇ ਤੁਹਾਨੂੰ ਦੁਕਾਨ ਤੋਂ ਮਿਲ ਜਾਂਦੇ ਨੇ ਜੇ ਦੁਕਾਨ ਵਾਲੇ ਨੂੰ ਕੁਝ ਨਹੀਂ ਹੁੰਦਾ ਜਿਹਦੇ ਰੱਖੇ ਤੇ ਤੁਹਾਨੂੰ ਕੀ ਹੋਣਾ ਜੇ ਕੋਈ ਕਹਿੰਦਾ ਮੈਂ ਮੰਤਰ-ਮੰਤਰ ਫੂਕਦਾ ਕੋਈ ਮੰਤਰ ਨਹੀਂ ਜੇ ਕੋਈ ਤੰਤਰ ਨਹੀਂ ਜੇ 5 ਫੁੱਟ ਦੀ ਦੂਰੀ ਤੋਂ ਤੁਹਾਨੂੰ ਕੋਈ ਬੰਦਾ ਹਲਾ ਨਹੀਂ ਸਕਦਾ ਤੁਹਾਨੂੰ ਕੈਮੀਕਲ ਪਾ ਸਕਦਾ ਤੁਹਾਡੇ ਤੇ ਗੋਲੀ ਮਾਰ ਸਕਦਾ ਬਰਸ਼ਾ ਮਾਰ ਸਕਦਾ ਕਿਰਪਾਨ ਅਦਰਵਾਈਜ਼ ਕਿਸੇ ਤੰਤਰ-ਮੰਤਰ ਨਾਲ ਕੋਈ ਨੁਕਸਾਨ ਨਹੀਂ ਜੇ ਹੁੰਦਾ ਹਮ ਇਹ ਨਾਕ ਦੇ ਨજર ਲੱਗਦੀ ਜੇ ਅੱਖ ਤੋਂ ਅੱਖ ਦੇ ਵਿੱਚੋਂ ਕੋਈ ਇਹੋ ਜੀ ਚੀਜ਼ ਬਾਹਰ ਨਹੀਂ ਆਉਂਦੀ ਜਿੰਨਾ ਕਿਸੇ ਨੂੰ ਨજર ਲੱਗ ਜੇ ਆਮ ਸਾਡੇ ਇਹ ਹੁੰਦਾ ਰਹੀਦਾ ਮਿਰਚਾਂ ਮਿਰਚਾਂ ਭੋਕੇ ਸੁੱਟਦੇ ਫਰਮਾਨ ਕੋਈ ਨਜ਼ਰ ਨਹੀਂ ਲੱਗਦੀ ਸਾਰੀਆਂ ਸਾਡੀਆਂ ਵਹਿਮ ਨੇ ਸਾਡੇ ਇਹਨਾਂ ਤੋਂ ਬਚੋ ਤੇ ਆਪਾਂ ਗੱਲ ਕਰ ਰਹੇ ਸੀ ਇੱਧਰ ਦੀ ਕੋਈ ਗੱਲਬਾਤ ਕਿਤੇ ਹੋਈ ਹੋਵੇ ਹਾਂ ਜੀ ਇੱਧਰ ਦੀ ਸੈਕਰਾਮੈਂਟ ਹੋਈ ਨਹੀਂ ਇੱਕ ਸੈਕਰਾਮੈਂਟ ਤੋਂ ਬੀਬੀ ਕਾਲ ਕਰਦੀ ਸੀ ਮੈਨੂੰ ਤੇ ਉਹ ਇੰਡੀਆ ਗਈ ਤੇ ਇੰਡੀਆ ਵੀ ਕਿਤੇ 25 30000 ਰੁਪਏ ਕਿੰਨੇ ਦੇ ਆਈ ਫੇਰ ਇੱਥੇ ਮੈਂ ਕਿਹਾ ਵੀ ਮੈਨੂੰ ਟਿਕਟ ਭੇਜ ਦੇ ਮੈਂ ਆ ਜਾਊਂਗਾ ਮੈਂ ਮੇਚੀ ਜਾਂਦਾ ਨਾ ਚਲੋ ਉਹਨੇ ਟਿਕਟ ਨਹੀਂ ਭੇਜੀ ਮੈਂ ਕਿਹਾ ਵੀ ਚਲੋ ਜਦੋਂ ਮੇਰਾ ਚੱਕਰ ਲੱਗਾ ਮੈਂ ਉਦੋਂ ਆ ਜਾਊਂਗਾ ਇਸ ਤੋਂ ਪਹਿਲਾਂ ਉਹਨੇ ਕੋਈ ਮਾਸਟਰ ਅਮਰ ਕਰਕੇ ਹੈਗਾ ਇਥੇ ਐਡ ਵੀ ਆਉਂਦੀ ਉਹਦੀ ਬਹੁਤ ਜਿਆਦਾ ਉਹਨੂੰ 8000 ਡਾਲਰ ਦੇਤਾ ਅੱਛਾ ਜਦੋਂ ਉਹਨੇ ਕੁਝ ਨਹੀਂ ਕੀਤਾ ਫਿਰ ਉਹਨੂੰ ਪੁੱਛਿਆ ਵੀ ਭਾਈ ਉਹ ਤੂੰ 8000 ਡਾਲਰ ਲੈ ਕੀਤਾ ਕੁਝ ਨਹੀਂ ਸਾਡੀ ਨੋਹ ਜਿਹੜੀ ਉਹ ਰਾਜ਼ੀ ਨਹੀਂ ਹੋ ਰਹੀ ਉਹਨੇ ਦੋਵਾਂ ਮਾਂ ਪੁੱਤਾਂ ਨੂੰ ਇਹ ਲੜਾਤਾ ਇਹ ਕਹਿ ਕੇ ਲੜਾਤਾ ਵੀ ਤੇਰੀ ਮਾਂ ਆਪਣੇ ਪੁੱਤ ਨੂੰ ਕਹਿੰਦਾ ਵੀ ਤੇਰੀ ਮਾਂ ਤੇ ਤੈਨੂੰ ਮਰਵਾਉਣਾ ਚਾਹੁੰਦੀ ਹੈ ਤੇਰੀ ਘਰ ਵਾਲੀ ਨੂੰ ਮਤਲਬ ਤੈਨੂੰ ਮਰਵਾਉਣਾ ਚਾਹੁੰਦੀ ਹੈ ਅੱਛਾ ਅੱਛਾ ਮਾਂ ਪੁੱਤ ਨੂੰ ਲੜਾਤਾ ਉਹ ਸੱਚ ਉਹ ਬਾਅਦ ਵਿੱਚ ਮੈਂ ਜਦੋਂ ਇੱਥੇ ਆਇਆ ਤੇ ਮੈਂ ਮੇਰਾ ਇੱਕ ਲੋਸ ਦਾ ਨਾਲ ਉਹਨੂੰ ਲੈ ਕੇ ਚਲੇ ਗਿਆ ਜਦੋਂ ਜਾ ਕੇ ਮੈਂ ਵੇਖਿਆ ਤਾਂ ਉਹ ਜਿਹੜੀ ਕੁੜੀ ਸੀਗੀ ਮਤਲਬ ਜਨਾਨੀ ਉਹਦੀ ਉਹ ਕੰਬਣ ਲੱਗ ਪਈ ਸਾਨੂੰ ਵੇਖ ਕੇ ਜਦੋਂ ਉਹਨਾਂ ਨੇ ਦੱਸਿਆ ਵੀ ਬਾਬਾ ਆਇਆ ਉਹ ਕੰਬਣ ਲੱਗ ਪਈ ਸਾਨੂੰ ਵੇਖ ਕੇ ਅੱਛਾ ਕਹਿੰਦੇ ਤੁਹਾਨੂੰ ਵੀ ਬਾਬਾ ਹੀ ਆ ਬਾਬਾ ਅੱਛਾ ਇਹ ਮਰੀਜ਼ ਨੂੰ ਕਹਿਣਾ ਪੈਂਦਾ ਵੀ ਬਾਬਾ ਆਇਆ ਜੇ ਆਮ ਬੰਦਾ ਕਹਿ ਦੂ ਫਿਰ ਮਰੀਜ਼ ਤੇ ਅਸਰ ਨਹੀਂ ਹੁੰਦਾ ਇਸ ਕਰਕੇ ਮਰੀਜ਼ ਨੂੰ ਬਾਬਾ ਹੀ ਕਹਿਣਾ ਪੈਂਦਾ ਉਹ ਕੰਬਣ ਲੱਗ ਪਈ ਬਾਅਦ ਵਿੱਚ ਮੈਂ ਜਦੋਂ ਤਿੰਨਾਂ ਵਾਰ ਮੈਂ ਗੱਲ ਕੀਤੀ ਉਦੋਂ ਕੋਈ ਗੱਲ ਹੋਰ ਸੀ ਜਦੋਂ ਮਾਂ ਪੁੱਤ ਨਾਲ ਗੱਲ ਕੀਤੀ ਉਹ ਜਨਾਨੀ ਦੇ ਨਾਲ ਗੱਲ ਕੀਤੀ ਤੇ ਉਦੋਂ ਕੋਈ ਗੱਲ ਹੋਰ ਨਿਕਲੀ ਅਖੀਰ ਮੈਂ ਬੰਦੇ ਨੂੰ ਇਹ ਗੱਲ ਕਹੀ ਮੈਂ ਕਿਹਾ ਭਾਈ ਆ ਚੀਜ਼ਾਂ ਜਿਹੜੀਆਂ ਵਾਂ ਤੂੰ ਕਰ ਸਕਦਾ ਆਂਦਾ ਜੀ ਬੰਦਾ ਤੇ ਇੰਨੇ ਗੁੱਸੇ ਸੀਗਾ ਕਿਉਂਕਿ ਉਹ ਉਹ ਵੀ ਜਿਹੜਾ ਕੇ ਸੀ ਉਹ ਸੈਕਸ ਦੇ ਨਾਲ ਸੰਬੰਧ ਸੀਗੇ ਜੀ ਤੇ ਉਹ ਮਤਲਬ ਬੰਦੇ ਨੂੰ ਇਹ ਈਗੋ ਆ ਜਾਂਦੀ ਹੈ ਨਾ ਉਹ ਆਂਦਾ ਜੀ ਮੈਂ ਤੇ ਇਹਨੂੰ ਮਾਰ ਕੇ ਤੇ ਮੈਂ ਦੱਬ ਦੇਣਾ ਹੂੰ ਤੇ ਮੈਂ ਨਹੀਂ ਹੋਰ ਕੁਝ ਕਰਨਾ ਮੈਂ ਕਿਹਾ ਤੇ ਤੂੰ ਮਾਰ ਦੇਗਾ ਤੇ ਤੇਰੇ ਬੱਚੇ ਰੋਲ ਜਾਣਗੇ ਤੂੰ ਜੇਲ੍ਹ ਚਲ ਜਾਏਗਾ ਕੀ ਫਾਇਦਾ ਕਹਿੰਦਾ ਜੋ ਵੇਖੀ ਜੂਗਾ ਮੈਂ ਬਥੇਰਾ ਕਿ ਮੈਂ ਜਿੱਤ ਨਹੀਂ ਹੈ ਤੇ ਡਿਵੋਰਸ ਕਰਦੇ ਭਾਈ ਹਾਂ ਡਿਵੋਰਸ ਨਹੀਂ ਤੇ ਡਾਕਟਰ ਹੈ ਕੋਈ ਦਵਾਈਆਂ ਲੈ ਲਉ ਪਰ ਉਹ ਮਤਲਬ ਨਹੀਂ ਉਹਨਾਂ ਨੇ ਆਪਣੀ ਗੱਲ ਬਣੀ ਕੋਈ ਸੋ ਇਹੋ ਜਿਹਾ ਕੇਸ ਹੋਰ ਵੀ ਇੱਥੇ ਇੱਕ ਮੁੰਡਾ ਸੀਗਾ ਉਹ ਉਹ ਵੀ ਠੀਕ ਕੀਤਾ ਸੀਗਾ ਉਹਨੂੰ ਵੀ ਭੂਤ ਨਜ਼ਰ ਆਉਂਦੇ ਸੀ ਅੱਛਾ ਉਹ ਜਿਹੜਾ ਤੁਹਾਡੇ ਨਾਲ ਹੀ ਫੋਨ ਆਇਆ ਸੀ ਆ ਹੈਵਰਟ ਤੋਂ ਹਾਂ ਹਾਂ ਉਹ ਵੀ ਸੀਗਾ ਹਾਂ ਤੇ ਉਹਦਾ ਕੀ ਕੇਸ ਸੀਗਾ ਉਹਦਾ ਇਹ ਜੀ ਉਹ ਆਪਣਾ ਜਦੋਂ ਦਾ ਆਇਆ ਸੀਗਾ 10 ਸਾਲ ਹੋ ਗਏ ਨੂੰ ਆਏ ਨੂੰ ਉਹਨੂੰ ਕਿਸ ਤੋਰ ਦੇ ਉੱਤੇ ਲਵਾਇਆ ਸੀਗਾ ਅੱਛਾ ਤੇ سٹੋਰ ਕਰਦੇ ਸੜਕ ਦੇ ਦੂਜੇ ਪਾਸੇ ਸੀਗਾ ਤੇ ਉਹ ਬਸ ਤੁਰ ਕੇ ਚਲੇ ਜਾਂਦਾ ਸੀ ਨਾ ਉਹਨੂੰ ਉਹਨਾਂ ਨੇ ਫੋਨ ਲੈ ਕੇ ਦਿੱਤਾ ਨਾ ਉਹਨੂੰ ਗੱਡੀ ਲੈ ਕੇ ਮੈਂ ਕੁਝ ਵੀ ਨਹੀਂ ਤੇ ਉਹ ਉੱਥੇ ਦਾ ਉੱਥੇ ਹੀ ਕੰਮ ਕਰੀ ਜਾਂਦਾ ਤੇ ਉਹਦੇ ਕੋਲ ਸਾਰਾ ਕੁਝ ਹੈਗਾ ਸੀ ਤੂੰ ਇਤੋਂ ਹੀ ਉਹਨੂੰ ਮਤਲਬ ਉਹ ਸ਼ੁਰੂ ਹੋ ਗਿਆ ਮੈਂ ਉਹ ਠੀਕ ਹੋ ਗਿਆ ਸੀਗਾ 20 ਦਿਨਾਂ ਦੇ ਵਿੱਚ ਤੇ ਤੁਸੀਂ ਪਾਕਿਸਤਾਨ ਵੀ ਗਏ ਹੋ ਉਸ ਦਾ ਵੀ ਦੱਸਦੇ ਤੁਸੀਂ ਉੱਥੇ ਵੀ ਇਹੋ ਜਿਹੇ ਬਹੁਤ ਕੇਸ ਨੇ ਵੈਸੇ ਪਾਕਿਸਤਾਨ ਦੇ ਵਿੱਚ ਦੇਖੀ ਤੇ ਪਾਕਿਸਤਾਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਬਹੁਤਾਤ ਹੈਗੀ ਆ ਇਹ ਠੀਕ ਕਰਨ ਵਾਲਿਆਂ ਦੀ ਬਾਬਿਆਂ ਦੀ ਕਾਲੇ ਇਲਮ ਵਾਲਿਆਂ ਦੀ ਬਹੁਤ ਜ਼ਿਆਦਾ ਪਾਕਿਸਤਾਨ ਦੇ ਵਿੱਚ ਹੈਗੀ ਹੈ। ਪਲੇਰ ਕੋਟਲੇ ਵਿੱਚ ਆਪਣੇ ਪਾਕਿਸਤਾਨੀ ਬਹੁਤ ਬੈਠੇ ਨੇ। ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਕਾਲੇ ਇਲਮ ਦੇ ਨਾਲ ਕਾਲਾ ਇਲਮ ਨੂੰ ਤੇ ਕੁਝ ਹੁੰਦਾ ਹੀ ਨਹੀਂ ਨਾ। ਜੀ। ਇਹ ਤਾਂ ਸਾਰੀਆਂ ਗੱਲਾਂ ਵੀ ਐਵੇਂ ਕਾਲਾ ਇਲਮ ਕੁਝ ਨਹੀਂ ਹੁੰਦਾ। ਸਿਰਫ ਉਹਦੀ ਬਿਮਾਰੀ ਨੂੰ ਸਮਝਣਾ ਪੈਂਦਾ। ਵੀ ਉਹਦੇ ਚ ਉਹ ਜਿਹੜੇ ਵਹਿਮ ਆ ਉਹ ਕਿੱਥੋਂ ਵੜਿਆ। ਜੀ। ਉਹਨੂੰ ਕੱਢਣਾ ਪੈਂਦਾ। ਇਹ ਆਪਣੇ ਹਰ ਬੰਦੇ ਦੇ ਦੋ ਮਨ ਹੁੰਦੇ ਆ। ਇੱਕ ਅੰਦਰਲਾ ਮਨ ਤੇ ਇੱਕ ਬਾਹਰਲਾ ਮਨ। ਜਿਹੜਾ ਕੰਪਿਊਟਰ ਹੈ ਇਹ ਅੰਦਰਲਾ ਮਨ ਹੈ ਜੀ ਆਪਣੀ ਜਿੰਨੀ ਵੀ ਮੈਮਰੀ ਹੈ ਬਚਪਨ ਤੋਂ ਲੈ ਕੇ ਸਾਰੀ ਅੰਦਰਲੇ ਮਨ ਦੇ ਵਿੱਚ ਜੀ ਜਿਹੜੇ ਸੁਪਨੇ ਆਪਾਂ ਨੂੰ ਆਉਂਦੇ ਉਹ ਅੰਦਰਲੇ ਮਨ ਤੋਂ ਆਉਂਦੇ ਆ ਬਾਹਰਲੇ ਮਨ ਤੇ ਸਮਝਦਾ ਜੀ ਅੰਦਰਲੇ ਮਨ ਦੇ ਵਿੱਚੋਂ ਅੰਦਰਲੇ ਮਨ ਨੂੰ ਸੁਆ ਕੇ ਉਹਦੇ ਵਿੱਚੋਂ ਕੱਢਣੀ ਪੈਂਦੀ ਉਹ ਚੀਜ਼ ਫਿਰ ਬੰਦਾ ਜਿਹੜਾ ਉਹ ਠੀਕ ਹੁੰਦਾ ਜਿਹੜਾ ਹਿਪਨੋਟਾਈਜ਼ ਕਰਦਾ ਹਾਂਜੀ ਹਿਪਨੋਟਾਈਜ਼ ਦੀ ਵੀ ਕੋਈ ਖਾਸ ਟ੍ਰੇਨਿੰਗ ਆ ਜਾਂ ਕੀ ਆ ਹਾਂਜੀ ਹਾਂਜੀ ਇਹਦੀ ਟ੍ਰੇਨਿੰਗ ਲੈਣੀ ਪੈਂਦੀ ਜੀ ਚਲੋ ਤੁਸੀਂ ਮੈਨੂੰ ਤਾਂ ਟ੍ਰੇਨਿੰਗ ਦੇਈ ਦਿਓ ਮੈਂ ਵੀ ਹੋ ਸਕਦਾ ਕਿਸੇ ਦਾ ਕੋਈ ਭਲਾ ਕਰਦਾ ਤੇ ਕਰ ਸਕਦੀ ਹਾਂ ਅੱਛਾ ਪਾਕਿਸਤਾਨ ਦੀ ਆਪਾਂ ਦੱਸ ਰਹੇ ਸੀ ਸਟੋਰੀ ਉਹ ਵੀ ਇਸ ਤਕਰੀਬਨ ਸੇਮ ਹੀ ਸੀ ਵੇਰਖਲ ਪਾਕਿਸਤਾਨ ਵਿਆਹ ਬੂ ਦੇ ਰੌਲਾ ਸੀ ਹੁਣ ਥੋੜਾ ਆਪਣਾ ਸਮਾਂ ਵੀ ਥੋੜਾ ਹੀ ਆ ਹਾਂਜੀ ਹਾਂਜੀ ਉੱਥੇ ਮੈਂ ਗਿਆ ਜਦੋਂ ਮੈਂ ਇਹਦਾ ਗੱਲ ਕੀਤੀ ਉਹ ਮੁੰਡਾ ਦਾ ਜਈ ਸਾਡੀ ਬੱਚੀ ਹੈ 30 ਸਾਲ ਦੀ ਜੀ ਤੇ ਉਹਦੇ ਵੇਖੋ ਮੈਂ ਕਿਹਾ ਜੀ ਮੈਂ ਸਮ ਤੇ 2 ਸਾਲ ਤੋਂ ਬੈੱਡ ਦੇ ਉੱਤੇ ਪਈ ਸੀ ਉਹ ਤੇ ਮੈਂ ਖਿਆਲ ਡੇਢ ਕਿਲੇ ਦੇ ਵਿੱਚ ਉਹ ਉੱਠ ਕੇ ਚਾਹ ਬਣਾ ਸਾਰੇ ਟੰਪਿਆਈ ਉਹਦਾ ਪਿਓ ਜਿਹੜਾ ਸੀ ਮਤਲਬ ਇੰਨਾ ਕ ਹੈਰਾਨ ਸੀਗਾ ਵੀ ਤੂੰ ਕੀਤਾ ਕੀ ਆ ਅੱਛਾ ਮੈਂ ਖਵਸ ਤੁਹਾਡੇ ਸਾਹਮਣੇ ਹੀ ਆ ਜੋ ਕੀਤਾ ਸੋ ਮੈਂ ਤੇ ਸਾਰੇ ਲੋਕਾਂ ਨੂੰ ਇਹੀ ਕਹਿਣਾ ਵੀ ਭਾਈ ਵਹਿਮਾ ਭਰਮਾਂ ਦੇ ਵਿੱਚ ਨਾ ਪੋ ਜੀ ਜੇ ਇੱਥੇ ਤੁਹਾਡਾ ਵੱਡਾ ਘਰ ਲੈਣ ਨੂੰ ਦਿਲ ਕਰਦਾ ਆਪਣੇ ਇੱਕ ਬੜੀ ਕਹਾਵਤ ਆ ਵੀ ਚਾਦਰ ਵੇਖ ਕੇ ਪੈਰ ਬਸਾਣੇ ਚਾਹੀਦੇ ਜੀ ਵੱਡੇ ਘਰ ਜੋਗੇ ਤੁਹਾਡੇ ਕੋਲ ਪੈਸੇ ਆ ਜੀ ਸਦਕੇ ਲਓ ਤੁਹਾਡਾ ਸਰਦਾ ਨਾ ਲਓ ਵੱਡੀ ਗੱਡੀ ਇੱਕ ਦੂਜੇ ਵਾਲੇ ਵੇਖ ਕੇ ਨਾ ਲਓ ਜੇ ਸਰਦਾ ਤਾਂ ਤਾਂ ਲਓ ਜੀ ਉਹ ਜਦੋਂ ਅਸੀਂ ਵੱਡੇ ਘਰ ਵੱਡੀਆਂ ਗੱਡੀਆਂ ਲੈ ਲੈਨੇ ਆ ਫਿਰ ਉਹਨੀਆਂ ਕਿਸ਼ਤਾਂ ਘਰ ਜਦੋਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਕੰਮ ਕਰ ਨਿਕਲ ਤੁਰਦੇ ਆ 15 15 ਘੰਟੇ 15 15 ਦਿਨ 20 20 ਦਿਨ ਘਰ ਅਸੀਂ ਆਉਂਦੇ ਨਹੀਂ ਉੱਥੋਂ ਫਿਰੇ ਜੜੀਆਂ ਕਹਾਣੀਆਂ ਸ਼ੁਰੂ ਹੁੰਦੀਆਂ ਜੀ ਇਹਨਾਂ ਤੋਂ ਬਚੋ ਜਿੰਨਾ ਬਚਿਆ ਜਾਂਦਾ ਤੇ ਕੋਈ ਤੁਹਾਡੇ ਚ ਭੂਤ ਭਾਤ ਨਹੀਂ ਆਊਗਾ ਜਦੋਂ ਤੁਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖੋਗੇ ਬਸ ਆਪਣੇ ਆਪ ਨੂੰ ਇੱਕ ਚੀਜ਼ ਸ਼ੀਸ਼ੇ ਸਾਹਮਣੇ ਖਲੋ ਕੇ ਜਾਣ ਤੋਂ ਪਹਿਲਾਂ ਇਹ ਸੋਚ ਲਿਆ ਕਰੋ ਵੀ ਜਿਹੜੇ ਕੰਮ ਆ ਚੱਲੇ ਆ ਉਹ ਚੰਗਾ ਕੰਮ ਹੂੰ ਜੇ ਉਹ ਮਾੜਾ ਕੰਮ ਆ ਤੇ ਉਥੋਂ ਤੁਹਾਨੂੰ ਮਿਲ ਜਾਣਾ ਵੀ ਮਾੜਾ ਕੰਮ ਨਾ ਕਰਿਆ ਕਰ ਜੀ ਬਿਲਕੁਲ ਅਸੀਂ ਵੀ ਸਾਡੇ ਦਰਸ਼ਕਾਂ ਨੂੰ ਕਹਿੰਨੇ ਆ ਵੀ ਕੋਈ ਗਲਬਤ ਲੱਗਦੀ ਆ ਕਿਤੇ ਵੀ ਤੇ ਅਸੀਂ ਵੀ ਇਸੇ ਵਾਸਤੇ ਅਵੇਅਰ ਕਰਦੇ ਰਹੀਦਾ ਹਰ ਪੱਖੋਂ ਅਵੇਅਰ ਕਰਦੇ ਆ ਠੱਗੀਆਂ ਤੋਂ ਅਵੇਅਰ ਕਰਦੇ ਆ ਵਿਹਮਾ ਭਰਮਾ ਤੋਂ ਅਵੇਅਰ ਕਰਦੇ ਆ ਅਸੀਂ ਕਿਸੇ ਧਰਮ ਦੀ ਗੱਲ ਨਹੀਂ ਕਰਦੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਜਿਹੜੇ ਧਰਮਾਂ ਦੀ ਆੜ-ਹੀਟ ਕੰਮ ਹੁੰਦੇ ਆ ਉਹਨਾਂ ਦਾ ਅਸੀਂ ਜ਼ਰੂਰ ਵਿਰੋਧ ਕਰੀਦਾ ਉਹਨਾਂ ਤੋਂ ਜ਼ਰੂਰ ਤੁਹਾਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰੀਦੀ ਆ ਸੋ ਉਮੀਦ ਕਰਦੇ ਆ ਜੀ ਸਾਡੇ ਦਰਸ਼ਕ ਜਿਹੜੇ ਅੱਜ ਪ੍ਰੋਗਰਾਮ ਤੁਹਾਡਾ ਵਾਲਾ ਉਹਨਾਂ ਨੇ ਆਨੰਦ ਮਾਣਿਆ ਹੋਊਗਾ ਤੇ ਨਾਲ ਦੀ ਨਾਲ ਜਿਹੜੇ ਸਾਡੇ ਦਰਸ਼ਕ ਹੈਗੇ ਨੇ ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਤੁਸੀਂ ਵੀ ਕੋਈ ਸੰਪਰਕ ਕਰਨਾ ਚਾਹੁੰਦੇ ਹੋ ਬਾਬ ਖੈਰਾ ਸਾਹਿਬ ਨਾਲ ਤਾਂ ਈਮੇਲ ਕਰ ਸਕਦੇ ਹੋ jaggi@broadcast.com ਜਾਂ ਫਿਰ info@broadcast.com ਫੇਸਬੁੱਕ ਟਵਿੱਟਰ ਤੋਂ ਇਲਾਵਾ WhatsApp ਨੰਬਰ ਹੈਗਾ 718 7840900 ਤੇ ਮੇਰਾ ਸੈੱਲ ਨੰਬਰ ਜਿਹੜਾ ਹੈਗਾ 2094503362 ਕਿਤੇ ਵੀ ਸੰਪਰਕ ਕਰ ਸਕਦੇ ਹੋ ਇਵੈਂਟਸ ਵਗੈਰਾ ਹੁਣ ਸ਼ੁਰੂ ਹੋ ਗਈਆਂ ਨੇ ਜੀ ਪੂਰੀਆਂ ਖੁੱਲ ਕੇ ਧਾਰਮਿਕ ਸਮਾਗਮ ਸ਼ੁਰੂ ਹੋ ਗਏ ਨੇ ਤਾਂ ਤੁਸੀਂ ਕਿਤੇ ਵੀ ਕੋਈ ਲਾਈਵ ਕਰਾਉਣਾ ਚਾਹੁੰਦੇ ਹੋ ਕੋਈ ਰਿਕਾਰਡਿੰਗ ਕਰਾਉਣੀ ਚਾਹੁੰਦੇ ਹੋ ਕੋਈ ਕਮਿਊਨਿਟੀ ਦੀ ਖਬਰ ਦੇਣੀ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਸੰਪਰਕ ਕਰੋ ਮੇਰਾ 209 453362 ਫੋਨ ਨੰਬਰ ਜਿਹੜਾ ਹੈਗਾ ਅਖੀਰ ਦੇ ਵਿੱਚ ਕਰਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਨਾਲ-ਨਾਲ ਬਾਬ ਖਾਰਾ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਆਏ ਸਟੂਡੀਓ ਦੇ ਵਿੱਚ ਬਹੁਤ ਮਿਹਰਬਾਨੀ ਪਿਆਰ ਭਰੀ ਸਤਿਕਾਰ ਜੀ